ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਛਾਤ ਦਾ ਲੇਖ ਹੈ ਸਾਰੇ ਯਤਨਾਂ ਦਾ ਨਿਸ਼ਾਨਾ ਸਫਲਤਾ ਸਵਰਗ ਉਹੀ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਸਵਰਗ ਹੁੰਦਾ ਹੈ ਸਵਰਗ ਨਾਲ ਇੱਕ ਸੁਰ ਹੋਏ ਬਿਨਾ ਸਵਰਗ ਵੀ ਕਿਸੇ ਲਈਖੇ ਨਹੀਂ ਲੱਗਦਾ ਜੇ ਤੁਸੀਂ ਵੱਡੇ ਵੱਡੇ ਕੰਮ ਨਹੀਂ ਕਰ ਸਕਦੇ ਤਾਂ ਕੰਮ ਭਾਵੇਂ ਛੋਟੇ ਛੋਟੇ ਕਰੋ ਪਰ ਕਰੋ ਵੱਡੇ ਦਿਲ ਨਾਲ ਇਵੇਂ ਛੋਟੇ ਛੋਟੇ ਕੰਮ ਵੀ ਵੱਡੇ ਵੱਡੇ ਹੋ ਨਿਭੜਨਗੇ ਛੋਟੇ ਹੱਥਾਂ ਨੂੰ ਕਿਸੇ ਵੱਡੀ ਸੋਚ ਵਿੱਚ ਡੁਬੋ ਲੈਣ ਨਾਲ ਹੀ ਅਸੀਂ ਆਲੇ-ਦੁਆਲੇ ਨਾਲ ਇੱਕ ਸੁਰ ਹੋ ਸਕਦੇ ਹਾਂ ਜਦੋਂ ਤੱਕ ਅਸੀਂ ਆਲੇ-ਦੁਆਲੇ ਨੂੰ ਨਹੀਂ ਜਾਣਦੇ ਉਸ ਨਾਲ ਇੱਕ ਸੁਰ ਨਹੀਂ ਹੋਇਆ ਜਾ ਸਕਦਾ ਉਖੜਿਆ ਹੋਇਆ ਹਰੇਕ ਵਿਅਕਤੀ ਇਕਾਗਰਤਾ ਦੀ ਘਾਟ ਦੀ ਸ਼ਿਕਾਇਤ ਕਰਦਾ ਹੈ ਅਜੋਕੇ ਜੀਵਨ ਵਿੱਚ ਇੱਕ ਸੁਰਤਾ ਉਨੀਂ ਦੁਰਲੱਭ ਹੈ ਜਿਨੀ ਅਜੋਕੇ ਧਾਰਮਿਕ ਵਿਅਕਤੀਆਂ ਵਿੱਚ ਧਾਰਮਿਕ ਭਾਵਨਾ ਸਫਲ ਵਿਅਕਤੀ ਆਪ ਹੀ ਸਫਲ ਨਹੀਂ ਹੁੰਦੇ ਉਹਨਾਂ ਦੇ ਆਲੇ-ਦੁਆਲੇ ਸਫਲਤਾ ਦਾ ਇੱਕ ਵਾਤਾਵਰਨ ਵੀ ਹੁੰਦਾ ਹੈ ਸਫਲ ਵਿਅਕਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਫਲਤਾ ਦੇ ਮਿਆਰ ਵੀ ਸਥਾਪਿਤ ਕਰਦੇ ਹਨ ਤੁਹਾਡੇ ਕੰਮਾਂ ਨਾਲ ਤੁਹਾਡੇ ਵੱਲੋਂ ਬੋਲੇ ਜਾਂਦੇ ਸ਼ਬਦਾਂ ਨੂੰ ਅਰਥ ਮਿਲਦੇ ਹਨ ਜਦੋਂ ਕਿ ਬਿਨਾਂ ਕਮਾਏ ਕੀਤੇ ਆਰਾਮ ਨਾਲ ਆ ਸਫਲਤਾ ਹੀ ਮਿਲਦੀ ਹੈ ਅਸੈਂਸ਼ੀਲਤਾ ਸਾੜਾ ਈਰਖਾ ਬਦਲੇ ਦੀ ਭਾਵਨਾ ਸ਼ੱਕ ਹੰਕਾਰ ਲਾਲਚਾਤ ਮਨੁੱਖ ਜਾਤੀ ਦੇ ਰੋਗ ਹਨ ਇਹ ਮਨੁੱਖ ਦੇ ਵਿਕਾਸ ਦੇ ਰਾਹ ਉੱਤੇ ਰੁਕਾਵਟਾਂ ਹਨ ਜਿਨ੍ਹਾਂ ਨੂੰ ਉਲੰਘੇ ਬਿਨਾ ਸਫਲਤਾ ਦੀ ਸੰਭਾਵਨਾ ਉਜਾਗਰ ਨਹੀਂ ਹੁੰਦੀ ਈਰਖਾ ਤੇ ਸਾੜੇ ਨਾਲ ਕੋਈ ਵੀ ਮਾਨਯੋਗ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਅਸੀਂ ਇਸ ਕਰਕੇ ਸਫਲ ਨਹੀਂ ਹੁੰਦੇ ਕਿਉਂਕਿ ਅਸੀਂ ਆਪਣੇ ਆਪ ਨਾਲ ਵੀ ਇਮਾਨਦਾਰ ਨਹੀਂ ਸਾਨੂੰ ਹਰ ਕੰਮ ਦੇ ਪੈਸੇ ਮਿਲਦੇ ਹਨ ਜਿੰਨੇ ਪੈਸੇ ਤੁਹਾਨੂੰ ਮਿਲਦੇ ਹਨ ਉਸ ਨਾਲੋਂ ਵੱਧ ਕੰਮ ਕਰਕੇ ਦੇਣ ਨਾਲ ਤੁਹਾਡੇ ਕੰਮ ਦੇ ਪੈਸੇ ਵੱਧ ਮਿਲਣ ਲੱਗ ਪੈਣਗੇ ਇਹ ਫਾਰਮੂਲਾ ਸਫਲਤਾ ਦਾ ਸਿੱਧਾ ਮਾਰਗ ਹੈ ਮਾਨਵ ਜਾਤੀ ਦੇ ਕੁਝ ਬੁਨਿਆਦੀ ਡਰ ਹਨ ਜਿਵੇਂ ਹਰ ਵਿਅਕਤੀ ਦੇ ਮਨ ਵਿੱਚ ਇਹ ਭੈ ਹੈ ਕਿ ਉਹ ਕਿਦਰੇ ਗਰੀਬ ਜਾਂ ਕੰਗਾਲ ਨਾ ਹੋ ਜਾਵੇ ਕਿਦਰੀ ਉਹ ਬਿਮਾਰ ਨਾ ਹੋ ਜਾਵੇ ਬੁੱਢਾਪੇ ਵਿੱਚ ਇਕੱਲਾ ਨਾ ਰਹਿ ਜਾਵੇ ਦੂਜਿਆਂ ਦੀ ਨਿੰਦਾ ਦਾ ਸ਼ਿਕਾਰ ਨਾ ਹੋ ਜਾਵੇ ਆਪਣੇ ਪਿਆਰੇ ਤੋਂ ਵਿਛੜ ਨਾ ਜਾਏ ਤੇ ਉਹ ਕਿਦਰੀ ਅਚਾਨਕ ਮਰੀ ਨਾ ਜਾਏ ਮਨੁੱਖ ਦਾ ਸਾਰਾ ਜੀਵਨ ਇਹਨਾਂ ਡਰਾਂ ਵਿੱਚ ਘਿਰਿਆ ਰਹਿੰਦਾ ਹੈ ਮਨੁੱਖ ਵਿੱਚ ਇਹਨਾਂ ਭੈਆਂ ਤੋਂ ਬਚਣ ਲਈ ਹੀ ਬਚਤ ਦਾ ਸੰਕਲਪ ਉੱਸਰਦਾ ਹੈ ਤੇ ਉਹ ਕੁਝ ਬਚਾਉਣ ਦਾ ਉਪਰਾਲਾ ਕਰਦਾ ਹੈ ਇਵੇਂ ਬਚਤ ਸ਼ਕਤੀ ਦਾ ਸੋਮਾ ਹੋ ਨਿਬੜਦੀ ਹੈ ਥੋੜਿਆ ਹੋਇਆ ਵਿਅਕਤੀ ਸਫਲ ਨਹੀਂ ਹੋ ਸਕਦਾ ਉਹ ਸਫਲ ਹੋਣਾ ਹੀ ਨਹੀਂ ਚਾਹੁੰਦਾ ਅਜੋਕੇ ਸੰਸਾਰ ਵਿੱਚ ਬੱਚਤ ਤੋਂ ਬਿਨਾ ਸਫਲਤਾ ਓਕਾ ਹੀ ਸੰਭਵ ਨਹੀਂ ਬੱਚਤ ਸ਼ਕਤੀ ਦਾ ਸੋਮਾ ਹੈ ਇਸ ਬਿਨਾ ਪਰਿਵਰਤਨ ਸੰਭਵ ਨਹੀਂ ਜਿੰਨੇ ਵੀ ਸਫਲ ਪੁਰਸ਼ ਅਤੇ ਔਰਤਾਂ ਹੋਈ ਹਨ ਉਹਨਾਂ ਨੂੰ ਆਪਣਾ ਜੀਵਨ ਵਿਉਂਤਣਾ ਪਿਆ ਹੈ ਸਭ ਤੋਂ ਔਖਾ ਕੰਮ ਸਮੇਂ ਨੂੰ ਵਿਉਂਤਣਾ ਹੈ ਸਫਲ ਵਿਅਕਤੀਆਂ ਨੇ ਕਦੇ ਵੀ ਬੀਜਣ ਤੋਂ ਬਿਨਾ ਭਰਪੂਰ ਫਸਲ ਦੀ ਇੱਛਾ ਨਹੀਂ ਕੀਤੀ ਬਹੁਤੇ ਵਿਅਕਤੀ ਉਦੇਸ਼ ਪ੍ਰਤੀ ਸਪਸ਼ਟ ਹੋਏ ਬਿਨਾਂ ਹੀ ਵਿਅੰਤਾ ਬਣਾਉਂਦੇ ਹਨ ਅਸੀਂ ਗਿਆਨ ਪ੍ਰਾਪਤੀ ਉੱਤੇ ਬਲ ਦਿੰਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਸ਼ਕਤੀ ਗਿਆਨ ਵਿੱਚ ਨਹੀਂ ਉਸ ਗਿਆਨ ਦੇ ਅਮਲ ਵਿੱਚ ਲਿਆਉਣ ਵਿੱਚ ਹੈ ਮਿਲਵਰਤਨ ਦੀ ਭਾਵਨਾ ਤੋਂ ਬਿਨਾਂ ਸਫਲਤਾ ਦੀ ਕਲਪਨਾ ਵੀ ਸੰਭਵ ਨਹੀਂ ਜੇ ਤੁਸੀਂ ਮਿਲਵਰਤਨ ਦਾ ਮਹੱਤਵ ਸਮਝਣਾ ਚਾਹੁੰਦੇ ਹੋ ਤਾਂ ਸੜਕ ਉੱਤੇ ਕਿਸੇ ਇੱਕ ਟਾਇਰ ਵਿੱਚ ਪੰਕਚਰ ਹੋਏ ਟਰੱਕ ਨੂੰ ਵੇਖਣਾ ਬਾਕੀ ਪਈਏ ਉਦਾਸ ਖਲੋਤੇ ਪ੍ਰਤੀਤ ਹੋਣਗੇ ਰਲ ਕੇ ਕੰਮ ਕਰਨ ਬਾਰੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਦੂਜਿਆਂ ਨਾਲ ਮਿਲਵਰਤਨ ਨਾਲ ਹੀ ਸਾਨੂੰ ਮਹੱਤਵਪੂਰਨ ਅਤੇ ਨਿਗੂਣੇ ਵਿਚਾਰ ਅੰਤਰ ਦਾ ਪਤਾ ਲੱਗਦਾ ਹੈ ਮਿਲਵਰਤਨ ਤੋਂ ਬਿਨਾ ਨਾ ਅਸੀਂ ਆਪਣੇ ਉਦੇਸ਼ਾਂ ਪ੍ਰਤੀ ਸਪਸ਼ਟ ਹੁੰਦੇ ਆਂ ਨਾ ਹੀ ਆਪਣੇ ਕੰਮ ਵਿੱਚ ਸਾਡੀ ਦਿਲਚਸਪੀ ਜਾਗਦੀ ਹੈ ਮਿਲਵਰਤਨ ਉਹ ਸਤਸੰਗ ਹੈ ਜਿੱਥੇ ਜਗਦੇ ਦੀਵਿਆਂ ਦੇ ਸੰਗ 부ਜੇ ਦੀਵੇ ਵੀ ਜਾਗ ਉਠਦੇ ਹਨ ਮਿਲਵਰਤਨ ਨਾਲ ਇਕਾਗਰਤਾ ਆਉਂਦੀ ਹੈ ਸਾਡੇ ਸੰਸੇ ਮਿਟਦੇ ਹਨ ਤੇ ਸਾਡੇ ਕੰਮ ਦੀ ਪੱਧਰ ਉੱਚੀ ਹੁੰਦੀ ਹੈ ਤੇ ਅਸੀਂ ਸਵੀਕਾਰੇ ਜਾਂਦੇ ਹਾਂ ਸਹਿਨਸ਼ੀਲਤਾ ਤੋਂ ਵਿਰਵੇ ਹੋ ਕੇ ਅਸੀਂ ਅਨੇਕਾਂ ਅਵਸਰ ਗਵਾ ਦਿੰਦੇ ਹਾਂ ਸਹਿਨਸ਼ੀਲਤਾ ਦੀ ਘਾਟ ਕਾਰਨ ਸਾਨੂੰ ਦੂਜੇ ਦਾ ਧਰਮ ਅੰਧਵਿਸ਼ਵਾਸ ਪ੍ਰਤੀਤ ਹੁੰਦਾ ਹੈ ਤੇ ਦੂਜੀ ਜਾਤੀ ਆਪਣੇ ਤੋਂ ਨੀਵੀਂ ਪ੍ਰਤੀਤ ਹੁੰਦੀ ਹੈ असहनशीलता अनेका अवसर ਹੀ ਨਹੀਂ ਖੋਲ੍ਹਦੀ ਇਹ ਸਾਡੇ ਮਨਾਂ ਵਿੱਚ ਸੰਦੇ ਅਵਿਸ਼ਵਾਸ ਤੇ ਪੱਖਪਾਤ ਦੇ ਬੀਜ ਵੀ ਬੀਜਦੀ ਹੈ ਗਰੀਬੀ ਅਨਪੜਤਾ ਤੇ ਅਸਹਿਨਸ਼ੀਲਤਾ ਅਸਫਲਤਾ ਦੀਆਂ ਨਿਸ਼ਾਨੀਆਂ ਹਨ ਉਦਾਰਤਾ ਤੋਂ ਬਿਨਾਂ ਸਫਲਤਾ ਸੰਭਵ ਨਹੀਂ ਤੇ ਸਫਲਤਾ ਤੋਂ ਬਿਨਾਂ ਉਦਾਰਤਾ ਨਹੀਂ ਆਉਂਦੀ ਸੱਚੇ ਅਰਥਾਂ ਵਿੱਚ ਕੋਈ ਵੀ ਧਾਰਮਿਕ ਵਿਅਕਤੀ ਕਿਸੇ ਵੀ ਧਰਮ ਨਾਲ ਵੱਜਾ ਨਹੀਂ ਹੁੰਦਾ ਦੂਜਿਆਂ ਦੇ ਵਿਕਾਸ ਵਿੱਚ ਤੇ ਉਹਨਾਂ ਦੇ ਭਵਿੱਖ ਵਿੱਚ ਦਿਲਚਸਪੀ ਲੈ ਬਿਨਾ ਸਾਡੀ ਆਪਣੀ ਸਫਲਤਾ ਦਾ ਮਾਰਗ ਵੀ ਨਹੀਂ ਉਸਰਦਾ ਦੂਜਿਆਂ ਨੂੰ ਅਸਫਲ ਬਣਾ ਕੇ ਅਸੀਂ ਆਪ ਸਫਲ ਨਹੀਂ ਹੋ ਸਕਦੇ ਹਰ ਕੌਮ ਜਾਂ ਜਾਤੀ ਆਪਣੇ ਗਿਆਨ ਤੇ ਉਸ ਗਿਆਨ ਨੂੰ ਅਮਲ ਵਿੱਚ ਲਿਆਉਣ ਦੀ ਸ਼ਕਤੀ ਦੇ ਅਨੁਪਾਤ ਵਿੱਚ ਹੀ ਵਿਕਸਤ ਹੁੰਦੀ ਹੈ ਅਸੀਂ ਅਗਲੇਰਾ ਵਿਕਾਸ ਤਾਈਂ ਕਰ ਸਕਾਂਗੇ ਜੇ ਅਸੀਂ ਸੰਸਾਰ ਪ੍ਰਤੀ ਆਪਣੇ ਸੰਕਲਪ ਵਿੱਚ ਵਿਸ਼ਾਲਤਾ ਲਿਆਵਾਂਗੇ ਸਾਡਾ ਸੰਸਾਰ ਉਹਨਾਂ ਕੋਈ ਵੱਡਾ ਹੁੰਦਾ ਜਿੰਨਾ ਸੀ ਇਹਨੂੰ ਜਾਣਦੇ ਤੇ ਸਮਝਦੇ ਹੁੰਦੇ ਆ ਜਿੰਨੀ ਵੱਡੀ ਸਾਡੀ ਦ੍ਰਿਸ਼ਟੀ ਹੋਏਗੀ ਉਹਨਾਂ ਵੱਡਾ ਤ੍ਰਿਸ਼ ਹੋਏਗਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੋਕਾਂ ਦੀ ਸਾਡੇ ਬਾਰੇ رائے ਚੰਗੀ ਨਹੀਂ ਕਿਉਂਕਿ ਉਹਨਾਂ ਬਾਰੇ ਸਾਡੀ رائے ਵੀ ਤਾਂ ਚੰਗੀ ਨਹੀਂ ਦੂਜਿਆਂ ਬਾਰੇ ਆਪਣੀ رائے ਚੰਗੀ ਬਣਾਈ ਬਿਨਾ ਉਹਨਾਂ ਤੋਂ ਆਪਣੇ ਬਾਰੇ ਚੰਗੀ رائے ਦੀ ਆਸ ਕਰਨਾ ਵਿਅਰਥ ਹੈ ਕਈਆਂ ਨੂੰ ਇੰਜ ਲੱਗਦਾ ਜਿਵੇਂ ਉਹਨਾਂ ਦੀ ਸਫਲਤਾ ਦਾ ਦਿਹਾੜਾ ਨਿਰੰਤਰ ਮੁੱਲਤਵੀ ਹੁੰਦਾ ਜਾ ਰਿਹਾ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੀ ਸਫਲਤਾ ਦਾ ਦਿਹਾੜਾ ਕੌਣ ਮੁੱਲਤਵੀ ਕਰ ਰਿਹਾ ਹੈ ਤੇ ਕਿਸ ਨੂੰ ਦਿਲਚਸਪੀ ਹੈ ਕਿ ਉਹ ਜਾਣੇ ਕਿ ਤੁਸੀਂ ਸਫਲ ਹੋਏ ਹੋ ਕਿ ਨਹੀਂ। ਹਰ ਮੁਸ਼ਕਲ ਦਾ ਬੋਝ ਅੰਤਲੇ ਰੂਪ ਵਿੱਚ ਸਾਨੂੰ ਆਪ ਹੀ ਚੁੱਕਣਾ ਪੈਂਦਾ ਹੈ। ਇਹਨਾਂ ਸਥਿਤੀਆਂ ਵਿੱਚ ਹੀ ਸਾਨੂੰ ਮਿਲਵਰਤਨ ਦੇ ਮਹੱਤਵ ਦਾ ਪਤਾ ਲੱਗਦਾ ਹੈ। ਹਮਦਰਦੀ, ਮਿਲਵਰਤਨ ਤੇ ਦੂਜਿਆਂ ਵਿੱਚ ਦਿਲਚਸਪੀ ਵਿੱਚੋਂ ਉਪਜਦੀ ਹੈ। ਜਿਨ੍ਹਾਂ ਵਿੱਚ ਹਮਦਰਦੀ ਦੀ ਭਾਵਨਾ ਨਹੀਂ ਹੁੰਦੀ ਉਹਨਾਂ ਵਿੱਚ ਕੋਈ ਮਾੜਾ ਕੰਮ ਕਰਕੇ ਪਛਤਾਵੇ ਦੀ ਭਾਵਨਾ ਵੀ ਨਹੀਂ ਹੁੰਦੀ ਪਛਤਾਵਾ ਹਮਦਰਦੀ ਦੀ ਭਾਵਨਾ ਵਿੱਚੋਂ ਉਪਜਦਾ ਹੈ ਤੇ ਇਹਨਾਂ ਦੋਹਾਂ ਦਾ ਸਰੋਤ ਧਰਮ ਹੈ ਕੋਈ ਮਾੜਾ ਕੰਮ ਕਰਨ ਉਪਰੰਤ ਹੋਣ ਵਾਲੇ ਦੁੱਖ ਤੇ ਪਛਤਾਵੇ ਦਾ ਕਾਰਨ ਧਰਮ ਹੁੰਦਾ ਹੈ ਪਛਤਾਵਾ ਇੱਕ ਧਾਰਮਿਕ ਭਾਵਨਾ ਹੈ ਭ੍ਰਿਸ਼ਟ ਜਾਂ ਮਾੜੇ ਤੋਂ ਮਾੜਾ ਵਿਅਕਤੀ ਵੀ ਆਪਣੇ ਆਪ ਨੂੰ ਪਰਵਾਸ ਦਿੰਦਾ ਹੈ ਕਿ ਉਹ ਦੁਨੀਆ ਨਾਲੋਂ ਕੱਟ ਮਾੜਾ ਹੈ ਇਸੇ ਤਰ੍ਹਾਂ ਸਦਕਾ ਮਾੜਾ ਵਿਅਕਤੀ ਸਮਾਜ ਵਿੱਚ ਵਿਚਰਦਾ ਹੈ ਸਾਨੂੰ ਵਿਰੋਧਤਾ ਤੋਂ ਡਰਨਾ ਨਹੀਂ ਚਾਹੀਦਾ ਪਤੰਗ ਤੇ ਜਹਾਜ਼ ਵਿਰੋਧੀ ਹਵਾ ਵਿੱਚ ਹੀ ਉੱਡਦੇ ਹਨ ਦੂਜਿਆਂ ਵੱਲੋਂ ਵਿਰੋਧਤਾ ਵੀ ਉਹਨਾਂ ਦੀ ਸਾਡੇ ਵਿੱਚ ਦਿਲਚਸਪੀ ਦੀ ਇੱਕ ਵੰਗੀ ਹੁੰਦੀ ਹੈ ਸਾਨੂੰ ਥੋੜੀ ਜੀ ਬੇਇੱਜ਼ਤੀ ਵੀ ਬਰਦਾਸ਼ਤ ਕਰਨੀ ਸਿੱਖਣੀ ਚਾਹੀਦੀ ਹੈ ਬੇਇੱਜ਼ਤੀ ਬਰਦਾਸ਼ਤ ਨਾ ਕਰਕੇ ਅਸੀਂ ਕਦੇ ਕਈ ਨਿਕੰਮੇ ਵਿਅਕਤੀਆਂ ਨੂੰ ਮਹੱਤਵ ਪ੍ਰਦਾਨ ਕਰਨ ਲੱਗ ਪੈਂਦੀ ਆ। અપਮਾਨ ਤੋਂ ਬਿਨਾ ਕੋਈ ਵਿਅਕਤੀ ਸਫਲ ਨਹੀਂ ਹੋਇਆ। ਹਰ ਚੀਜ਼ ਤੇ ਹਰ ਸਥਿਤੀ ਤੋਂ ਲਾਭ ਪ੍ਰਾਪਤ ਕਰਨ ਦੀ ਬਿਰਤੀ ਕਾਰਨ ਅਕਸਰ ਅਸੀਂ ਵੱਡੀਆਂ ਪ੍ਰਾਪਤੀਆਂ ਤੋਂ ਵਾਂਝੇ ਰਹਿ ਜਾਂਦੇ ਆ। ਪਹਾੜੇ ਅਸੀਂ ਸਿੱਖਦੇ ਸਕੂਲ ਵਿੱਚ ਆ ਪਰ ਵਰਤ ਦੀ ਜ਼ਿੰਦਗੀ ਵਿੱਚ ਸਕੂਲਾਂ ਕਾਲਜਾਂ ਵਿੱਚ ਪ੍ਰਸੰਗ ਸਹਿਤ ਵਿਆਖਿਆ ਦਾ ਅਭਿਆਸ ਕਰਵਾਇਆ ਜਾਂਦਾ ਹੈ। ਇਹ ਗਿਆਨ ਬਹੁਤ ਦੇਰ ਮਗਰੋਂ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ। ਛੱਟਪਟ ਪ੍ਰਾਪਤ ਕੀਤਾ ਲਾਭ ਹੰਡ ਅਨਸਾਰ ਨਹੀਂ ਹੁੰਦਾ। ਅਸੂਲਾਂ ਨੂੰ ਦਿਮਾਗ ਉੱਤੇ ਠੋਸਿਆ ਨਹੀਂ ਜਾ ਸਕਦਾ। ਇਹ ਦਿਲ ਦੇ ਰਾਹੀਂ ਸਾਡੀ ਬੁੱਧੀ ਵਿੱਚ ਉਤਰਦੇ ਹਨ। ਹਰ ਵਿਅਕਤੀ ਦੇ ਕੁਝ ਅਸੂਲ ਹੁੰਦੇ ਹਨ ਜਿਹੜੇ ਉਸ ਨੂੰ ਸੰਕਟ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਸਹਾਇੀ ਹੁੰਦੇ ਹਨ। ਕਾਨੂੰਨ ਸਾਡੇ ਉੱਤੇ ਠੋਸੇ ਜਾਂਦੇ ਹਨ। ਇਸ ਲਈ ਕਾਨੂੰਨ ਕਾਨੂੰਨਾਂ ਦੀ ਉਲੰਘਣਾ ਹੁੰਦੀ ਹੈ। ਅਸੂਲਾਂ ਦੀ ਉਲੰਘਣਾ ਨਹੀਂ ਹੁੰਦੀ ਕਿਉਂਕਿ ਅਸੀਂ ਆਪ ਅਸੀਂ ਆਪ ਸਿਰਜੀ ਤੇ ਅਪਣਾਈ ਹੁੰਦੀ ਹੈ ਅਸੂਲਾਂ ਤੋਂ ਬਿਨਾ ਵਿਅਕਤੀ ਪਰਸਯੋਗ ਨਹੀਂ ਹੁੰਦਾ ਪ੍ਰਕਿਰਤੀ ਵਿੱਚ ਹੱਦ ਜਾਂ ਸਰਹੱਦ ਦਾ ਕੋਈ ਸੰਕਲਪ ਨਹੀਂ ਸਾਡੀ ਬੁੱਧੀ ਵਿੱਚ ਵੀ ਭੇਦ ਭਾਵ ਦਾ ਕੋਈ ਸੰਕਲਪ ਨਹੀਂ ਪ੍ਰਕਿਰਤੀ ਵਾਂਗੀ ਬੁੱਧੀ ਵੀ ਨਿਰਪੱਖ ਹੈ ਪ੍ਰਕਿਰਤੀ ਨਾ ਉਦਾਸ ਹੈ ਨਾ ਪਰਸਨ ਇਹ ਨਿਰਪੱਖ ਹੈ ਕੋਈ ਜਨਮ ਲੈ ਰਿਹਾ ਹੈ ਕੋਈ ਚਲਾਣਾ ਕਰ ਰਿਹਾ ਹੈ ਨੇੜ ਬੱਗ ਹੋਏ ਬਿਨਾ ਅਸੀਂ ਵਿਸ਼ਾਲ ਨਹੀਂ ਹੋ ਸਕਦੇ ਸਾਡੇ ਵਿਚਾਰ ਮੁੱਖ ਤੌਰ ਤੇ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਉਹ ਜਿਹੜੇ ਅਸੀਂ ਸੋਚਦੇ ਹਾਂ ਜਿਹੜੇ ਸਾਡੇ ਅੰਦਰੋਂ ਉਪਜਦੇ ਹਨ ਦੂਜੇ ਉਹ ਜਿਹੜੇ ਸਾਨੂੰ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿੱਚੋਂ ਪ੍ਰਾਪਤ ਹੁੰਦੇ ਹਨ ਅਸੀਂ ਬਾਹਰੋਂ ਮਿਲਣ ਵਾਲੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਨਾਲ ਇੱਕ ਸੁਰ ਕਰਨ ਜਾਂ ਰਦਨ ਦਾ ਕਾਰਜ ਨਿਰੰਤਰ ਕਰਦੇ ਹਾਂ ਸਾਡੇ ਕੋਲ ਜਿੰਨੇ ਵਧੇਰੇ ਵਿਚਾਰ ਹੋਣਗੇ ਉਨੇ ਹੀ ਵਧੇਰੇ ਨਵੇਂ ਵਿਚਾਰ ਸਵੀਕਾਰ ਕਰਨ ਦੀ ਸਾਡੀ ਸਮਰੱਥਾ ਹੋਏਗੀ ਸਾਡੇ ਕੋਲ ਵਿਚਾਰਾਂ ਦੇ ਜਦੋਂ ਨਵੇਂ ਮਾਡਲ ਨਹੀਂ ਹੁੰਦੇ ਤਾਂ ਅਸੀਂ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ ਪਰਵਾਹ ਮਾਨ ਵਿਅਕਤੀ ਨਹੀਂ ਲੜਦਾ ਰੁਕਿਆ ਹੋਇਆ ਵਿਅਕਤੀ ਹੀ ਲੜਦਾ ਹੈ ਅਜੇ ਵਿਅਕਤੀ ਹੀ ਨਹੀਂ ਕਾਮਾ ਵੀ ਮੁੱਕ ਜਾਂਦੀਆਂ ਹਨ ਕਈ ਲੋਕ ਨਿੱਕੀ ਨਿੱਕੀ ਗੱਲ ਤੇ ਨਰਾਜ਼ ਹੋ ਜਾਂਦੇ ਹਨ ਰੁੱਸਣਾ ਕਿਸੇ ਪੱਖੋਂ ਵੀ ਉਸਾਰੂ ਪ੍ਰਭਾਵ ਵਾਲਾ ਨਹੀਂ ਹੁੰਦਾ ਲਾਕ ਦਾ ਮੁਕਦਮਾ ਲੜਦੇ ਆਂ ਦੂਜਿਆਂ ਤੋਂ ਸ਼ਾਬਾਸ਼ ਦੀ ਆਸ ਨਹੀਂ ਕੀਤੀ ਜਾ ਸਕਦੀ ਗਾਲਾਂ ਕੱਢਦੇ ਆਂ ਸੋਹਣੇ ਲੱਗਣ ਦੀ ਉਮੀਦ ਲਾ ਦਿਓ ਅਸਹਿਮਤੀ ਸਦਾ ਨਿੱਗੂਣੀਆਂ ਗੱਲਾਂ ਗੱਲਾਂ ਤੇ ਹੀ ਹੁੰਦੀ ਹੈ ਵੱਡੇ ਉਦੇਸ਼ਾਂ ਪ੍ਰਤੀ ਬਹਿਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਜੇ ਤੁਸੀਂ ਕਿਸੇ ਨਾਲ ਰੁੱਸੇ ਹੋਏ ਹੋ ਜਾਂ ਕੋਈ ਤੁਹਾਡੇ ਨਾਲ ਰੁੱਸਿਆ ਹੋਇਆ ਹੈ ਤਾਂ ਮਨ ਮਨਾ ਲਓ ਤੁਹਾਨੂੰ ਇੱਕ ਨਵੀਂ ਸ਼ਕਤੀ ਦਾ ਅਹਿਸਾਸ ਹੋਏਗਾ ਤੁਹਾਨੂੰ ਸਾਹ ਸੌਖਾ ਆਏਗਾ ਹਰ ਆਗੂ ਆਪਣੇ ਅਧੀਨ ਵਿਅਕਤੀਆਂ ਨੂੰ ਵੱਖਰੇ ਢੰਗ ਨਾਲ ਜਥੇਬੰਦ ਕਰਦਾ ਹੈ। ਕਈ ਜੁਰਮਾਨਾ ਕਰਕੇ ਡਿਸਪਲਨ ਲਿਆਉਂਦੇ ਹਨ, ਕਈ ਇਨਾਮ ਦੇ ਕੇ। ਸਫਲ ਆਗੂਆਂ ਦੀ ਮੁਸਕਰਾਹਟ ਦਾ ਘੇਰਾ ਬਹੁਤ ਵੱਡਾ ਹੁੰਦਾ ਹੈ। ਉਹ ਮਾਫ਼ ਕਰਦੇ ਹਨ। ਸੁਤੰਤਰਤਾ ਕੋਈ ਬਾਹਰੀ ਘਟਨਾ ਨਹੀਂ, ਇਹ ਅੰਦਰ ਦਾ ਪਰੋਸਾ ਹੈ। ਅਜਿਹਾ ਭਰੋਸਾ ਚੜ੍ਹਦੀ ਕਲਾ ਤੋਂ ਬਿਨਾਂ ਸੰਭਵ ਨਹੀਂ। ਚੜ੍ਹਦੀ ਕਲਾ ਦੇ ਅਹਿਸਾਸ ਬਿਨਾਂ ਕੌਮਾਂ ਤੇ ਸੱਭਿਆਤਾਵਾਂ ਵੀ ਮੁੱਕ ਜਾਂਦੀਆਂ ਹਨ। ਇਹ ਪ੍ਰਸਾਅ ਵਿਅਕਤੀ ਨੂੰ ਅਸੀਮ ਬਣਾਉਂਦਾ ਹੈ ਜੋ ਆਪ ਆਜ਼ਾਦ ਹਨ ਉਹੀ ਦੂਜਿਆਂ ਨੂੰ ਆਜ਼ਾਦ ਕਰਦੇ ਹਨ ਜਦੋਂ ਸਾਨੂੰ ਕਿਸੇ ਵਿਅਕਤੀ ਦੀ ਸੀਮਾ ਦਾ ਗਿਆਨ ਹੋ ਜਾਏ ਤਾਂ ਉਸ ਵਿੱਚ ਸਾਡੀ ਦਿਲਚਸਪੀ ਵੀ ਮੁੱਕ ਜਾਂਦੀ ਹੈ ਸਾਨੂੰ ਨਹਿਰ ਦੀ ਸੀਮਾ ਦਾ ਗਿਆਨ ਹੁੰਦਾ ਹੈ ਦਰਿਆ ਜਾਂ ਸਮੁੰਦਰ ਦੀ ਸੀਮਾ ਦਾ ਨਹੀਂ ਇਸੇ ਕਰਕੇ ਨਹਿਰ ਦੇ ਮੁਕਾਬਲੇ ਦਰਿਆ ਤੇ ਸਮੁੰਦਰ ਸਾਨੂੰ ਬਧੇਰੇ ਪ੍ਰਭਾਵਿਤ ਕਰਦੇ ਹੈ ਜੋ ਅਸੀਮ ਹੈ ਉਹੀ ਦਿਲਚਸਪ ਹੈ ਆਪਣੀਆਂ ਗਲਤੀਆਂ ਮੰਨਣ ਨਾਲ ਸਾਨੂੰ ਆਤਮਿਕ ਬਲ ਮਿਲਦਾ ਹੈ ਜਦੋਂ ਤੱਕ ਤੁਸੀਂ ਆਪਣੀਆਂ ਗਲਤੀਆਂ ਮੰਨਣ ਦਾ ਹੌਸਲਾ ਨਹੀਂ ਉਪਜਾਉਂਦੇ ਆਪਣੇ ਸਮਾਜ ਵਿੱਚ ਸਨਮਾਨ ਦੀ ਆਸ ਨਾ ਕਰੋ ਇਹ ਗੁਣ ਤੁਹਾਡੇ ਵਿੱਚ ਮਹਾਨ ਅਤੇ ਵਿਸ਼ਾਲ ਬਣਨ ਉਪਰੰਤ ਹੀ ਉਪਜੇਗਾ ਸ਼ਕਤੀ ਤੇ ਸਫਲਤਾ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ ਇੱਕ ਦੂਜੇ ਵਿੱਚੋਂ ਜਨਮਦੇ ਹਨ ਅਗਿਆਨਤਾ, ਅਨਪੜਤਾ ਤੇ ਗਰੀਬੀ ਮਨੁੱਖਤਾ ਦੇ ਸਰੀਰ ਨੂੰ ਲੱਗੀਆਂ ਤਿੰਨ ਮਹਾਮਾਰੀਆਂ ਹਨ। ਕੇਵਲ ਗਿਆਨ ਜਾਂ ਕੇਵਲ ਵਿਦਿਆ ਜਾਂ ਕੇਵਲ ਧਨ ਨਾਲ ਸਮੱਸਿਆ ਹੱਲ ਨਹੀਂ ਹੋਏਗੀ। ਇਹਨਾਂ ਤਿੰਨਾਂ ਵੱਲ ਇੱਕੋ ਵੇਲੇ ਧਿਆਨ ਦੇਣਾ ਪਵੇਗਾ। ਹਰ ਸਫਲ ਵਿਅਕਤੀ ਨੇ ਇਹਨਾਂ ਸਮੱਸਿਆਵਾਂ ਵੱਲ ਆਪਣੀ ਸਮਰੱਥਾ ਅਨੁਸਾਰ ਧਿਆਨ ਦਿੱਤਾ ਤੇ ਮਨੁੱਖ ਜਾਤੀ ਦੀ ਸੇਵਾ ਕੀਤੀ ਹੈ। ਮਨੁੱਖ ਜਾਤੀ ਦੀ ਸੇਵਾ ਕਰਨ ਦੇ ਪੱਖੋਂ ਸੰਸਾਰ ਦੇ ਇਤਿਹਾਸ ਵਿੱਚ ਜਿੰਨੇ ਅਵਸਰ ਅੱਜ ਹਨ ਉਹਨੇ ਪਹਿਲਾਂ ਕਦੇ ਵੀ ਨਹੀਂ ਸੀ ਇਹ ਖੇਤਰ ਇੰਨਾ ਵਿਸ਼ਾਲ ਹੈ ਕਿ ਇਸ ਵਿੱਚ ਜੋ ਵੀ ਨਿਤਰੇਗਾ ਉਹ ਸਫਲ ਹੋਏਗਾ ਕੇਵਲ ਪ੍ਰਸ਼ੰਸਾ ਨਾਲ ਕੋਈ ਵਿਕਾਸ ਨਹੀਂ ਵਾਪਰਦਾ ਉਸ ਕੋਲ ਜਾਣ ਲਈ ਸਦਾ ਤਤ ਪਰ ਰਹਿਣਾ ਜਿਹੜਾ ਤੁਹਾਨੂੰ ਤੁਹਾਡੀਆਂ ਘਾਟਾਂ ਤੋਂ ਜਾਣੂ ਕਰਵਾਏ ਕਿਉਂਕਿ ਉਸ ਨੂੰ ਤੁਹਾਡੇ ਵਿਕਾਸ ਵਿੱਚ ਦਿਲਚਸਪੀ ਹੈ ਯਾਦ ਰੱਖਣਾ ਕਿ ਪ੍ਰਕਿਰਤੀ ਜਾਂ ਪਰਮਾਤਮਾ ਨੂੰ ਕੋਈ ਕਾਲੀ ਨਹੀਂ ਹੈ ਕਾਲ ਨਾਲ ਸਦੀਵੀ ਪ੍ਰਾਪਤੀਆਂ ਸੰਭਵ ਨਹੀਂ ਹੁੰਦੀਆਂ ਵਿਸ਼ੇਸ਼ਤਾ ਕੁਦਰਤ ਦਾ ਗੁਣ ਨਹੀਂ ਇਹ ਮਨੁੱਖ ਦਾ ਉਹ ਗੁਣ ਹੈ ਕਾਲ ਨਾਲ ਕਮ ਘਟਦਾ ਨਹੀਂ ਵੱਧਦਾ ਹੈ ਇਹ ਜਾਨਣਾ ਜ਼ਰੂਰੀ ਹੈ ਕਿ ਬਿਨਾਂ ਫਰਜ਼ ਨਿਭਾਏ ਮਨੁੱਖ ਸੁਖ ਹਾਸਲ ਨਹੀਂ ਕਰ ਸਕਦਾ ਫਰਜ਼ ਸਮਝਾਈ ਨਹੀਂ ਜਾਂਦੇ ਇਹ ਸਮਝੇ ਜਾਂਦੇ ਹਨ ਫਰਜ਼ ਦੇ ਪੱਖੋਂ ਕੁਝ ਵੀ ਛੋਟਾ ਨਹੀਂ ਹੈ ਛੋਟੀ ਅਸਲ ਵਿੱਚ ਤੁਹਾਡੀ ਸੋਚ ਵੱਲੋਂ ਮਿੱਥੀ ਗਈ ਹੱਦ ਹੁੰਦੀ ਹੈ ਜਦੋਂ ਮਨੁੱਖ ਹਾਰ ਜਾਂਦਾ ਹੈ ਤੇ ਉਹ ਹਾਰ ਦੇ ਅਨੁਸਾਰੀ ਤਰਕ ਦੀ ਉਸਾਰੀ ਕਰਦਾ ਹੈ ਅਜਿਹੇ ਵਿਅਕਤੀ ਲਈ ਹਾਰ ਸੰਸਾਰ ਦੀ ਕਥਾ ਹੈ ਇਥੇ ਜੋ ਵੀ ਆਇਆ ਹੈ ਹਾਰ ਕੇ ਗਿਆ ਹੈ ਜਦੋਂ ਕਿ ਸਫਲਤਾ ਦੀ ਤੰਗ ਵਾਲੇ ਵਿਅਕਤੀ ਨੂੰ ਖਤਰਿਆਂ ਵਿੱਚੋਂ ਵੀ ਅਵਸਰ ਵਿਖਾਈ ਦਿੰਦੇ ਹਨ ਅਸੀਂ ਉਦੇਸ਼ਾਂ ਤੇ ਕਾਰਨਾਂ ਨਾਲ ਇੰਨੇ ਵੱਜ ਗਏ ਹਾਂ ਕਿ ਜਿਹੜਾ ਅਕਾਰਨ ਖੁਸ਼ ਹੋਵੇ ਉਸ ਨੂੰ ਅਸੀਂ ਪਾਗਲ ਕਹਿੰਦੇ ਆਂ ਅਜੋਕੇ ਯੁੱਗ ਵਿੱਚ ਅਸਲੀ ਸ਼ਹੀਦ ਤਾਂ ਉਹੀ ਹਨ ਜਿਹੜੇ ਜ਼ਿੰਦਗੀ ਦੇ ਲੰਮੇ ਵਿਸਥਾਰ ਵਿੱਚ ਜਿਉਂਦੇ ਹਨ ਸੋਚ-ਸੋਚ ਕੇ ਸਾਹ ਨਹੀਂ ਲਿਆ ਜਾ ਸਕਦਾ ਨਿਰਸੰਦੇਹ ਜੀਵਨ ਦੁਚਿੱਤੀਆਂ ਨਾਲ ਘਿਰਿਆ ਪਿਆ ਹੈ ਪਰ ਇਸ ਗੱਲ ਦੀ ਤਰਵਾ ਸੁਣੀ ਚਾਹੀਦੀ ਹੈ ਕਿ ਕੋਈ ਵੀ ਦੁਚਿੱਤੀ ਨਵੀਂ ਨਹੀਂ ਦੁਚਿੱਤੀਆਂ ਉਹਨਾਂ ਲਈ ਹਨ ਜਿਹੜੇ ਸੋਚ ਤੋਂ ਸਖੜੇ ਹਨ ਅਮਲ ਤੋਂ ਕੋਰੇ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਸਭ ਕੁਝ ਦੇਣ ਲਈ ਤਿਆਰ ਹਾਂ ਉਹਨਾਂ ਨੂੰ ਪੁੱਛਣਾ ਉਹਨਾਂ ਕੋਲ ਦੇਣ ਲਈ ਹੈ ਹੀ ਕੀ ਮਾਨਤਾ ਤੇ ਧੰਨਵਾਦ ਦੀ ਪਰਵਾਹ ਤੇ ਆਸ ਕੀਤੇ ਬਿਨਾ ਜਿਹੜੇ ਲੰਮੀ ਸਫਰ ਉਤੇ ਨਿਕਲਦੇ ਹਨ ਉਹੀ ਸਹਿਜ ਆਨੰਦ ਦੀ ਪ੍ਰਾਪਤੀ ਕਰਦੇ ਹਨ ਜੀਵਨ ਦਾ ਇਹ ਵਿਅੰਗ ਹੈ ਕਿ ਜੋ ਕਾਲੀ ਕਰਦੇ ਹਨ ਉਹੀ ਖੁੰਝਦੇ ਹਨ ਹਰ ਸਫਲਤਾ ਦਾ ਆਪਣਾ ਇੱਕ ਭੇਤ ਹੁੰਦਾ ਹੈ ਪਰ ਸਾਰੀਆਂ ਸਫਲਤਾਵਾਂ ਦਾ ਇੱਕ ਸਾਂਝਾ ਭੇਤ ਹੈ ਠਹਿਰ ਤਾਂ ਭਾਵੇਂ ਜਾਓ ਪਰ ਰੁਕੋ ਨਾ ਮਨੁੱਖ ਦੇ ਸਾਰੇ ਯਤਨਾਂ ਦਾ ਉਦੇਸ਼ ਸਫਲਤਾ ਪ੍ਰਾਪਤ ਕਰਨਾ ਹੈ ਜਿਹੜੇ ਚੱਲਦੇ ਹਨ ਤੇ ਚੱਲਦੇ ਰਹਿੰਦੇ ਹਨ ਉਹੀ ਪਹੁੰਚਦੇ ਹਨ ਧੰਨਵਾਦ ਸਰਦਾਰ ਨਰਿੰਦਰ ਸਿੰਘ ਕਪੂਰ ਦਾ ਲੇਖ ਹੈ ਚਿੰਤਾ ਦੇ ਪ੍ਰਸੰਗ ਵਿੱਚ ਪੁਸਤਕ ਹੈ ਅੰਤਰਚਾਤ ਤੁਸੀਂ ਜਿੱਥੇ ਵੀ ਬੈਠੇ ਹੋ요 ਉੱਥੇ ਬੈਠੇ ਰਹਿਣ ਵਾਸਤੇ ਵੀ ਤੁਹਾਨੂੰ ਬੜੀ ਤੇਜ਼ ਦੌੜ ਲਾਉਣੀ ਪਏਗੀ ਇਹ ਚਿੰਤਾ ਦਾ ਯੋਗ ਹੈ ਨਿਸ਼ਚਿੰਤ ਹੋ ਕੇ ਬੈਠਣਾ ਮਨਾ ਹੈ ਪਹਿਲਾਂ ਜਦੋਂ ਲੋਕ ਪਰੇਸ਼ਾਨ ਹੁੰਦੇ ਸਨ ਤਾਂ ਘਰਾਂ ਵੱਲ ਮੁੜਦੇ ਸਨ ਹੁਣ ਜਦੋਂ ਉਹ ਪਰੇਸ਼ਾਨ ਹੁੰਦੇ ਹਨ ਤਾਂ ਘਰੋਂ ਬਾਹਰ ਚਲੇ ਜਾਂਦੇ ਹਨ ਚਿੰਤਾਵਾਂ ਵਿੱਚ ਘਿਰਿਆ ਹੋਇਆ ਵਿਅਕਤੀ ਜਦੋਂ ਪਰੇਸ਼ਾਨੀਆਂ ਦੀ ਭੀੜ ਵਿੱਚੋਂ ਲੰਘਦਾ ਹੋਇਆ ਘਰ ਦੀ ਦਹਲੀਜ਼ ਟੱਪਦਾ ਹੈ ਤਾਂ ਕਿਸੇ ਚੀਜ਼ ਦੇ ਖਰਾਬ ਹੋ ਜਾਣ ਕਿਸੇ ਵਸਤ ਦੇ ਮੁੱਕ ਜਾਣ ਕਿਸੇ ਦੇ ਲੜਪਣ ਆਦਿਆਂ ਸਮੱਸਿਆਵਾਂ ਉਹਦਾ ਰਾਮਲ ਲੈਂਦੀਆਂ ਹਨ ਪਿਛਲੀ ਸਦੀ ਵਿੱਚ ਜਿਹੋ ਜਿਹਾ ਭੇੜ-ਪੜੱਕਾ ਜੰਗ ਦੇ ਮੈਦਾਨ 'ਚ ਹੋਇਆ ਕਰਦਾ ਸੀ ਉਹੋ ਜਿਹਾ ਤੇ ਕਈ ਵਾਰੀ ਉਸ ਨਾਲੋਂ ਵੀ ਵੱਧ ਅੱਜਕੱਲ੍ਹ ਹਰ ਸ਼ਹਿਰ ਦੇ ਵੱਡੇ ਬਾਜ਼ਾਰ ਵਿੱਚ ਸਹਿਜ ਹੀ ਵੇਖਿਆ ਜਾ ਸਕਦਾ ਹੈ ਕਿਸੇ ਵੀ ਸ਼ਹਿਰ ਦੇ ਅੰਦਰਲੇ ਪਾਸੇ ਚਲੇ ਜਾਓ ਨਿਰੰਤਰ ਯੁੱਧ ਹੋ ਰਿਹਾ ਪ੍ਰਤੀਤ ਹੋਏਗਾ ਕਿਸੇ ਵੀ ਘਰ ਦੇ ਅੰਦਰ ਝਾਤ ਮਾਰ ਕੇ ਵੇਖੋ ਖੋਹਾ ਖਾਈ ਅਤੇ ਆਪੋ ਤਾਪੀ ਦੀ ਕਾਲ ਵੀ ਖਾਈ ਦੇਗੀ ਕਿਸੇ ਨਾਲ ਬੈਠ ਵੇਖੋ ਹਰ ਕੋਈ ਆਪਣੀ ਆਪਣੀਆਂ ਚਿੰਤਾਵਾਂ ਦੀ ਬਰੀ ਤੇ ਪਰੇਸ਼ਾਨੀਆਂ ਦਾ ਦਾਜ ਤੁਹਾਡੇ ਸਾਹਮਣੇ ਖਿਲਾਰਦਾ ਹੈਗਾ ਵਿਦਿਆ ਤੇ ਵਿਗਿਆਨ ਨੇ ਸਾਨੂੰ ਗਿਆਨ ਤਾਂ ਦਿੱਤਾ ਹੈ ਪਰ ਸਾਡੇ ਤੋਂ ਮਨ ਦੀ ਸ਼ਾਂਤੀ ਖੋ ਲਈ ਹੈ ਇਕੱਠਿਆਂ ਰਹਿਣ ਦੀ ਸਮਰੱਥਾ ਖੋ ਲਈ ਹੈ ਪ੍ਰਸੰਨ ਹੋਣ ਦੀ ਸੰਭਾਵਨਾ ਖੋ ਲਈ ਹੈ ਜਿਉਂ-ਜਿਉਂ ਮਨੁੱਖ ਦਾ ਗਿਆਨ ਵੱਧ ਰਿਹਾ ਹੈ ਜੋ ਤੇ ਉਸ ਤੇ ਗਿਆਨਤਾ ਪ੍ਰਤੀ ਸੋਝੀ ਤੇ ਚਿੰਤਾ ਵੀ ਵਧ ਰਹੀ ਹੈ ਗਿਆਨवान ਮਨੁੱਖ ਹੁਣ ਸੌਤੇ ਸਰਲ ਬਣਨ ਦੇ ਤਰਲੇ ਲੈ ਰਿਹਾ ਹੈ ਪਿੱਛੇ ਮੁੜਨਾ ਹੁਣ ਸੰਭਵ ਆਧੁਨਿਕ ਸੰਸਾਰ ਵਿੱਚ ਅਗਿਆਨੀ ਹੋਣਾ ਸੰਭਵ ਹੈ ਅਜੋਕੇ ਜੀਵਨ ਵਿੱਚ ਚਿੰਤਾ ਤੋਂ ਮੁਕਤ ਹੋਣਾ ਵੀ ਅਸੰਭਵ ਹੈ ਗਿਆਨ ਤੇ ਚਿੰਤਾ ਇੱਕ ਹੀ ਤਸਵੀਰ ਦੀ ਸਿੱਧ ਪੋਠਾਨ ਜੇ ਅਸੀਂ ਚਿੰਤਾ ਨਾ ਕਰੀਏ ਤੇ ਸਾਨੂੰ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ ਚਿੰਤਾ ਕਰਨਾ ਮਨ ਦਾ ਹਰ ਮਨ ਪਿਆਰਾ ਰੂਜੇ ਮੈਂ ਜਿੰਨਾ ਚਿਰ ਅਸੀਂ ਜਿਉਂਦੇ ਰਹਿੰਨੇ ਆ ਅਸੀਂ ਕਿਸੇ ਨਾ ਕਿਸੇ ਚਿੰਤਾ ਦੀ ਪਕੜ ਵਿੱਚ ਰਹਿੰਦੇ ਆ ਚਿੰਤਾ ਕਾਰਨ ਹੀ ਅਸੀਂ ਸੁੱਖ ਦੀ ਇੱਛਾ ਕਰਦੇ ਆ ਅਜੋਕੇ ਯੁੱਗ ਦੇ ਕਿਸੇ ਵੀ ਮਨੁੱਖ ਕੋਲ ਇੰਨਾ ਗਿਆਨ ਤੇ ਇੰਨੀ ਸਦ ਨਹੀਂ ਹਨ ਕਿ ਉਹ ਨਿਸ਼ਚਿੰਤ ਹੋ ਸਕੇ ਜੇ ਕਿਸੇ ਚੀਜ਼ ਜਾਂ ਸਥਿਤੀ ਦੀ ਵਿਰੋਧੀ ਧਿਰ ਨਾ ਹੋਵੇ ਤਾਂ ਉਹਦਾ ਮਹੱਤਵ ਨਹੀਂ ਬਣਦਾ ਕਾਲੀ ਤਸਵੀਰ ਸਫेद ਪਿਟ ਭੂਮੀ ਵਿੱਚ ਹੀ ਸੰਭਵ ਹੈ ਸੂਰਜ ਦਾ ਮਹੱਤਵ ਰਾਤ ਦੇ ਹਨੇਰੇ ਕਾਰਨ ਹੈ ਸੱਚਾਈ ਦਾ ਮਹੱਤਵ ਇਸ ਕਾਰਨ ਹੈ ਕਿ ਇਸ ਦੇ ਆਲੇ ਦੁਆਲੇ ਝੂਠ ਦਾ ਫੈਸਾਰ ਹੈ ਇਮਾਨਦਾਰੀ ਇਸ ਲਈ ਦੁਰਲੱਭ ਹੈ ਕਿਉਂਕਿ ਸਾਡਾ ਯੁੱਗ ਬੇਈਮਾਨੀ ਦਾ ਹੈ ਮਨ ਸਦਾ ਪੁਰਾਣੀਆਂ ਲੀਹਾਂ ਤੇ ਚੱਲਣਾ ਚਾਹੁੰਦਾ ਹੈ ਸੱਚ ਸਦਾ ਨਵਾਂ ਹੁੰਦਾ ਹੈ ਸੱਚ ਚਿੰਤਾ ਉਭਜਾਉਂਦਾ ਹੈ ਸਾਨੂੰ ਝੂਠ ਸੁਣਨ ਦੀ ਆਦਤ ਪੈ ਚੁੱਕੀ ਹੁੰਦੀ ਹੈ ਕਿ ਸੱਚ ਸੁਣ ਕੇ ਅਸੀਂ ਕਬਰਾ ਜਾਂਦੇ ਹਾਂ ਜਦੋਂ ਕਿਸੇ ਰਿਸ਼ਤੇ ਲਈ ਹਾਂ ਕੀਤੀ ਜਾ ਰਹੀ ਹੁੰਦੀ ਹੈ ਉੱਥੇ ਧੁਰ ਅੰਦਰੋਂ ਕਿਦਰੇ ਨਾ ਵੀ ਕਹੀ ਜਾ ਰਹੀ ਹੁੰਦੀ ਹੈ ਜਦੋਂ ਕਿਸੇ ਨੂੰ ਵਧਾਈ ਦਿੱਤੀ ਜਾ ਰਹੀ ਹੁੰਦੀ ਹੈ ਉੱਥੇ ਮਨ ਦੀ ਕਿਸੇ ਚੁੱਪੀ ਪਰਤ ਵਿੱਚੋਂ ਈਰਖਾ ਵੀ ਉੱਠ ਰਹੀ ਹੁੰਦੀ ਹੈ ਮਨ ਦੁਚਿੱਤੀਆਂ ਦਾ ਖਾੜਾ ਹੈ ਜਦੋਂ ਕਿ ਦਿਲ ਸਾਫ਼ ਸਰਲ ਸਾਦੇ ਸੌ ਸਹਿਯੋਗੀ ਤੇ ਸਪਸ਼ਟ ਵਰਤਾਰੇ ਲਈ ਤੰਗਦਾ ਹੈ ਚਲਾਕ ਲੋਕ ਸਾਊ ਵਿਅਕਤੀਆਂ ਦੇ ਮੁਕਾਬਲੇ ਵਧੇਰੇ ਚਿੰਤਾ ਕਰਦੇ ਹਨ ਤੇ ਵਧੇਰੇ ਚਿੰਤਾ ਉਪਜਾਉਂਦੇ ਹਨ ਪੁਰਸ਼ਾਂ ਦੀਆਂ ਚਿੰਤਾਵਾਂ ਆਮ ਕਰਕੇ ਆਰਥਿਕ ਖੇਤਰਾਂ ਨਾਲ ਸਬੰਧਤ ਹੁੰਦੀਆਂ ਹਨ ਹਰ ਕਿਸੇ ਨੂੰ ਆਪਣੀਆਂ ਚਿੰਤਾਵਾਂ ਨਾਲ ਇੱਕ ਪ੍ਰਕਾਰ ਦਾ ਮੋਹ ਪੈ ਜਾਂਦਾ ਹੈ ਆਦਤ ਪੈ ਜਾਂਦੀ ਹੈ ਤੇ ਅਸੀਂ ਉਸ ਆਦਤ ਵਸੇ ਚਿੰਤਾ ਕਰਦੇ ਰਹਿੰਦੇ ਹਾਂ ਚਿੰਤਾ ਕਰਨ ਵਾਂਗ ਚਲਾਕੀ ਕਰਨਾ ਵੀ ਮਨ ਦੀ ਮਜਬੂਰੀ ਹੈ ਚਲਾਕ ਲੋਕ ਨਹੀਂ ਬਦਲਦੇ ਬਦਲ ਦੇ ਕੇਵਲ ਸਰਲ ਸੁਭਾਅ ਵਾਲੇ ਹਨ ਜੇ ਚਲਾਕ ਵਿਅਕਤੀ ਨੂੰ ਕੁਝ ਕਰਨ ਤੋਂ ਰੋਕਿਆ ਜਾਵੇ ਤਾਂ ਉਹ ਹੀ ਕੁਝ ਕਰਨ ਲਈ ਉਹ ਕੋਈ ਹੋਰ ਢੰਗ ਅਪਣਾ ਲਏਗਾ ਚਿੰਤਾ ਦੀਆਂ ਨਿੱਕਾਂ ਕਿਸਮਾਂ ਤੇ ਕਾਰਨ ਹਨ ਜਿਹੜਾ ਪੁਰਸ਼ ਇੱਕੋ ਵੇਲੇ ਦੋ ਇਸਤਰੀਆਂ ਨਾਲ ਪਿਆਰ ਕਰਦਾ ਉਹ ਪਿਆਰ ਘੱਟ ਤੇ ਬੇਈਮਾਨੀ ਵਧੇਰੇ ਕਰਦਾ ਹੈ ਬੇਈਮਾਨ ਵਿਅਕਤੀ ਸਭ ਤੋਂ ਪਹਿਲਾਂ ਆਪਣੀ ਪਤਨੀ ਨਾਲ ਹੀ ਬੇਈਮਾਨੀ ਕਰਦਾ ਹੈ ਚਲਾਕੀ ਵੀ ਸਭ ਤੋਂ ਪਹਿਲਾਂ ਉਸ ਨਾਲ ਕੀਤੀ ਜਾਂਦੀ ਹੈ ਜਿਹੜਾ ਸਾਨੂੰ ਨਿਰਚਲ ਸਮਝਦਾ ਹੈ ਬੇਈਮਾਨੀ ਚਲਾਕੀ ਝੂਠ ਫਰੇਬਾਦ ਜੀਵਨ ਦੇ ਸੁਰ ਤਾਲ ਨੂੰ ਵਿਗਾੜ ਦਿੰਦੇ ਹਨ ਤੇ ਜੀਵਨ ਦੀ ਵਿਗੜੀ ਹੋਈ ਸੁਰ ਤਾਲ ਚਿੰਤਾਵਾਂ ਨੂੰ ਜਨਮ ਦਿੰਦੀ ਹੈ ਜਿਸ ਨੇ ਵੀ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਨਹੀਂ ਜੀਵੀ ਹੁੰਦੀ ਉਹ ਉਮਰ ਦੇ ਵਧਣ ਨਾਲ ॠषि ਹੋਣ ਦੇ ਥਾਂ ਆਯਾਸ਼ ਹੋ ਜਾਂਦਾ ਹੈ ਆਯਾਸ਼ ਲੋਕ ਸਮਾਜ ਵਿੱਚ ਅਸ਼ਾਂਤੀ ਫੈਲਾਉਂਦੇ ਹਨ ਅਤੇ ਅਸ਼ਾਂਤੀ ਚਿੰਤਾਵਾਂ ਦਾ ਪ੍ਰਮੁੱਖ ਸਰੋਤ ਹੈ ਜਿੰਨਾ ਕੋਈ ਵਧੇਰੇ ਬੇਲੋੜਾ ਹੁੰਦਾ ਹੈ ਉਨਾ ਹੀ ਉਹ ਵਧੇਰੇ ਸ਼ੋਰ ਕਰਦਾ ਹੈ ਜਿੰਨਾ ਕੋਈ ਵਧੇਰੇ ਨਿਕੰਮਾ ਹੁੰਦਾ ਹੈ ਉਨੀਆਂ ਹੀ ਵਧੇਰੇ ਪਰੇਸ਼ਾਨੀਆਂ ਉਹ ਪੁਜਾਉਂਦਾ ਹੈ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸੰਤੁਸ਼ਟ ਨਹੀਂ ਹੁੰਦੇ ਇਸੇ ਲਈ ਅਸੀਂ ਦੋਸਤ ਸਹੇਲੀਆਂ ਬਣਾਉਂਦੇ ਹਾਂ ਅਸੀਂ ਆਪਣੇ ਖਾਲੀ ਵਿਰਾਂਤ ਤੇ ਉਦਾਸ ਦਿਲ ਨੂੰ ਆਬਾਦ ਕਰਨ ਲਈ ਹੀ ਕਿਸੇ ਨੂੰ ਪਿਆਰ ਕਰਦੇ ਹਾਂ ਪਰ ਪਿਆਰ ਦੀਆਂ ਆਪਣੀਆਂ ਚਿੰਤਾਵਾਂ ਹਨ ਸੁਖੀ ਹੋਣ ਵਾਸਤੇ ਸਾਨੂੰ ਦੋਸਤਾਂ ਤੇ ਦੁਸ਼ਮਣਾਂ ਦੋਹਾਂ ਦੀ ਲੋੜ ਹੁੰਦੀ ਹੈ। ਜੀਵਨ ਦੀਆਂ ਚਿੰਤਾਵਾਂ ਕਾਰਨ ਅਸੀਂ ਆਪਣੀਆਂ ਸਫਲਤਾਵਾਂ ਦਾ ਦੋਸ਼ ਆਪਣੇ ਵਿਰੋਧੀਆਂ ਜਾਂ ਦੁਸ਼ਮਣਾਂ ਦੇ ਸਿਰ ਮੜਨਾ ਹੁੰਦਾ ਹੈ। ਤੇ ਆਪਣੀਆਂ ਸਫਲਤਾਵਾਂ ਦੀ ਪੁਸ਼ਟੀ ਲਈ ਸਾਨੂੰ ਦੋਸਤਾਂ ਦੀ ਲੋੜ ਪੈਂਦੀ ਹੈ। ਦੁਖੀ ਹੋਣ ਵਾਸਤੇ ਵੀ ਸਾਨੂੰ ਦੁਸ਼ਮਣਾਂ ਤੇ ਦੋਸਤਾਂ ਦੀ ਲੋੜ ਪੈਂਦੀ ਹੈ। ਦੁਸ਼ਮਣ ਸਾਡੀ ਨਿੰਦਾ ਕਰਦੇ ਹਨ ਤੇ ਦੋਸਤ ਸਾਨੂੰ ਉਸ ਨਿੰਦਾ ਦੀ ਸੂਚਨਾ ਦਿੰਦੇ ਹਨ। ਸਾਰੇ ਰਿਸ਼ਤੇ ਆਪਣੀ ਆਪਣੀ ਪ੍ਰਕਾਰ ਦਾ ਸੁੱਖ ਤੇ ਦੁੱਖ ਦਿੰਦੇ ਹਨ ਸਾਰੇ ਰਿਸ਼ਤੇ ਆਪਣੀ ਆਪਣੀ ਕਿਸਮ ਦੀ ਚਿੰਤਾ ਪਜਾਉਂਦੇ ਹਨ ਤੇ ਚਿੰਤਾ ਦੂਰ ਵੀ ਕਰਦੇ ਹਨ ਜੀਵਨ ਦਾ ਸੱਚ ਇਹ ਹੈ ਜਿੰਨਾ ਮੰਨਣਾ ਚਾਹੋ ਮੰਨ ਲੈਣਾ ਚਿੰਤਾ ਜੀਵਨ ਦਾ ਬੁਨਿਆਦੀ ਅੰਗ ਹੈ ਚਿੰਤਾ ਕਰਨ 'ਚ ਕੋਈ ਹਰਜ਼ ਨਹੀਂ ਪਰ ਇੱਕੋ ਚਿੰਤਾ ਨਾਲ ਚਿਮੜੇ ਰਹਿਣਾ ਚਿੰਤਾ ਵਾਲੀ ਗੱਲ ਹੈ ਹਾਰ ਜਾਣ ਵਿੱਚ ਜਾਂ ਸਫਲ ਹੋਣ ਵਿੱਚ ਜਾਂ ਪਟਕ ਜਾਣ ਵਿੱਚ ਵੀ ਕੋਈ ਹਰਜ ਨਹੀਂ ਪਰ ਮੁੜ ਮੁੜ ਹਾਰਨ ਵਿੱਚ ਉਹ ਚਿੰਤਾ ਉਪਜੇਗੀ ਅਸਫਲ ਹੋਵੋ ਪਰ ਅਗਲੀ ਅਸਫਲਤਾ ਦੀ ਪੱਦਰ ਪਹਿਲੀ ਅਸਫਲਤਾ ਨਾਲੋਂ ਚੰਗੇਰੀ ਤੇ ਉੱਚੇਰੀ ਹੋਣੀ ਚਾਹੀਦੀ ਹੈ ਪਟਕ ਜਾਉਗੇ ਤਾਂ ਤਜਰਬਾ ਤਾਂ ਮਿਲੇਗਾ ਹੀ ਕਈ ਤਜਰਬੇ ਪਟਕ ਜਾਣ ਨਾਲ ਹੀ ਮਿਲਦੇ ਹਨ ਪਰ ਖਿਆਲ ਰੱਖਣਾ ਇੱਕ ਹੀ ਰਾਹ ਉੱਤੇ ਮੁੜ ਮੁੜਨਾ ਪਟਕਣਾ ਇਹ ਚਿੰਤਾਵਲੀ ਗੱਲ ਹੈ ਕਿ ਕਈ ਪ੍ਰੇਮੀਆਂ ਦੇ ਵਿਆਹ ਹੋ ਜਾਂਦੇ ਹਨ ਜਿਹੜੇ ਪ੍ਰੇਮੀ ਇੱਕ ਦੂਜੇ ਦੇ ਸਾਥ ਵਿੱਚ ਉੱਡਦੇ ਫਿਰਦੇ ਸਨ ਵਿਆਹ ਹੋ ਜਾਣ ਉਪਰੰਤ ਉਹ ਇੱਕ ਦੂਜੇ ਨੂੰ ਕਸੀਟਦੇ ਹਨ ਸਾਨੂੰ ਕਸੀਟਣ ਵਾਲੇ ਸਾਡੀ ਮਰਜ਼ੀ ਨਹੀਂ ਪੁੱਛਦੇ ਮੁੱਢ ਵਿੱਚ ਸਾਡੀ ਇੱਛਾ ਪਿਆਰ ਕਰਨ ਦੀ ਹੁੰਦੀ ਹੈ ਪਰ ਅਸੀਂ ਲਾਲਚ ਵਸ ਵਿਆਹ ਲਈ ਤਰਸਣ ਲੱਗ ਪੈਂਦੇ ਹਾਂ ਲਾਲਚ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਚਿੰਤਾ ਨੂੰ ਜਨਮ ਦਿੰਦਾ ਹੈ ਅਸੀਂ ਹੋਰ ਪਿਆਰ ਦੀ ਇੱਛਾ ਕਰਦੇ ਕਰਦੇ ਪਿਆਰ ਦੇ ਖੇਤਰ ਤੋਂ ਬਾਹਰ ਹੋ ਜਾਂਦੇ ਹਾਂ ਤੇ ਚਿੰਤਾ ਸਹਿੜ ਲੈਂਦੇ ਆ ਕੋਈ ਮਨੁੱਖ ਮੁਸ਼ਕਲ ਵਿੱਚ ਚਿੰਤਾ ਅਤੇ ਮੁਸੀਬਤ ਵਿੱਚ ਕਿੰਨਾ ਕੁ ਕੱਟ ਸਕਦਾ ਹੈ ਕੋਈ ਮਨੁੱਖ ਜੰਗਲ ਵਿੱਚ ਵੱਧ ਤੋਂ ਵੱਧ ਕਿੰਨੀ ਦੂਰ ਤੱਕ ਜਾ ਸਕਦਾ ਹੈ ਵੱਧ ਤੋਂ ਵੱਧ ਅੱਧ ਤੱਕ ਜਾ ਸਕਦਾ ਹੈ ਰਾਤ ਵੱਧ ਤੋਂ ਵੱਧ ਅੱਧ ਤੱਕ ਵੱਧ ਸਕਦੀ ਹੈ ਅਧੂਪਰੰਤ ਜੰਗਲ ਵਾਂਗ ਰਾਤ ਵੀ ਘਟਣ ਲੱਗ ਪੈਂਦੀ ਹੈ ਜੰਗਲ ਵਿੱਚ ਜੇ ਮਨੁੱਖ ਅਧੂਪਰੰਤ ਵੀ ਚੱਲਦਾ ਜਾਏ ਤਾਂ ਉਹ ਜੰਗਲ ਤੋਂ ਪਾਰ ਨਿਕਲ ਜਾਏਗਾ ਅਸੀਂ ਆਪ ਮੁਹਾਰੇ ਮੁਸ਼ਕਲਾਂ ਤੇ ਮੁਸੀਬਤਾਂ ਤੇ ਚਿੰਤਾਵਾਂ ਵਿੱਚ ਅੱਧ ਵਿੱਚ ਪਹੁੰਚਣ ਤੋਂ ਮਗਰੋਂ ਬਾਹਰ ਨਿਕਲਣ ਲੱਗ ਪੈਂਦੇ ਆ। ਵੀਰਵਾਰ ਤੋਂ ਅਸੀਂ ਆਉਣ ਵਾਲੇ ਐਤਵਾਰ ਦੇ ਸੰਦਰਭ ਵਿੱਚ ਸੋਚਣ ਲੱਗ ਪੈਂਦੇ ਆ। ਮਹੀਨੇ ਦਾ ਅੰਤ ਲੰਘਣ ਉੱਤੇ ਅਗਲਾ ਮਹੀਨਾ ਨੇੜੇ ਪ੍ਰਤੀਤ ਹੋਣ ਲੱਗ ਪੈਂਦਾ ਹੈ। ਅੱਧ ਦਾ ਇਹ ਨਿਯਮ ਜੀਵਨ ਦੇ ਹਰ ਵਰਤਾਰੇ ਉੱਤੇ ਲਾਗੂ ਹੁੰਦਾ ਹੈ। ਸਾਡੀਆਂ ਲਗਭਗ ਸਾਰੀਆਂ ਚਿੰਤਾਵਾਂ ਦਾ ਇੱਕ ਕਾਰਣੀ ਵੀ ਹੈ ਕਿ ਜੋ ਕੁਝ ਸਾਡੇ ਕੋਲ ਹੁੰਦਾ ਹੈ ਉਸ ਨਾਲ ਪ੍ਰਸੰਨ ਹੋਣ ਦੀ ਥਾਂ ਅਸੀਂ ਦੂਰ ਦੁਰਾਡੀਆਂ ਚੀਜ਼ਾਂ ਲਈ ਤੰਗਣ ਲੱਗ ਪੈਂਦੇ ਹਾਂ ਅਸੀਂ ਹੱਥ ਵਿੱਚਲੇ ਅਵਸਰਾਂ ਦੀ ਪਰਵਾਹ ਨਹੀਂ ਕਰਦੇ ਤੇ ਉੱਚੇ ਉੱਚੇ ਅਪਹੁੰਚੂ ਦੇਸ਼ ਮਿੱਥ ਲੈਂਦੇ ਹਾਂ ਅਸੀਂ ਜੀਵਨ ਨੂੰ ਮਾਪਦੇ ਸਾਲਾਂ ਵਿੱਚ ਆ ਪਰ ਜਿਉਂਦੇ ਦਿਨਾਂ ਵਿੱਚ ਆ ਸੰਸਾਰ ਦੀ ਕੋਈ ਘਟਨਾ ਲੈ ਲਵੋ ਤੁਸੀਂ ਵੇਖੋਗੇ ਕਿ ਉਹ ਕਿਸੇ ਇੱਕ ਦਿਨ ਵਿੱਚ ਹੀ ਵਾਪਰੀ ਹੁੰਦੀ ਹੈ ਬੁੱਧ ਨੇ ਯਤਨ ਕਈ ਵਾਰੇ ਕੀਤੇ ਪਰ ਜਦੋਂ ਗਿਆਨ ਪ੍ਰਾਪਤ ਹੋਇਆ ਤਾਂ ਇੱਕ ਦਿਨ ਵਿੱਚ ਹੀ ਹੋਇਆ ਆਪਣੇ ਦੇਸ਼ ਦੀਆਂ ਪ੍ਰਮੁੱਖ ਘਟਨਾਵਾਂ ਸੀ ਕਿਸੇ ਨਾ ਕਿਸੇ ਦਿਨ ਨਾਲ ਜੋੜ ਕੇ ਯਾਦ ਕਰਦੇ ਹਾਂ ਸੋ ਸੱਤਾ ਮਹੀਨਾ ਜਾਂ ਸਾਲ ਮਹੱਤਵਪੂਰਨ ਨਹੀਂ ਮਹੱਤਵਪੂਰਨ ਦਿਨ ਹੈ ਬੀਤ ਗਏ ਕੱਲ ਤੇ ਲੰਘ ਗਈ ਸਦੀ ਵਿੱਚ ਕੋਈ ਅੰਤਰ ਨਹੀਂ ਭਵਿਕ ਸਾਡੇ ਕੋਲ ਨਹੀਂ ਸਾਡੇ ਕੋਲ ਕੇਵਲ ਅੱਜ ਦਾ ਦਿਨ ਹੈ ਬਾਕੀ ਦੇ ਰਹਿੰਦੇ ਜੀਵਨ ਲਈ ਅੱਜ ਪਹਿਲਾ ਦਿਨ ਹੈ ਅੱਜ ਦੇ ਦਿਨਾਂ ਦਾ ਪ੍ਰੋਗਰਾਮ ਬਣਾਓ ਅੱਜ ਦਾ ਦਿਨ ਖੇੜੇ ਮੱਥੇ گزارੋ ਅੱਜ ਸਫਲ ਕਰੋ ਤੇ ਅੱਜ ਦਾ ਕੰਮ ਮੁਕਾ ਕੇ ਨਿਸ਼ਚਿੰਤ ਹੋ ਕੇ ਸੌ ਜਾਓ ਜਿਵੇਂ ਰਿੱਜ ਦੇ ਪਤੀਲੇ ਕੋਲ ਮੱਖੀਆਂ ਨਹੀਂ ਆਉਂਦੀਆਂ ਚਿੰਤਾਵਾਂ ਤੁਹਾਡੇ ਨੇੜੇ ਨਹੀਂ ਆਉਣਗੀਆਂ ਇੱਕ ਨਿਰਾਸ਼ ਉਦਾਸ ਮਾਇੂਸ ਵਿਧਵਾ ਨੂੰ ਉਹਦੀ ਸਹੇਲੀ ਨੇ ਕਿਹਾ ਤੂੰ ਅੱਜ ਦਾ ਦਿਨ ਖੇੜੇ ਮੱਥੇ گزار ਲੈ ਕੱਲ ਤੇਰੀ ਸਮੱਸਿਆ ਹੱਲ ਹੋ ਜਾਏਗੀ ਕੇਵਲ ਅੱਜ ਦੇ ਦਿਨ ਨੂੰ ਸਫਲ ਕਰਨ ਲਈ ਯਤਨ ਕਰ ਤੇਰੀ ਯਤਨਾ ਵਿੱਚ ਬਰਕਤ ਪਾਏਗੀ ਅੱਜ ਦੇ ਦਿਨ ਦਾ ਸੂਲ ਚਿੰਤਾਵਾਂ ਤੋਂ ਮੁਕਤੀ ਦਾ ਸ਼ਰਤੀਆ ਇਲਾਜ ਹੈ ਸਾਰੀ ਮਨੁੱਖ ਜਾਤੀ ਦੇ ਸਾਰੇ ਯਤਨਾਂ ਦੇ ਬਾਵਜੂਦ ਲੰਘ ਗਿਆ ਕੱਲ ਵਾਪਸ ਨਹੀਂ ਲਿਆਂਦਾ ਜਾ ਸਕਦਾ ਬਾਕੀ ਦਾ ਜੀਵਨ ਅਸੀਂ ਪਵਿੱਤ ਵਿੱਚ ਗੁਜ਼ਾਰਨਾ ਹੈ ਸੋ ਲੰਘ ਗਏ ਕੱਲ ਨੂੰ ਪੱਕੀ ਤਰ੍ਹਾਂ ਵਿਦਾ ਕਰੋ ਜਦੋਂ ਤੱਕ ਕੱਲ ਬਾਬਤ ਝੂਰਦੇ ਰਹੋਗੇ ਤੁਹਾਡੇ ਅੰਗਾਂ ਵਿੱਚ ਸ਼ਕਤੀ ਨਹੀਂ ਉਪਜੇਗੀ ਮਨ ਖੜਾ ਨਹੀਂ ਹੋਏਗਾ ਦ੍ਰਿਸ਼ਟੀ ਸਪਸ਼ਟ ਨਹੀਂ ਹੋਏਗੀ ਮੇਰੇ ਇੱਕ ਜਾਨੂ ਹਨ ਜਿਨ੍ਹਾਂ ਦਾ ਭਾਈਵਾਲ ਉਹਨਾਂ ਨੂੰ ਧੋਖਾ ਦੇ ਗਿਆ ਭਰਾ ਨੇ ਬੇਈਮਾਨੀ ਨਾਲ ਪਿਤਾ ਜੀ ਦੀ ਸਾਰੀ ਜਾਇਦਾਦ ਆਪਣੇ ਨਾਂ ਲਿਖਵਾ ਲਈ ਸਰਕਾਰ ਨੇ ਬਸ ਸਾਡਾ ਨਵੀਂ ਥਾਂ ਬਣਾ ਦਿੱਤਾ ਤੇ ਉਹਨਾਂ ਦੇ ਹੋਟਲ ਦੇ ਗਾਂ ਕੀ ਮੁੱਕ ਗਏ ਉਹ ਖਬਰਾਂ ਗਏ ਤੇ ਬਿਸਰੇ ਦੇ ਹਵਾਲੇ ਹੋ ਗਏ ਜਦੋਂ ਇੱਕ ਹਫਤਾ ਪਏ ਰਹੇ ਤਾਂ ਗੀਤਾ ਦਾ ਸ਼ਲੋਕ ਯਾਦ ਆਇਆ ਕਿ ਕੀ ਲੈ ਕੇ ਆਇਆ ਸੀ ਜੋ ਇੰਨਾ ਵਿਰਲਾਪ ਕਰ ਰਿਹਾ ਜੋ ਘਵਾਚਿਆ ਤੇ ਰਹਾ ਹੀ ਨਹੀਂ ਸੀ ਮਨ ਤੋਂ ਬੋਝ ਉਤਰਿਆ ਖੂਕ ਸੋਤਾ ਮੰਜੇ ਨਾਲ ਨਫ਼ਰਤ ਹੋ ਗਈ ਅੰਦਰੋਂ ਆਵਾਜ਼ ਆਈ ਇਹ ਕੋਈ ਮਰਨ ਵਾਲੀ ਥਾਂ ਹੈ ਮਰਨ ਦਾ ਇਹ ਕਿਹੜਾ ਢੰਗ ਹੈ ਮਰਨ ਦੀ ਇਹ ਕੋਈ ਉਮਰ ਸੁੱਤੀ ਹੋਈ ਹਿੰਮਤ ਜਾਗ ਪਈ ਤੇ ਆਪਣੇ ਆਪ ਨੂੰ ਸੁਣਾਇਆ ਜੋ ਬੀਤਿਆ ਸੋ ਬੀਤਿਆ ਜੋ ਹੋਵੇਗਾ ਸੋ ਵੇਖਿਆ ਜਾਏਗਾ ਉਨੇ ਉਜੜੇ ਹੋਏ ਹੋਟਲ ਨੂੰ ਵਸਦੀ ਹੋਈ ਵਰਕਸ਼ਾਪ ਬਣਾ ਲਿਆ ਅੱਜ 40 ਤੋਂ ਵੱਧ ਪਰਿਵਾਰ ਉਹਦੇ ਸਰਦਾਲੂ ਹਨ ਜੋ ਬੀਤਿਆ ਸੁ ਬੀਤਿਆ ਜੋ ਹੋਏਗਾ ਸੁ ਵੇਖਿਆ ਜਾਏਗਾ ਦਾ ਸਿਧਾਂਤ ਤੁਹਾਨੂੰ ਟੱਠੀ ਹੋਈ ਢੇਰੀ ਨੂੰ ਮੋੜ ਉਸਾਰਨ ਉਜੜੇ ਹੋਏ ਖੇਤ ਨੂੰ ਮੋੜਵਣ ਹਾਰੀ ਹੋਈ ਬਾਜ਼ੀ ਨੂੰ ਮੋੜ ਜਿੱਤਣ ਗਵਾਚੀ ਹੋਈ ਪੌੜੀ ਨੂੰ ਮੋੜ ਲੱਭਣ ਦਾ ਅਮੁੱਖ ਸਾਹਸ ਦੇਵੇਗਾ ਚਿੰਤਾ ਤੇ ਫਿਕਰ ਮਨੁੱਖ ਦੀ ਵਿਚਾਰ ਸ਼ਕਤੀ ਦਾ ਨਾਸ ਕਰ ਦਿੰਦੇ ਹਨ ਚਿੰਤਾ ਦੇ ਵਾਵਰੋਲੇ ਚ ਘਿਰਿਆ ਮਨੁੱਖ ਕਿਸੇ ਨਤੀਜੇ ਉੱਤੇ ਨਿਸ਼ਚੇ ਨਾਲ ਨਹੀਂ ਅਪੜ ਸਕਦਾ ਜਦੋਂ ਮਨੁੱਖ ਵਿੱਚ ਨਿਸ਼ਚਾ ਨਾ ਹੋਵੇ ਉਹਦੀਆਂ ਵਿਰਤੀਆਂ ਤੇ ਸ਼ਕਤੀਆਂ ਲੜਖੜਾ ਜਾਂਦੀਆਂ ਹਨ ਧਰਤੀ ਬੜਾ ਵੱਡਾ ਸਹਾਰਾ ਹੈ ਪੈਰਾਂ ਨੂੰ ਟਿਕਾਉਣ ਦਾ ਪਰ ਕੰਬ ਦੀਆਂ ਲੱਤਾਂ ਨੂੰ ਇੰਨੀ ਵੱਡੀ ਧਰਤੀ ਵੀ ਖੜਾ ਨਹੀਂ ਕਰ ਸਕਦੀ ਭਾਣਾ ਮੰਨਣ ਦੀ ਜੁਗਤ ਇਸੇ ਸਥਿਤੀ ਵਿੱਚ ਹੀ ਕੰਮ ਆਉਂਦੀ ਹੈ। ਪਾਣਾ ਮੰਨਣ ਦਾ ਇਹ ਅਰਥ ਨਹੀਂ ਕਿ ਕੰਮ ਛੱਡ ਕੇ ਬਹਿ ਜਾਓ। ਇਹਦੇ ਅਰਥ ਇਹ ਹਨ ਕਿ ਜੋ ਹੋ ਗਿਆ ਉਹ ਸਵੀਕਾਰ ਕਰੋ ਤੇ ਅਗਲੇ ਰਾ ਯਤਨ ਕਰੋ। ਪਾਣਾ ਮੰਨਣਾ ਕੋਈ ਧਾਰਮਿਕ ਸੰਕਲਪ ਹੀ ਨਹੀਂ। ਇਹ ਇੱਕ ਮਨੋਵਿਗਿਆਨਕ ਜੁਗਤ ਵੀ ਹੈ। ਯਕੀਨ ਵਿੱਚ ਸ਼ਕਤੀ ਖਿੰਡਦੀ ਨਹੀਂ। ਯਕੀਨ ਤੇ ਯਤਨ ਨਾਲ ਸ਼ਕਤੀ ਇਕਾਗਰ ਹੁੰਦੀ ਹੈ। ਇਕ ਵਾਰੀ ਇੱਕ ਜੰਗਲ ਵਿੱਚ ਦੋ ਮਿੱਤਰਾਂ ਦਾ ਇੱਕ ਸ਼ੇਰ ਨਾਲ ਸਾਹਮਣਾ ਹੋ ਗਿਆ। ਇੱਕ ਨੇ ਕਿਹਾ ਮੈਂ ਤਾਂ ਭਾਣਾ ਮੰਨਾਂਗਾ। ਰੱਬ ਆਪੇ ਬਚਾਵੇਗਾ। ਦੂਜੇ ਨੇ ਕਿਹਾ ਰੱਬ ਨੇ ਲੱਤਾਂ ਦਿੱਤੀਆਂ ਹਨ। ਉਹਨਾਂ ਨੂੰ ਵਰਤ ਕੇ ਦੌੜ ਕੇ ਅਸੀਂ ਬਚ ਸਕਦੇ ਹਾਂ। ਰੱਬ ਤੋਂ ਆਪਾਂ ਕੋਈ ਵੱਡੀ ਮਦਦ ਲਵਾਂਗੇ। ਸੋਚਾ ਮਨੁੱਖ ਨੂੰ ਖਾ ਜਾਂਦੀਆਂ ਹਨ। ਜੇ ਮਰੀਜ਼ ਚਿੰਤਾ ਉੱਤੇ ਕਾਬੂ ਪਾਉਣਾ ਸਿੱਖ ਜਾਣ ਤਾਂ ਉਹ ਆਪੇ ਰੋਗ ਹੋ ਸਕਦੇ ਹਨ। ਕਾਲਜ ਵਿੱਚ ਮੇਰਾ ਇੱਕ ਜਮਾਤੀ ਸੀ। ਜਦੋਂ ਬਿਮਾਰ ਪੈ ਗਿਆ ਤਾਂ ਮੌਤ ਦੀ ਚਿੰਤਾ ਨੇ ਤੇ ਬਿਮਾਰੀ ਦੀਆਂ ਸੋਚਾਂ ਨੇ ਉਹਨੂੰ ਨਿਤਾਣਾ ਕਰ ਦਿੱਤਾ। ਭਾਰਤ ਦਾ ਰਹਿ ਗਿਆ, ਸਿਰ ਦੇ ਵਾਲ ਝੜ ਗਏ, ਸ਼ਕਲ ਡਰਾਉਣੀ ਹੋ ਗਈ। ਮਰਨਾ ਨਿਸ਼ਚਿਤ ਸੀ ਪਰ ਉਹਦਾ ਮਨ ਮਰਨ ਦੇ ਵਿਰੁੱਧ ਸੀ। ਉਹਨੇ ਸੋਚਿਆ ਵਦ ਤੋਂ ਵਦ ਮੌਤ ਹੈ, ਮੈਨੂੰ ਮਨਜ਼ੂਰ ਹੈ। ਪਰ ਉਹ ਪਾਉ ਕਰਨ ਚ ਕੀ ਹੱਜ ਹੈ? ਆਪਣੇ ਠੀਕ ਹੋਣ ਲਈ ਉਹਨੇ ਇੱਕ ਤਾਰੀਖ ਮਿੱਥ ਲਈ। ਹਰ ਬੀਤਦੇ ਦਿਨ ਨਾਲ ਜ਼ਿੰਦਗੀ ਦੀ ਪਕੜ ਪਿੱਡੀ ਹੁੰਦੀ ਗਈ ਅੱਜ ਕੱਲ੍ਹ ਉਹ ਇੱਕ ਖੁਸ਼ਹਾਲ ਦੇਸ਼ ਵਿੱਚ ਡਾਕਟਰ ਹੈ ਜਦੋਂ ਮੈਂ ਮਕਾਨ ਪਾਉਣਾ ਆਰੰਭ ਕੀਤਾ ਤੇ ਮੇਰੇ ਇੱਕ ਮਿੱਤਰ ਨੇ ਸਲਾਹ ਦਿੱਤੀ ਕਿ ਆਪਣੇ ਫੇਫੜਿਆਂ ਤੇ ਜਿਗਰ ਨੂੰ ਚਿੰਤਾ ਤੋਂ ਬਾਹਰ ਰੱਖਣਾ ਤੇ ਨਿੱਕੇ ਮੋਟੇ ਨੁਕਸਾਨ ਖਿਹੜੇ ਮੱਤੇ ਸਹਾਰਨਾ ਜਦੋਂ ਤੁਸੀਂ ਨੁਕਸਾਨ ਸਹਿਣ ਲਈ ਤਿਆਰ ਹੋਵੋ ਉਦੋਂ ਨੁਕਸਾਨ ਹੁੰਦਾ ਵੀ ਨਹੀਂ ਲੋਕ ਬੜਾ ਕੁਝ ਭੈੜਾ ਤੇ ਅਣਸੁਖਾਵਾਂ ਦੱਸਦੇ ਹਨ ਪਰ ਮਕਾਨ ਪਾਉਣ ਦਾ ਮੇਰਾ ਅਨੁਭਵ ਬੜਾ ਸੁਖਾਵਾਂ ਹੈ। ਕੰਮ ਕੰਮ ਦਾ ਰੁਝੇਵਾ ਕਲੇਸ਼ ਦੂਰ ਕਰਦਾ ਹੈ। ਸਿਆਣੀਆਂ ਗ੍ਰਹਿਣੀਆਂ ਕੰਮਾਂ ਨਾਲ ਵਿਆਹੀਆਂ ਹੁੰਦੀਆਂ ਹਨ। ਉਹਨਾਂ ਕੋਲ ਚਿੰਤਾ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਫਿਕਰ ਚਿੰਤਾ ਦਾ ਇਲਾਜ ਕਿਸੇ ਸ਼ੁੱਭ ਕੰਮ ਵਿੱਚ ਰੁਝੇਵਾ ਹੀ ਹੈ। ਵੇਲੇ ਵਿਅਕਤੀ ਪ੍ਰੇਸ਼ਟ ਹੋ ਜਾਂਦੇ ਹਨ। ਪ੍ਰੇਸ਼ਟ ਵਿਅਕਤੀ ਜਲਦੀ ਮਰ ਜਾਂਦੇ ਹਨ। ਜਿਨ੍ਹਾਂ ਦੁਕਾਨਾਂ ਤੇ ਗਾਹਕ ਵਧੇਰੇ ਆਉਂਦੇ ਹਨ ਜਿਨ੍ਹਾਂ ਨੂੰ ਕੰਮ ਵਧੇਰੇ ਹੁੰਦੇ ਹਨ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਧੇਰੇ ਹੁੰਦੀਆਂ ਹਨ ਉਹ ਵਧੇਰੇ ਪ੍ਰਸੰਨ ਹੁੰਦੇ ਹਨ ਵਧੇਰੇ ਆరోగ్య ਰਹਿੰਦੇ ਹਨ ਲੰਮੀ ਉਮਰ ਜਿਉਂਦੇ ਹਨ ਉਹਨਾਂ ਕੋਲ ਮਰਨ ਦੀ ਵੇਹਲ ਹੀ ਨਹੀਂ ਹੁੰਦੀ ਸਾਡੀ ਚਿੰਤਾ ਦਾ ਕਾਰਨ ਵਿਪਤਾ ਨਹੀਂ ਹੁੰਦੀ ਚਿੰਤਾ ਦਾ ਅਸਲ ਕਾਰਨ ਹੌਸਲੇ ਦੀ ਘਾਟ ਹੁੰਦੀ ਗੁਰੂ ਗੋਬਿੰਦ ਸਿੰਘ ਤੋਂ ਵਧੇਰੇ ਵਿਪਤਾਵਾਂ ਤੱਕ ਕਿਸੇ ਨੇ ਨਹੀਂ ਸਹਾਰੀਆਂ ਉਹਨਾਂ ਨਾਲੋਂ ਵੱਡੇ ਘਾਟੇ ਤਾਂ ਕਿਸੇ ਨੂੰ ਨਹੀਂ ਪਏ ਪਰ ਗੁਰਗੋਬਿੰਦ ਸਿੰਘ ਨੂੰ ਅਸੀਂ ਵਿਪਤਾ ਦੇ ਸੰਦਰਭ ਵਿੱਚ ਨਹੀਂ ਸਗੋਂ ਜਿਉਂਦੇ ਜਾਗਦੇ ਮਗਦੇ ਹੌਸਲੇ ਦੇ ਰੌਸ਼ਨ ਮিনার ਵਜੋਂ ਜਾਣਦੇ ਹਾਂ ਉਹ ਰੋਹਾਨੀ ਬਿਜਲੀ ਨਾਲ ਲਿਸ਼ਕਦੀ ਸਿੱਦਕ ਤੇ ਸਿਰੜ ਦੀ ਇੱਕ ਤਲਵਾਰ ਸਨ ਜੇ ਹੋਰ ਪਿੱਛੇ ਚਲੇ ਜਾਈਏ ਤਾਂ ਜਿੰਨੀਆਂ ਵਧਿਕੀਆਂ ਰਾਮ ਨਾਲ ਹੋਈਆਂ ਹਨ ਜਿੰਨੇ ਦੁੱਖ ਹਜ਼ਰਤ ਮੁਹੰਮਦ ਨੇ ਸਹੀ ਹਨ ਜਿੰਨਾ ਤਿਆਗ ਬੁੱਧ ਨੇ ਕੀਤਾ ਹੈ ਉਹਨਾਂ ਦੇ ਸਾਹਮਣੇ ਸਾਡੀਆਂ ਵਿਪਤਾਵਾਂ ਬੜੀਆਂ ਛੋਟੀਆਂ ਹਨ ਬੜੀਆਂ ਨਿਗੂਣੀਆਂ ਹਨ ਇਹਨਾਂ ਸਬਨਾ ਨੇ ਸਾਨੂੰ ਜੀਵਨ ਦਾ ਚਾਨਣਾ ਪੱਖ ਹੀ ਵਿਖਾਇਆ ਹੈ ਜ਼ਿੰਦਗੀ ਦੇ ਚਾਨਣੇ ਪੱਖ ਨੂੰ ਵੇਖਣ ਵਾਲੇ ਵਿਅਕਤੀ ਖੁੱਲੇ ਸੁਭਾਅ ਵਾਲੇ ਤੇ ਵਿਸ਼ਾਲ ਹਿਰਦੇ ਦੇ ਮਾਲਕ ਹੁੰਦੇ ਹਨ ਇੱਕ ਵਾਰੀ ਹਸਪਤਾਲ ਦੀ ਇੱਕ ਲਿਫਟ ਵਿੱਚ ਜਾਣਾ ਪਿਆ ਤਾਂ ਵੇਖਿਆ ਕਿ ਆਪਰੇਟਰ ਦਾ ਖੱਬਾ ਹੱਥ ਗੁੱਟ ਤੱਕ ਕੱਟਿਆ ਹੋਇਆ ਸੀ ਮੈਂ ਉਹਨੂੰ ਪੁੱਛਿਆ ਕਦੇ ਇੱਕ ਹੱਥ ਨਾ ਹੋਣ ਕਾਰਨ ਚਿੰਤਾ ਹੋਈ ਉਹਨੇ ਕਿਹਾ ਮੈਂ ਅਣਵਿਆਹ ਆ ਇੱਕ ਵਿਧਵਾ ਲੜਕੀ ਨਾਲ ਵਿਆਹ ਦੀ ਗੱਲ ਚੱਲ ਰਹੀ ਹੈ ਤੇ ਮੁਸਕਰਾ ਕੇ ਕਹਿਣ ਲੱਗਾ ਸੂਈ 'ਚ ਧਾਗਾ ਪਾਉਣ ਵੇਲੇ ਦੂਜੇ ਹੱਥ ਦੀ ਲੋੜ ਪੈਂਦੀ ਹੈ ਇਹ ਹੱਥ ਕਿਸੇ ਨੂੰ ਬਚਾਉਣ ਦੇ ਯਤਨ ਵਿੱਚ ਕੱਟ ਗਿਆ ਸੀ ਤਾਂ ਕੀ ਹੋਇਆ ਜੇ ਮੇਰਾ ਇੱਕ ਹੱਥ ਕੱਟ ਗਿਆ ਹੈ ਮੇਰਾ ਦੂਜਾ ਹੱਥ ਤਿੰਨ ਹੱਥਾਂ ਜਿੰਨਾ ਕੰਮ ਕਰ ਸਕਦਾ ਹੈ ਤਾਂ ਕੀ ਹੋਇਆ ਉਸ ਆਪਰੇਟਰ ਦਾ ਤਕੀਆ ਕਲਮ ਵੀ ਸੀ ਤੇ ਉਹਦਾ ਪਿਆ ਹੋਇਆ ਨਾਮ ਵੀ ਸੀ ਤਾਂ ਕੀ ਹੋਇਆ ਚਿੰਤਾ ਤੋਂ ਮੁਕਤ ਹੋਣ ਦਾ ਇੱਕ ਸੁਨਹਿਰੀ ਅਸੂਲ ਵੀ ਹੈ ਜੀਵਨ ਅੱਗੇ ਹੀ ਬਹੁਤ ਛੋਟਾ ਹੈ ਇਸ ਨੂੰ ਚਿੰਤਾਵਾਂ ਨਾਲ ਹੋਰ ਛੋਟਾ ਨਹੀਂ ਕਰਨਾ ਚਾਹੀਦਾ ਜੀਵਨ ਦੁੱਖ ਸੁੱਖ ਅਤੇ ਚਿੰਤਾਵਾਂ ਦਾ ਚਲਦਾ ਪਰਵਾਹ ਹੈ ਅਸੀਂ ਅਕਸਰ ਉਹਨਾਂ ਗੱਲਾਂ ਦੀ ਚਿੰਤਾ ਕਰਦੇ ਹਾਂ ਜਿਹੜੀਆਂ ਅਗਲੇ ਮਹੀਨੇ ਯਾਦ ਵੀ ਨਹੀਂ ਰਹਿੰਦੀਆਂ ਜ਼ਿੰਦਗੀ ਦੇ ਨਿੱਕੇ ਨਿੱਕੇ ਹਾਦਸਿਆਂ ਉੱਤੇ ਪਰਵੀ ਨਜ਼ਰ ਮਾਰ ਕੇ ਤਾਂ ਕਿ ਹੋਇਆ ਦੇ ਅਸੂਲ ਨਾਲ ਅੱਗੇ ਲੰਘ ਜਾਣਾ ਚਾਹੀਦਾ ਹੈ ਅਤੇ ਆਪਣੀ ਚਿੰਤਾ ਤੇ ਡਰ ਤੋਂ ਮੁਕਤ ਹੋ ਜਾਣਾ ਹੀ ਸਹੀ ਨੀਤੀ ਹੈ ਅਸੀਂ ਅਕਸਰ ਭੜੇ ਭੜੇ ਖਿਆਲਾਂ ਦਾ ਸ਼ਿਕਾਰ ਹੋ ਜਾਂਦੇ ਆ ਜਦੋਂ ਟੈਲੀਫੋਨ ਬੇਵਕਤ ਵੱਜਦਾ ਤਾਂ ਲੱਗਦਾ ਕੋਈ ਹਾਦਸਾ ਹੋ ਗਿਆ ਹੋਵੇਗਾ ਜਦੋਂ ਕਿਸੇ ਦੇ ਆਉਣ ਵਿੱਚ ਦੇਰ ਹੋ ਜਾਏ ਤਾਂ ਖਿਆਲ ਆਉਂਦਾ ਕੋਈ ਦੁਰਘਟਨਾ ਵਾਪਰ ਗਈ ਹੋਏਗੀ ਵੇਲਾ ਮਨ ਭੜੀਆਂ ਭੜੀਆਂ ਗੱਲਾਂ ਸੋਚਦਾ ਹੈ ਜਹਾਜ਼ ਗੱਡੀ ਆਦਿ ਦੁਰਘਟਨਾ ਹੋ ਜਾਣ ਦਾ ਡਰ ਆਮ ਚਿੰਤਾ ਦੀ ਬਣ ਗਈ ਹੈ ਅਜਿਹੀ ਸਥਿਤੀ ਵਿੱਚ ਔਸਤ ਸਿਧਾਂਤ ਸਹਾਇਕ ਸਿੱਧ ਹੋ ਸਕਦਾ ਹੈ। ਬੀਮਾ ਕੰਪਨੀਆਂ ਜਾਣਦੀਆਂ ਹਨ ਕਿ ਲੋਕਾਂ ਨੂੰ ਮਰਨ ਦਾ ਡਰ ਜਾਂ ਚਿੰਤਾ ਹੁੰਦੀ ਹੈ ਪਰ ਮਰਦੇ ਬਹੁਤ ਘੱਟ ਲੋਕ ਹਨ। ਇੱਕ ਕਿਸਤਰੀ ਜਦੋਂ ਬਾਜ਼ਾਰ ਗਈ ਤਾਂ ਉਹਨੂੰ ਚਿੰਤਾ ਲੱਗ ਗਈ ਕਿ ਉਹ ਸ਼ਾਇਦ ਗੈਸ ਜਲਦੀ ਛੱਡਾਈ ਹੈ। ਅੱਗ ਲੱਗ ਗਈ ਹੋਏਗੀ, ਮਕਾਨ ਸੜ ਗਿਆ ਹੋਵੇਗਾ, ਬੱਚੇ ਮਰ ਗਏ ਹੋਣਗੇ। ਉਹਦੀ ਸਹੇਲੀ ਨੇ ਦੱਸਿਆ ਕਿ ਔਸਤ ਦੇ ਸਿਧਾਂਤ ਅਨੁਸਾਰ ਸਾਰੇ ਦੁੱਖ ਇੱਕਦਮ ਨਹੀਂ ਵਾਪਰਦੇ। ਪਿਛਲੇ ਦਸਾਂ ਸਾਲਾਂ ਵਿੱਚ ਹਰ ਸਾਲ ਔਸਤ ਕਿੰਨੇ ਮਕਾਨਾਂ ਨੂੰ ਅੱਗ ਲੱਗੀ ਹੈ ਔਸਤ ਦੇ ਸਿਧਾਂਤ ਅਨੁਸਾਰ ਨੁਕਸਾਨ ਉਹਨਾਂ ਨੂੰ ਨਹੀਂ ਹੁੰਦਾ ਜਿੰਨੀ ਅਸੀਂ ਚਿੰਤਾ ਕਰਨ ਲੱਗ ਪੈਂਦੇ ਹਾਂ ਇੱਕ ਟਰੱਕਾਂ ਦੀ ਕੰਪਨੀ ਦੇ ਮਾਲਕ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਉਹਦਾ ਟਰੱਕ ਨਹਿਰ ਵਿੱਚ ਡਿੱਗ ਪਿਆ ਹੋਵੇਗਾ ਪੁਲ ਤੋ ਲੰਘਣ ਵੇਲੇ ਪੁਲ ਬੈ ਗਿਆ ਹੋਵੇਗਾ ਟਰੱਕ ਲੁੱਟ ਲਿਆ ਗਿਆ ਹੋਵੇਗਾ ਉਸ ਨੂੰ ਕਿਸੇ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਕੇਵਲ 5 ਟਰੱਕਾਂ ਦੇ ਮਾਲ ਦਾ ਨੁਕਸਾਨ ਹੋਇਆ। ਔਸਤ ਦੇ ਸਿਧਾਂਤ ਨਾਲ 2 ਸਾਲਾਂ 'ਚ 1 ਟਰੱਕ ਦਾ ਨੁਕਸਾਨ ਪੈਂਦਾ ਹੈ। ਇਹ ਨੁਕਸਾਨ ਚਿੰਤਾ ਦਾ ਕਾਰਨ ਨਹੀਂ ਬਣਨਾ ਚਾਹੀਦਾ। ਹੋਰ ਤਾਂ ਹੋਰ ਇਹਨਾਂ ਵਿੱਚੋਂ ਇੱਕ ਵੀ ਟਰੱਕ ਉਸ ਮਾਲਕ ਦਾ ਨਹੀਂ ਸੀ। ਕਈ ਲੋਕਾਂ ਨੂੰ ਬੂਰੇ ਉੱਤੇ ਆਰਾ ਚਲਾਉਣ ਦੀ ਆਦਤ ਹੁੰਦੀ ਹੈ। ਉਹ ਪੌੜੀ ਨੂੰ ਡਿਗ ਪੈਣ ਦੀ ਦ੍ਰਿਸ਼ਟੀ ਨਾਲ ਹੀ ਵੇਖਦੇ ਹਨ। ਉਹਨਾਂ ਦੀ ਕਲਪਨਾ ਵਿੱਚ ਕਈ ਹਾਦਸੇ ਵਾਪਰਦੇ ਹਨ ਸਾਡੀ ਸੋਚ ਤੇ ਸਾਡੀ ਕਲਪਨਾ ਹੀ ਸਾਡਾ ਅਸਲ ਜੀਵਨ ਹਨ ਕੇਵਲ ਸੋਚਾਂ ਦੀ ਬਦਲੀ ਨਾਲ ਅਸੀਂ ਆਪਣੇ ਜੀਵਨ ਨੂੰ ਨਵੀਂ ਨੁਹਾਰ ਦੇ ਸਕਦੇ ਹਾਂ ਸਾਡੀ ਸੋਚ ਹੀ ਸਾਨੂੰ ਪਰੇਸ਼ਾਨ ਕਰਦੀ ਹੈ ਪਰ ਇਹ ਸੋਚ ਹੀ ਸਾਨੂੰ ਸ਼ਕਤੀਸ਼ਾਲੀ ਵੀ ਬਣਾ ਸਕਦੀ ਹੈ ਜੇ ਤੁਸੀਂ ਸੋਚੋ ਅੱਜ ਦਾ ਪ੍ਰੋਗਰਾਮ ਅੱਜ ਹੀ ਨਿਪਰੇ ਚਾੜਾਂਗੇ ਆਪਣੇ ਮਨ ਤੇ ਕਾਬੂ ਰੱਖਾਂਗੇ ਕਿਸੇ ਦੇ ਕੰਮ ਆਉਣ ਦਾ ਯਤਨ ਕਰਾਂਗੇ ਮੈਂ ਉੱਚਾ ਸੋਚ ਕੇ ਤੇ ਮਿੱਠਾ ਬੋਲ ਕੇ ਆਪਣੀ ਸ਼ਕਤੀ ਵਧਾਵਾਂਗਾ ਤੇ ਦੂਜੇ ਦੇ ਗੁਣ ਹੀ ਦੇਖਾਂਗਾ ਤਾਂ ਤੁਹਾਡੇ ਵਿੱਚ ਜੋਸ਼ ਤੇ ਉਤਸ਼ਾਹ ਦੇ ਨਵੇਂ ਫੁਆਰੇ ਫੁੱਟਣਗੇ ਜੇਕਰ ਅਸੀਂ ਆਪਣੇ ਆਪ ਤੱਕ ਸੁੰਗੜੇ ਰਹਾਂਗੇ ਤਾਂ ਲੋਕਾਂ ਦਾ ਧਿਆਨ ਸਾਡੀਆਂ ਘਾਟਾਂ ਵੱਲ ਹੀ ਜਾਏਗਾ ਜੇ ਅਸੀਂ ਦੂਜਿਆਂ ਦੇ ਸਹਿਯੋਗੀ ਬਣਾਂਗੇ ਤਾਂ ਨਾ ਕੇਵਲ ਸਾਡੀਆਂ ਚਿੰਤਾਵਾਂ ਅਤੇ ਘਾਟਾਂ ਲੋਪ ਹੋ ਜਾਣਗੀਆਂ ਸਗੋਂ ਸਾਡੀਆਂ ਬਾਹਾਂ ਹੋਰ ਲੰਮੀਆਂ ਹੋ ਜਾਣਗੀਆਂ ਇਸ ਸੰਭਾਵ ਨਮਉ ਦੇ ਬੁਲੰਤ ਦਰਵਾਜ਼ੇ ਖੁੱਲ ਜਾਣਗੇ ਸਾਡੇ ਅੰਦਰੋਂ ਆਵਾਜ਼ ਆਏਗੀ ਉੱਚਾ ਲੰਮਾ ਧਿਆਰ ਦਾ ਦਰਖਤ ਨਹੀਂ ਹੋ ਸਕਦਾ ਤਾਂ ਫਲਦਾਰ ਬਿਰਖ ਹੋ ਜਾ ਜੇ ਵੀ ਨਹੀਂ ਹੋ ਸਕਦਾ ਤਾਂ ਫੁੱਲਦਾਰ ਝਾੜੀ ਹੋ ਜਾ ਜੇ ਵੀ ਨਹੀਂ ਹੋ ਸਕਦਾ ਤਾਂ ਕਿਕਰ ਦੀ ਦਾਤਣੀ ਬਣ ਜਾ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਕੁਝ ਬਣਨਾ ਪਏਗਾ ਕੁਝ ਕਰਨਾ ਪਏਗਾ ਕਿਸੇ ਲੰਮੀ ਯਾਤਰਾ ਤੇ ਨਿਕਲਣਾ ਪਵੇਗਾ ਧੰਨਵਾਦ ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਛਾਤ ਦਾ ਲਿਖੇ ਸਫਲਤਾ ਅਸਫਲਤਾ ਦੀ ਲੋਕ ਕਣ ਮੀਚੀ ਕਿਸੇ ਨੂੰ ਵੀ ਜੀਵਨ ਦੀ ਹਰ ਸਥਿਤੀ ਵਿੱਚ ਸਫਲ ਹੋਣ ਦਾ ਅਵਸਰ ਨਹੀਂ ਮਿਲਦਾ ਇਹ ਵੀ ਸੰਭਵ ਨਹੀਂ ਕਿ ਕੋਈ ਹਰ ਥਾਂ ਕੇਵਲ ਅਸਫਲ ਹੀ ਹੋਵੇ ਅਸਫਲਤਾ ਉਦੋਂ ਮਾਰੂ ਅਤੇ ਹਾਨੀਕਾਰਕ ਸਾਬਤ ਹੁੰਦੀ ਹੈ ਜਦੋਂ ਅਸਫਲ ਵਿਅਕਤੀ ਅਗਲੇਰਾ ਯਤਨ ਤਿਆਗ ਦਿੰਦਾ ਹੈ ਅਕਸਰ ਵੇਖਿਆ ਗਿਆ ਹੈ ਕਿ ਜਿਸ ਸਿਰ ਤੇ ਬੋਝ ਬਹੁਤ ਵਧੇਰੇ ਚੁੱਕਿਆ ਹੋਵੇ ਤਾਂ ਕਦਮ ਪਿੱਛੇ ਵੱਲ ਤਿਲਕਦੇ ਹਨ ਪਰ ਜੇ ਮਨੁੱਖ ਵਿੱਚ ਠੋਕਰ ਖਾਣ ਦਾ ਸਲੀਕਾ ਹੋਵੇ ਤਾਂ ਹਰ ਠੋਕਰ ਉਹਨੂੰ ਅੱਗੇ ਲੈ ਕੇ ਜਾਂਦੀ ਹੈ ਹਰ ਤੱਕਾ ਸਾਨੂੰ ਅੱਗੇ ਵੱਲ ਟਕੇਲਦਾ ਹੈ ਅਸਫਲਤਾ ਮਾਨਵ ਜਾਤੀ ਦਾ ਸਾਂਝਾ ਤੇ ਸਰਵ ਵਿਆਪੀ ਅਨੁਭਵ ਹੈ ਅਸਫਲਤਾ ਮਾਂ ਰਹੀ ਕੁਦਰਤ ਤੇ ਸਮਾਜ ਸਾਨੂੰ ਠੋਕ ਵਜਾ ਕੇ ਪੱਕਾ ਕਰਦੇ ਹਨ ਹਾਰ ਅਸਫਲਤਾ ਸਾਨੂੰ ਆਪਣੇ ਆਪ ਦਾ ਪੁਨਰਮੁਲਾਂਕਣ ਕਰਨ ਲਈ ਮਜਬੂਰ ਕਰਦੀ ਹੈ ਕਿਉਂਕਿ ਅਸਫਲਤਾ ਜਾਂ ਹਾਰ ਸਾਡੇ ਸਾਹਮਣੇ ਇੱਕ ਸ਼ੀਸ਼ਾ ਲਿਆ ਟਰਦੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਸਹੀ ਢੰਗ ਨਾਲ ਵੇਖ ਸਕੀਏ ਅਸਫਲਤਾ ਸਾਡੇ ਹੰਕਾਰ ਤੇ ਕੁਮੰਡ ਨੂੰ ਤੋੜਦੀ ਹੈ ਅਤੇ ਸਾਡੇ ਵਿੱਚ ਨਿਮਰਤਾ ਤੇ ਸਹਿਣਸ਼ੀਲਤਾ ਦੇ ਗੁਣ ਪੜਦੀ ਹੈ ਇਹ ਸਾਨੂੰ ਦੂਜਿਆਂ ਦੀ ਹੋਣ ਸਵੀਕਾਰ ਕਰਨ ਦਾ ਸਲੀਕਾ ਸਿਖਾਉਂਦੀ ਹੈ ਸਫਲਤਾ ਨਾਲ ਸਾਡੇ ਵਿਹਾਰ ਵਿੱਚ ਲਚਕ ਆਉਂਦੀ ਹੈ ਜਦੋਂ ਤੱਕ ਕੋਈ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਜਾਂ ਕਿਸੇ ਨਾ ਕਿਸੇ ਖੇਤਰ ਵਿੱਚ ਅਸਫਲ ਨਾ ਹੋਵੇ ਨਾ ਉਹ ਕਲਾਕਾਰ ਬਣਦਾ ਹੈ ਨਾ ਹੀ ਸਾਹਿਤਕਾਰ ਸੰਸਾਰ ਨੂੰ ਸਫਲ ਵਿਅਕਤੀਆਂ ਦੇ ਮੁਕਾਬਲੇ ਅਸਫਲ ਵਿਅਕਤੀਆਂ ਦਾ ਯੋਗਦਾਨ ਵਧੇਰੇ ਹੈ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਵਿਉਂਤ ਕੇ ਅਸਫਲ ਹੋਈਏ ਸੋ ਇਹ ਹੈ ਕਿ ਜੇ ਕਿਸੇ ਕਾਰਨ ਅਸੀਂ ਕਿਸੇ ਖੇਤਰ ਵਿੱਚ ਅਸਫਲ ਹੋ ਜਾਈਏ ਤਾਂ ਢੇਰੀ ਢਾਉਣ ਦੀ ਥਾਂ ਮੁਰ ਢੇਰੀ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਹਰ ਅਸਫਲਤਾ ਸਾਨੂੰ ਕੋਈ ਮੁੱਲਵਾਨ ਸਬਕ ਸਿਖਾ ਕੇ ਸਾਨੂੰ ਸਿਆਣਾ ਬਣਾਉਂਦੀ ਹੈ ਕਈ ਵਾਰੀ ਕੁਦਰਤ ਨੇ ਸਾਨੂੰ ਕਿਸੇ ਰਸਤੇ ਜਾਂ ਖੇਤਰ ਤੋਂ ਮੋੜਨਾ ਹੁੰਦਾ ਹੈ ਸੋ ਕੁਦਰਤ ਸਾਨੂੰ ਉਸ ਖੇਤਰ ਵਿੱਚ ਸਫਲ ਨਹੀਂ ਹੋਣ ਦਿੰਦੀ ਸਾਨੂੰ ਕਿਉਂਕਿ ਅਜੇ ਤੱਕ ਆਪਣੇ ਤਜਰਬੇ ਦਾ ਵਿਸ਼ਲੇਸ਼ਣ ਕਰਨ ਦੀ ਜਾਂਚ ਨਹੀਂ ਆਈ ਇਸੇ ਕਰਕੇ ਅਸੀਂ ਆਪਣੀਆਂ ਸਫਲਤਾਵਾਂ ਤੋਂ ਕੁਝ ਸਿੱਖਣ ਦੀ ਬਜਾਏ ਸ਼ਿਕਾਇਤਾਂ ਵਿੱਚ ਰੁੱਝ ਜਾਂਦੇ ਹਾਂ ਅਸਫਲਤਾ ਸਾਨੂੰ ਇਸ ਗੱਲ ਦੀ ਸੋਝੀ ਦਿੰਦੀ ਹੈ ਕਿ ਸਾਡੇ ਯਤਨ ਸਹੀ ਨਹੀਂ ਹਨ ਜਾਂ ਅਸੀਂ ਆਪਣੇ ਨਿਸ਼ਾਨੇ ਨਾਲ ਹੀ ਕਸਰ ਨਹੀਂ ਹਾਂ ਜਾਂ ਜਿਸ ਸਫਲਤਾ ਦੀ ਅਸੀਂ ਕਾਮਨਾ ਕੀਤੀ ਹੈ ਅਜੇ ਅਸੀਂ ਉਹਦੇ ਯੋਗ ਨਹੀਂ ਹੋਏ ਹਰ ਅਸਫਲਤਾ ਦਾ ਕੋਈ ਨਾ ਕੋਈ ਸਪਸ਼ਟ ਤੇ ਨਿਸ਼ਚਿਤ ਕਾਰਨ ਹੁੰਦਾ ਹੈ ਜਿਸ ਨੂੰ ਜਾਣੇ ਬਿਨਾ ਅਗਲੇਰਾ ਵਿਕਾਸ ਸੰਭਵ ਨਹੀਂ ਹੁੰਦਾ ਪਰਿਵਰਤਨ ਜਾਂ ਵਿਕਾਸ ਦਾ ਰਾਹ ਅਸਫਲਤਾ ਵਿੱਚੋਂ ਲੰਘਦਾ ਹੈ ਅਸੀਂ ਗਰੀਬੀ ਨੂੰ ਕੋਸਦੇ ਹਾਂ ਪਰ ਜੀਵਨ ਦਾ ਜਿੰਨਾ ਅਮੀਰ ਅਨੁਭਵ ਗਰੀਬੀ ਤੋਂ ਪ੍ਰਾਪਤ ਹੁੰਦਾ ਹੈ ਉਹਦਾ ਕੋਈ ਹੱਦ ਬੰਨਾ ਨਹੀਂ ਗਰੀਬੀ ਹੀ ਸਾਨੂੰ ਗਰੀਬੀ ਤੋਂ ਪਾਰ ਜਾਣ ਦਾ ਢੰਗ ਸੁਝਾਉਂਦੀ ਹੈ ਚਰਿੱਤਰ ਦਾ ਨਿਰਮਾਣ ਅਸਫਲਤਾਵਾਂ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਸ਼ਕਤੀਸ਼ਾਲੀ ਚਰਿੱਤਰ ਅਸਫਲਤਾਵਾਂ ਦੀ ਪੱਠੀ ਵਿੱਚ ਹੀ ਪੱਕਦਾ ਹੈ ਦਰਿਆ ਦੇ ਰਸਤੇ ਵਿੱਚ ਜਿੰਨੀਆਂ ਵੱਡੀਆਂ ਰੁਕਾਵਟਾਂ ਆਉਣ ਗਿਆ ਓਨਾ ਹੀ ਉਹਦਾ ਵੇਗ ਸ਼ਕਤੀਸ਼ਾਲੀ ਹੋਏਗਾ ਜਿੰਨੇ ਕਿਸੇ ਨਾਲ ਵੱਧ ਹਾਦਸੇ ਵਾਪਰਦੇ ਹਨ ਉਹ ਓਨਾ ਵਧੇਰੇ ਗਿਆਨਵਾਨ ਹੁੰਦਾ ਹੈ ਪਿਆਰ ਦੇ ਖੇਤਰ ਵਿੱਚ ਸਫਲਤਾ ਨਾਲੋਂ ਅਸਫਲਤਾ ਵਧੇਰੇ ਮੁੱਲਵਾਨ ਅਨੁਭਵ ਹੈ ਸਫਲਤਾ ਮਨੁੱਖ ਦਾ ਸੁਪਨਾ ਹੈ ਅਸਫਲਤਾ ਉਸ ਸਾਹਮਣੇ ਉਜਾਗਰ ਹੋਇਆ ਯਥਾਰਥ ਹੈ ਅਸਫਲਤਾ ਸਾਡੇ ਲਈ ਵਿਰੋਧੀ ਸਥਿਤੀ ਸਿਰਜਦੀ ਹੈ ਤੇ ਵਿਰੋਧੀ ਸਥਿਤੀ ਵਿੱਚ ਅਸੀਂ ਬਹੁਤ ਤੇਜ਼ੀ ਨਾਲ ਸਿੱਖਦੇ ਸਾਡੇ ਦੁਸ਼ਮਣ ਜਾਂ ਸਾਡੇ ਵਿਰੋਧੀ ਸਾਡੇ ਸਾਹਮਣੇ ਜ਼ਿੰਦਗੀ ਦੇ ਅਨੇਕਾਂ ਉਹ ਪੱਖ ਉਜਾਗਰ ਕਰ ਦਿੰਦੇ ਹਨ ਜਿਹੜੇ ਹੋਰ ਕਿਸੇ ਢੰਗ ਨਾਲ ਸੰਭਵ ਨਹੀਂ ਹੁੰਦੇ ਇਸ ਪੱਖ ਤੋਂ ਸਾਨੂੰ ਆਪਣੇ ਵਿਰੋਧੀਆਂ ਦਾ ਵੀ ਧੰਨਵਾਦੀ ਹੋਣਾ ਚਾਹੀਦਾ ਹੈ ਦੁਸ਼ਮਣੀ ਦਾ ਵੀ ਸਲੀਕਾ ਹੋਣਾ ਚਾਹੀਦਾ ਹੈ ਦੁਸ਼ਮਣੀ ਦੀ ਪੱਧਰ ਜਿੰਨੀ ਉੱਚੀ ਹੋਏਗੀ ਉਨੀ ਹੀ ਜੀਵਨ ਦੀ ਸਮਝ ਵਧੇਰੇ ਹੋਏਗੀ ਤੁਹਾਡਾ ਵਿਰੋਧੀ ਖਿਡਾਰੀ ਆਪਣੀ ਚੰਗੀ ਖੇਡ ਨਾਲ ਤੁਹਾਡੀ ਕਾਰਗੁਜ਼ਾਰੀ ਵੀ ਸੁਧਾਰ ਦਿੰਦਾ ਹੈ ਰਮਾਇਣ ਵਿੱਚ ਰਾਮ ਨੂੰ ਸਤਕਾਰਯੋਗ ਬਣਾਉਣ ਦਾ ਕਾਰਜ ਰਾਵਣ ਨੇ ਨਿਭਾਇਆ ਹੈ ਰਮਾਇਣ ਵਿੱਚੋਂ ਰਾਵਣ ਨੂੰ ਕੱਢ ਦਿਓ ਬਾਕੀ ਕੁਝ ਬਚਦਾ ਹੀ ਨਹੀਂ ਜੇ ਰਾਵਣ ਨਾ ਹੁੰਦਾ ਤਾਂ ਅੱਜ ਕਿਸੇ ਨੂੰ ਰਾਮ ਦਾ ਨਾਮ ਹੀ ਨਾ ਪਤਾ ਹੁੰਦਾ ਜੇ ਸੁਕਰਾਟ ਦੇ ਵਿਰੋਧੀਆਂ ਨੇ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਨਾ ਦਿੱਤਾ ਹੁੰਦਾ ਤਾਂ ਸੁਕਰਾਟ ਅਮਰ ਨਾ ਹੋਇਆ ਹੁੰਦਾ ਜੇ ਬੁੱਧ ਵਿਰੋਧੀ ਪ੍ਰਸਥਿਤੀਆਂ ਵਿੱਚ ਨਾ ਵਿਚਰੇ ਹੁੰਦੇ ਤਾਂ ਉਹਨਾਂ ਨੇ ਬੁੱਧ ਨਹੀਂ ਸੀ ਬਣਨਾ ਜੇ ਈਸਾ ਨੂੰ ਸੂਲੀ ਨਾ ਟੰਗਿਆ ਹੁੰਦਾ ਤਾਂ ਉਹ ਮਸੀਹ ਨਾ ਬਣਦੇ ਮਨੁੱਖੀ ਅਨੁਭਵ ਵਿੱਚ ਇੱਕ ਅਜਿਹੀ ਸਥਿਤੀ ਵੀ ਆਉਂਦੀ ਹੈ ਜਦੋਂ ਸਫਲਤਾ ਤੇ ਅਸਫਲਤਾ ਦਾ ਭੇਦ ਮਿਟ ਜਾਂਦਾ ਹੈ ਹਰ ਕਿਸੇ ਦੇ ਜੀਵਨ ਵਿੱਚ ਅਜਿਹੀ ਸਥਿਤੀ ਆਉਂਦੀ ਹੈ ਜੇ ਤੁਹਾਡੇ ਜੀਵਨ ਵਿੱਚ ਨਹੀਂ ਆਈ ਤਾਂ ਉਡੀਕ ਕਰ ਅਸਫਲਤਾ ਦੀ ਆਪਣੀ ਭਾਸ਼ਾ ਤੇ ਵਿਆਕਰਣ ਹੈ ਜਿਸ ਦੀ ਸਮਝ ਨਾ ਹੋਣ ਕਾਰਨ ਹੀ ਅਸੀਂ ਮੁੜ-ਮੁੜ ਅਸਫਲ ਹੁੰਦੇ ਹਾਂ ਜੇ ਸਾਨੂੰ ਇਸ ਵਿਆਕਰਣ ਦੀ ਸਮਝ ਪੈ ਜਾਏ ਤਾਂ ਅਸੀਂ ਦੂਜਿਆਂ ਦੀਆਂ ਸਫਲਤਾਵਾਂ ਤੋਂ ਵੀ ਸਬਕ ਸਿੱਖਣ ਦੇ ਯੋਗ ਹੋ ਜਾਵਾਂਗੇ ਜੀਵਨ ਦੇ ਕਈ ਖੇਤਰ ਅਜਿਹੀ ਹਨ ਜਿੱਥੇ ਯਤਨ ਕਈ ਤਰੰਗ ਕਰਦੀਆਂ ਹਨ ਪਰ ਸਫਲ ਕੇਵਲ ਇੱਕ ਨੇ ਹੋਣਾ ਹੁੰਦਾ ਹੈ ਖੇਡਾਂ ਰਾਜਨੀਤੀ ਵਪਾਰ ਕਲਾ ਆਦ ਅਜਿਹੇ ਖੇਤਰ ਹਨ ਜਿੱਥੇ ਜੇ ਇੱਕ ਥਿਰਾ ਸਫਲ ਨਾ ਹੋਵੇ ਤਾਂ ਦੂਜੀ ਥਿਰ ਦੀ ਸਫਲਤਾ ਦਾ ਪ੍ਰਸ਼ਨ ਹੀ ਨਹੀਂ ਪੁੱਜਦਾ ਇਸ ਲਈ ਤੁਸੀਂ ਜਦੋਂ ਕਿਸੇ ਖੇਤਰ ਵਿੱਚ ਸਫਲ ਹੋਵੋ ਤਾਂ ਇਹ ਨਾ ਭੁੱਲਣਾ ਕਿ ਕਈਆਂ ਦੀ ਅਸਫਲਤਾ ਤੁਹਾਡੀ ਸਫਲਤਾ ਦਾ ਕਾਰਨ ਬਣ ਰਹੀ ਹੈ ਇਵੇਂ ਜੇ ਤੁਸੀਂ ਅਸਫਲ ਹੋਵੋ ਤਾਂ ਇਹ ਨਾ ਭੁੱਲਣਾ ਕਿ ਤੁਹਾਡੀ ਅਸਫਲਤਾ ਕਿਸੇ ਦੀ ਸਫਲਤਾ ਦਾ ਕਾਰਨ ਬਣ ਰਹੀ ਹੈ ਇਹ ਲੈਣ ਦੇਣ ਹਰ ਪੱਧਰ ਤੇ ਚੱਲਦਾ ਰਹਿੰਦਾ ਹੈ ਜ਼ਿੰਦਗੀ ਦਾ ਤਜਰਬਾ ਜ਼ਿੰਦਗੀ ਵਿੱਚੋਂ ਹੀ ਪ੍ਰਾਪਤ ਹੋਏਗਾ ਇਹ ਖੋਇਆ ਜਾਂ ਖਰੀਦਿਆ ਨਹੀਂ ਜਾ ਸਕਦਾ ਆਪਣੀ ਜੀਵਨ ਦੀਆਂ ਕੁਝ ਅਸਫਲਤਾਵਾਂ ਤੁਹਾਡੇ ਨਾਲ ਮੈਂ ਇਸ ਆਰਸਨਲ ਸਾਂਝੀਆਂ ਕਰ ਰਿਹਾ ਤਾਂ ਜੋ ਤੁਸੀਂ ਆਪਣੀਆਂ ਅਸਫਲਤਾਵਾਂ ਦੀ ਅਸਲੀ ਰੰਗ ਪਛਾਣ ਸਕੋ ਸਕੂਲ ਦੀ ਪੜ੍ਹਾਈ ਮੁਕਾ ਕੇ ਫੀਸ ਨਾ ਹੋਣ ਕਾਰਨ ਮੈਂ ਓਵਰਸੀਏਰੇ ਦਾ ਕੋਰਸ ਨਾ ਕਰ ਸਕਿਆ ਜਿਸ ਬਜਾਜੀ ਦੀ ਦੁਕਾਨ ਤੇ ਮੈਂ ਨੌਕਰੀ ਆਰੰਭ ਕੀਤੀ ਉਥੇ ਮਹੀਨਾ ਮੁੱਕਣ ਤੇ ਮਾਲਕ ਨੇ ਮੈਨੂੰ ਤਨਖਾਹ ਦੇਣ ਦੀ ਥਾਂ ਮੇਰੇ ਉੱਤੇ ਚੋਰੀ ਦਾ ਦੋਸ਼ ਲਾ ਕੇ ਮੈਨੂੰ ਕੋਟਾਪਾ ਵੀ ਚੜਾਇਆ ਮੈਂ ਇਸ ਦੋਹਰੇ અપਮਾਨ ਲਈ ਤਿਆਰ ਨਹੀਂ ਸੀ ਕਿਉਂਕਿ ਇਹ ਹਾਦਸਾ ਵਾਪਰਿਆ ਸੋ ਮੈਨੂੰ ਪਹਿਲੀ ਵਾਰ ਜੀਵਨ ਵਿੱਚ ਬੇਵਸੀ ਦਾ ਅਹਿਸਾਸ ਹੋਇਆ ਇਸ ਘਟਨਾ ਨੇ ਮੇਰੇ ਤੋਂ ਮੇਰੇ ਬਚਪਨ ਦੇ ਸਾਰੇ ਅਨੁਭਵ ਖੋ ਲਏ ਅਤੇ ਮੈਂ ਬੜਾ ਕਠੋਰ ਚਿੱਤ ਬਣ ਗਿਆ ਜਿਸ ਕੰਮ ਵਿੱਚ ਕਿਸੇ ਵੀ ਚੋਰੀ ਦੀ ਸੰਭਾਵਨਾ ਹੋ ਸਕਦੀ ਸੀ ਮੈਂ ਉਸ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਅਤੇ ਕਈ ਵਾਰੇ ਉਸ ਬਾਜ਼ਾਰ ਵਿੱਚ ਹੀ ਨਾ ਗਿਆ ਕੋ ਜਰਸੀ ਮਗਰੋਂ ਜਦੋਂ ਮੈਂ ਆਪਣੇ ਸ਼ਹਿਰ ਵਿੱਚ ਨਵੇਂ ਬਣ ਰਹੇ ਸਿਨੇਮੇ ਨੂੰ ਵੇਖ ਰਿਹਾ ਸਾਂ ਤਾਂ ਉੱਥੇ ਖਲੋਤੇ ਠੇਕੇਦਾਰ ਨੇ ਪੁੱਛਿਆ ਇੱਥੇ ਕੀ ਕਰ ਰਹੇ ਆ ਮੈਂ ਕਿਹਾ ਮੈਂ ਕੰਮ ਕਰਨਾ ਚਾਹਨਾ ਕੋਈ ਵੀ ਕੰਮ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਪਰ ਕੋਈ ਕਰਨ ਲਈ ਨਹੀਂ ਮਿਲ ਰਿਹਾ ਉਹ ਮੈਂ ਕਰਨ ਲਈ ਤਿਆਰ ਆ ਸ਼ਾਇਦ ਉਹਨੇ ਮਖੌਲ ਨਾਲ ਹੀ ਕਿਹਾ ਸੀ ਇੱਟਾਂ ਦੀ ਰੋੜੀ ਕੁੱਟਣ ਦਾ ਕੰਮ ਹੈ ਕਰਨਾ ਹੈ ਤਾਂ ਕਰ ਲੈ ਉੱਥੇ ਮੈਂ ਰੋੜੀ ਇਸ ਅਹਿਸਾਸ ਨਾਲ ਕੁੱਟਣੀ ਸ਼ੁਰੂ ਕੀਤੀ ਜਿਵੇਂ ਉਹ ਸਿਨੇਮਾ ਮੇਰਾ ਸੀ ਤੇ ਮੈਂ ਉਹਦਾ ਮਾਲਕ ਸੀ ਮੈਂ ਮਾਲਕ ਵਾਂਗ ਰੋੜੀ ਕੁੱਟ ਰਿਆ ਸੀ ਨੌਕਰ ਵਾਂਗ ਨਹੀਂ ਜਦੋਂ ਸਾਰੇ ਮਜ਼ਦੂਰ ਮਿਸਤਰੀ ਛੁੱਟੀ ਕਰ ਗਏ ਮੈਂ ਤਾਂ ਵੀ ਰੋੜੀ ਰੋੜੀ ਕੁੱਟਦਾ ਰਿਹਾ ਹਨੇਰਾ ਪੈਣ ਉਤੇ ਜਦੋਂ ਠੇਕੇਦਾਰ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਵੀ ਮੈਂ ਰੋੜੀ ਕੁੱਟ ਰਿਹਾ ਸੀ ਅਗਲੇ ਹੀ ਦਿਨ ਉਹਨੇ ਮੈਨੂੰ ਬਰਾਬਰ ਦੀ ਕੁਰਸੀ ਤੇ ਬਿਠਾ ਕੇ ਗੱਲਬਾਤ ਕੀਤੀ ਚਾਹ ਪਲਾਈ ਤੇ ਮੈਨੂੰ ਹੋਰ ਮਜ਼ਦੂਰਾਂ ਦੀ ਨਿਗਰਾਨੀ ਕਰਨ ਦੇ ਕੰਮ ਤੇ ਲਾ ਦਿੱਤਾ ਉਹਨੇ ਮੈਨੂੰ ਓਏ ਤੋਂ ਕਾਕਾ ਜੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ਹੌਲੀ-ਹੌਲੀ ਮੈਂ ਉਹਦੇ ਹਰ ਕੰਮ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ ਕਿਆਸੀਆ ਵੱਲੋਂ ਨਹੀਂ ਮੈਨੂੰ ਸੌਖਾ ਕਰ ਦਿੱਤਾ ਸੀ ਪਰ ਮੈਂ ਵੀ ਇਹ ਨਿਸ਼ਚਾ ਕੀਤਾ ਹੋਇਆ ਸੀ ਕਿ ਮੈਂ ਨੌਕਰ ਵਾਂਗ ਖੜੀ ਵੇਖ ਕੇ ਕੰਮ ਨਹੀਂ ਕਰਾਂਗਾ ਸਗੋਂ ਮਾਲਕ ਵਾਂਗ ਕੰਮ ਮੁਕਾ ਕੇ ਖੜੀ ਵਿਖਾਂਗਾ ਅਤੇ ਮਿਲਣ ਵਾਲੀ ਉਜਰਤ ਦੇ ਮੁਕਾਬਲੇ ਵੱਧ ਕੰਮ ਕਰਾਂਗਾ ਮੈਨੂੰ ਉੱਥੇ ਦਿਨ ਵੇਲੇ ਸੁਪਨੇ ਵੇਖਣ ਦੀ ਆਦਤ ਪੈ ਗਈ ਸੀ ਪਰ ਅਚਾਨਕ ਜ਼ਿੰਦਗੀ ਨੇ ਕੋਣੀ ਮਾਰੀ ਤੇ ਠੇਕੇਦਾਰ ਦੀ ਅਚਾਨਕ ਮੌਤ ਨਾਲ ਮੇਰਾ ਉਸਰਿਆ ਸੰਸਾਰ ਉੱਜੜ ਗਿਆ ਮੇਰੀ ਅਗਲੇਰੀਆ ਸਫਲਤਾ ਇੱਕ ਛਾਪੇਖਾਨੇ ਚ ਵਾਪਰੀ ਜਿਨ੍ਹਾਂ ਤੰਗ ਦ੍ਰਿਸ਼ਟੀ ਤੇ ਸ਼ੱਕੀ ਸੁਭਾਅ ਵਾਲੇ ਮੇਰੇ ਮਾਲਕ ਸਨ ਉਹਨਾਂ ਨੂੰ ਵੇਖ ਕੇ ਮੈਂ ਬਹੁਤ ਉਦਾਸ ਹੋ ਜਾਂਦਾ ਸੀ ਇੱਥੇ ਨਾ ਕੰਮ ਦਾ ਮੁੱਲ ਸੀ ਨਾ ਬੰਦੇ ਦਾ ਉਹ ਕੰਮ ਕਰਨ ਵਾਲਿਆਂ ਨਾਲ ਹਰ ਪੱਖੋਂ ਬੜਾ ਭੈੜਾ ਸਲੂਕ ਕਰਦੇ ਸਨ ਠੇਕੇਦਾਰ ਨੇ ਮੇਰੇ ਵਿੱਚ ਵਿਹਾਰ ਚ ਦਲੇਰੀ ਲਿਆਉਂਦੀ ਸੀ ਕੇਵਲ ਮੈਂ ਹੀ ਸਾਂ ਜਿਹੜਾ ਛਾਪੇਖਾਨੇ ਦੇ ਮਾਲਕਾਂ ਦਾ ਉਹਨਾਂ ਦੇ ਸਾਹਮਣੇ ਵਿਰੋਧ ਕਰਦਾ ਸੀ ਮੈਂ ਕਿੰਦੇ ਅੰਮ੍ਰਿਤ ਵੇਟਣਾ ਸੀ ਪਰ ਉਹਨਾਂ ਨੇ ਇਮਤਿਹਾਨ ਤੋਂ ਪਹਿਲੇ ਦਿਨ ਮੇਰੇ ਉੱਤੇ ਲੜਾਈ ਕਰਨ ਦਾ ਦੋਸ਼ ਲਾ ਕੇ ਥਾਣੇ ਬੰਦ ਕਰਵਾ ਦਿੱਤਾ ਮੇਰੇ ਮਾਪੇ ਆਪ ਉੱਜੜ ਕੇ ਆਏ ਸਨ ਉਹਨਾਂ ਦੀ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਦਖਲ ਦੇ ਸਕਦੇ ਮੇਰੇ ਤੋਂ ਕੁਝ ਸਾਲ ਵੱਡਾ ਮੇਰਾ ਭਰਾ ਵੀ ਅਜੇ ਹੀ ਤਜਰਬਿਆਂ 'ਚੋਂ ਲੰਘ ਰਿਹਾ ਸੀ ਉਹ ਆਪ ਤਿਲਕ ਤਿਲਕ ਕੇ ਸੰਭਲ ਰਿਹਾ ਸੀ ਉਸ ਵਿੱਚ ਮੇਰੀ ਤਰਵਾਸ ਬਣਨ ਦੀ ਸਮਰੱਥਾ ਨਹੀਂ ਸੀ ਸਗੋਂ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਆਪੇ ਖਰਨਾ ਕਸ਼ਨਾਲੀ ਕਲਿਆਈ ਜੂਝ ਰਿਹਾ ਸੀ ਮੈਨੂੰ ਇੱਕ ਕਲਿਆ ਲੜਨ ਦਾ ਹੁਨਰ ਉਸੇ ਨੇ ਸਿਖਾਇਆ ਸੀ ਕਈ ਸਫਲਤਾਵਾਂ ਤੋਂ ਬਾਅਦ ਮੇਰੀ ਅਗਲੀ ਵੱਡੀ ਅਸਫਲਤਾ ਪਿਆਰ ਦੇ ਖੇਤਰ ਵਿੱਚ ਹੋਈ ਜਿਸ ਨਾਲ ਮੈਨੂੰ ਪਿਆਰ ਹੋਇਆ ਉਹਨੇ ਮੈਨੂੰ ਪਿਆਰ ਘੱਟ ਕੀਤਾ ਪਰ ਉਡੀਕ ਵਧੇਰੇ ਕਰਵਾਈ ਉਹਦੀ ਨਜ਼ਰ ਦੀ ਮਾਰ ਥੱਲੇ ਆਉਣ ਮਗਰੋਂ ਮੈਂ ਆਪਣੀ ਦੁਨੀਆ ਵਿੱਚੋਂ ਉਸ ਤੋਂ ਇਲਾਵਾ ਹਰ ਕਿਸੇ ਨੂੰ ਬਾਹਰ ਕੱਢ ਦਿੱਤਾ ਸੀ ਮੇਰੇ ਕਲਪਨਾ ਸੰਸਾਰ ਵਿੱਚ ਉਹ ਆਰ ਪਰ ਫੈਲੀ ਹੋਈ ਸੀ ਚੜਦੇ ਸੂਰਜ ਵਰਗਾ ਉਹਦਾ ਰੰਗ ਸੀ ਉਹਦੇ ਖਿਆਲ ਨਾਲ ਹੀ ਮੇਰੇ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਦਲੇਰੀ ਆ ਜਾਂਦੀ ਅਤੇ ਆਪਣੇ ਆਪ ਤੋਂ ਹੀ ਖੁਸ਼ਬੂ ਆਉਣ ਲੱਗ ਪੈਂਦੀ ਉਹ ਇੰਨੀ ਸੋਹਣੀ ਸੀ ਕਿ ਉਹਨੂੰ ਵੇਖ ਕੇ ਮੱਲੋ ਮੱਲੀ ਰੱਬ ਦਾ ਧੰਨਵਾਦ ਕਰਨ ਨੂੰ ਮਨ ਵਿੱਚ ਮਨ ਕਰ ਆਉਂਦਾ ਸੀ ਉਸ ਵੇਲੇ ਮੈਂ ਸਮਝਦਾ ਸਾਂ ਕਿ ਦੁਨੀਆ ਦੋ ਹਿੱਸਿਆਂ 'ਚ ਵੰਡੀ ਹੋਈ ਹੈ ਇੱਕ ਹਿੱਸਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਨੇ ਉਹਨੂੰ ਵੇਖਿਆ ਸੀ ਤੇ ਦੂਜਾ ਹਿੱਸਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਦੀ ਕਿਸਮਤ ਇੰਨੀ ਚੰਗੀ ਨਹੀਂ ਸੀ ਕਿ ਉਹਨੂੰ ਵੇਖ ਲੈਂਦੇ ਉਹ ਬੈਠੀ ਵੀ ਨੱਚਦੀ ਪ੍ਰਤੀਤ ਹੁੰਦੀ ਸੀ ਉਹਦੀ ਨਜ਼ਰ ਵਿੱਚ ਜਿਉਂਦੇ ਨੂੰ ਮੋਇਆ ਤੇ ਮੋਏ ਨੂੰ ਜਿਉਂਦਾ ਕਰਨ ਦੀ ਤਾਕਤ ਸੀ ਉਹਦੀ ਨਜ਼ਰ ਵਿੱਚ ਪਰਵਾਨ ਚੜਨ ਵਾਸਤੇ ਮੈਂ ਦੌੜ ਲਾ ਕੇ ਅਨੇਕਾਂ ਇਮਤਿਹਾਨ ਪਾਸ ਕੀਤੇ ਜਿਵੇਂ ਹਰ ਪਿਆਰ ਵਿੱਚ ਹੁੰਦਾ ਹੈ ਕੁਝ ਅਰਸੇ ਮਗਰੋਂ ਕੋਈ ਤੀਜੀ ਤੇ ਰੂਪਜ ਪੈਂਦੀ ਹੈ ਉਸ ਦੀਆਂ ਵੀ ਜ਼ਰੂਰ ਕੋਈ ਮਜਬੂਰੀਆਂ ਹੋਣਗੀਆਂ ਤੀਜੀ ਧਿਰ ਕੋਲ ਨੋਟ ਹੀ ਨੋਟ ਸਨ ਮੇਰੇ ਕੋਲ ਪਾਣ ਹੀ ਪਾਂਸੀ ਸ਼ਾਇਦ ਉਹਦੇ ਮੁਕਾਬਲੇ ਮੇਰਾ ਵਰ چھوٹਾ ਸੀ ਉਹ ਮੇਰੀਆਂ ਅੱਖਾਂ ਸਾਹਮਣੇ ਕਿਸੇ ਹੋਰ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਪਿੱਛੇ ਮੁੜ ਕੇ ਵੇਖਦੀ ਰਹੀ ਪਰ ਚਲੀ ਗਈ ਉਸਦੇ ਜਾਣ ਨਾਲ ਮੇਰੇ ਦੋਵੇਂ ਜਹਾਨ ਉਦਾਸੇ ਗਏ ਉਸਨੇ ਮੈਨੂੰ ਖਤ ਲਿਖਣੇ ਸਿਖਾਈ ਸਨ ਉਸਨੇ ਮੈਨੂੰ ਸੁੰਦਰਤਾ ਦੀ ਪਛਾਣ ਕਰਵਾਈ ਸੀ ਉਸ ਨੇ ਮੈਨੂੰ ਜ਼ਿੰਦਗੀ ਦੀਆਂ ਉਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਦੇ ਸੰਮੁਖ ਕੀਤਾ ਸੀ। ਉਸ ਨੇ ਮੈਨੂੰ ਕਲਮ ਫੜਨ ਦੀ ਜਾਂਚ ਦੱਸੀ ਸੀ। ਉਸ ਦੇ ਜਾਣ ਉਪਰੰਤ ਮੈਂ ਫਿਲਾਸਫੀ ਦੇ ਡੂੰਘੇ ਪਾਣੀਆਂ 'ਚ ਉਤਰਿਆ। ਇੱਕ ਅਸਫਲਤਾ ਮੈਂ ਆਪ ਸੇ ਹੀ ਢੀ। ਇੱਕ ਵਾਰੀ ਮੈਨੂੰ ਅਜਿਹੀ ਨੌਕਰੀ ਮਿਲੀ ਜਿਸ ਵਿੱਚ ਕੰਮ ਕੋਈ ਨਹੀਂ ਸੀ। ਵਿਹਲੇ ਰਹਿਣ ਤੋਂ ਮੈਂ ਇੰਨਾ ਤੰਗ ਆ ਗਿਆ ਕਿ ਮੈਂ ਅਸਤੀਫਾ ਦੇ ਦਿੱਤਾ। ਮੇਰੇ ਮਿੱਤਰ ਮੇਰੇ ਇਸ ਫੈਸਲੇ ਦੀ ਨਖੇਦੀ ਕਰਦੇ ਰਹੇ। ਮੈਂ ਜਾਣਦਾ ਸਾਂ ਕਿ ਜਿਹੜਾ ਫਲ ਮਿਹਨਤ ਤੋਂ ਬਿਨਾਂ ਪ੍ਰਾਪਤ ਹੁੰਦਾ ਹੈ ਉਹ ਸੁਖ ਨਹੀਂ ਦੇਵੇਗਾ ਉਹ ਹਜ਼ਮ ਨਹੀਂ ਹੁੰਦਾ ਕਦੇ-ਕਦੇ ਕਿਨਾਰੇ ਤੇ ਲੱਗਿਆ ਜਹਾਜ਼ ਵੀ ਡੁੱਬ ਜਾਂਦਾ ਹੈ ਮੇਰੇ ਨਾਲ ਅਨੇਕਾਂ ਵਾਰ ਇਹ ਵਾਪਰੇ ਪਰ ਹਰ ਹਾਦਸਾ ਮੈਨੂੰ ਕਿਸੇ ਨਾ ਕਿਸੇ ਪੱਖੋਂ ਅਮੀਰ ਕਰਦਾ ਰਿਹਾ ਹੈ ਮੈਂ ਅੰਤਾਂ ਦੀ ਥਕਾਵਟ ਕਿਹੜੇ ਮੱਥੇ ਬਰਦਾਸ਼ਤ ਕਰ ਸਕਦਾ ਹਰ ਅਸਫਲਤਾ ਮੈਨੂੰ ਖੁਨੂ ਅੱਗੇ ਧਕੇਲਦੀ ਹੈ ਤੱਕੇ ਖਾਣ ਦੀ ਜਾਂ ਚਾਉਣੀ ਚਾਹੀਦੀ ਹੈ ਧਿਆਨ ਨਾਲ ਵੇਖਿਆ ਜਾਏ ਤਾਂ ਹਰ ਤੱਕੇ ਨਾਲ ਅਸੀਂ ਜਾਂਦੇ ਅੱਗੇ ਹੀ ਹਰ ਕਿਸੇ ਨਾਲ ਅਨੇਕਾਂ ਘਟਨਾਵਾਂ ਦੁਰਘਟਨਾਵਾਂ ਆਦਿ ਵਾਪਰੀਆਂ ਹੋਣਗੀਆਂ ਤੇ ਵਾਪਰ ਰਹੀਆਂ ਹੋਣਗੀਆਂ ਪਰ ਕਿਸਾਨਾਂ ਨਾਲ ਅਜਿਹੀਆਂ ਘਟਨਾਵਾਂ ਕੁਝ ਵਦੇਰੇ ਹੀ ਵਾਪਰਦੀਆਂ ਹਨ ਇਸੇ ਲਈ ਉਹ ਅੜਬ ਅੜੀਏਲ ਤੇ ਜ਼ਿੱਦੀ ਹੋ ਜਾਂਦੇ ਹਨ ਇਹ ਪੈਂਤੜੇ ਅਗਲੇਰੀਆਂ ਅਸਫਲਤਾਵਾਂ ਨੂੰ ਬਰਦਾਸ਼ਤ ਕਰਨ ਲਈ ਟਾਲਾਂ ਹਨ ਅਨੇਕਾ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਚੜ੍ਹਾ ਨਹੀਂ ਆਉਂਦਾ ਕੇਵਲ ਉਤਰਾ ਹੀ ਉਤਰਾ ਆਉਂਦੇ ਹਨ ਜ਼ਿੰਦਗੀ ਦਾ ਸਭ ਤੋਂ ਡੂੰਘਾ ਅਨੁਭਵ ਉਹਦੋਂ ਹੁੰਦਾ ਹੈ ਜਦੋਂ ਸੰਸਾਰ ਹਰ ਚੀਜ਼ ਨੂੰ ਪੈਸੇ ਨਾਲ ਮਾਪਦਾ ਹੋਵੇ ਤੇ ਤੁਹਾਡੀ ਜੇਬ ਵਿੱਚ ਇੱਕ ਥੇਲਾ ਵੀ ਨਾ ਹੋਵੇ ਇਸ ਅਵਸਥਾ ਵਿੱਚੋਂ ਜਿਹੜੇ ਗੁਜ਼ਰੇ ਹਨ ਉਹ ਹਰ ਅਵਸਥਾ ਵਿੱਚੋਂ ਗੁਜ਼ਰ ਸਕਦੇ ਹਨ ਜਿਸ ਵਿਅਕਤੀ ਵਿੱਚ ਟੁਰਨ ਦੀ ਆਦਤ ਹੈ ਲੰਬੇ ਫਾਸਲੇ ਟੁਰਨ ਦੀ ਆਦਤ ਤੇ ਸਮਰੱਥਾ ਹੈ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਉਸ ਵਿੱਚ ਭੜੇ ਕੰਮਾਂ ਤੋਂ ਬਚਣ ਦੀ ਦਲੇਰੀ ਹੋएगी ਉਹ ਅਸੂਲ ਵਾਲਾ ਸਹਿਨਸ਼ੀਲ ਵਿਅਕਤੀ ਹੋਏਗਾ ਤੇ ਉਸ ਵਿੱਚ ਦੂਜਿਆਂ ਦੀਆਂ ਘਾਟਾਂ ਨੂੰ ਅੰਡਟ ਕਰਨ ਦੀ ਸਹਿਜ ਅਮੀਰੀ ਹੋਏਗੀ ਤੇ ਆਪਣੀ ਹਾਰ ਉੱਤੇ ਸਬਰ ਕਰਨ ਦਾ ਹੌਸਲਾ ਹੋਏਗਾ ਨਿਰਸੰਦੇਹ ਹਰ ਮਨੁੱਖ ਆਪਣੇ ਅਨੁਭਵ ਨੂੰ ਆਖਰੀ ਸੱਚ ਸਮਝਣ ਦਾ ਪਰਮਪਾਲਦਾ ਹੈ ਤੇ ਆਪਣੇ ਅਨੁਭਵ ਦੀਆਂ ਨੀਹਾਂ ਉੱਤੇ ਕੁਝ ਅਸੂਲਾਂ ਦੀ ਉਸਾਰੀ ਕਰਦਾ ਹੈ ਮੈਂ ਵੇਖਿਆ ਕਿ ਜੇ ਕਿਸੇ ਵਿੱਚ ਮਿਲਣ ਵਾਲੇ ਪੈਸਿਆਂ ਨਾਲੋਂ ਵੱਧ ਕੰਮ ਕਰਨ ਦੀ ਦਲੇਰੀ ਹੈ ਤਾਂ ਉਹਨੂੰ ਸਫਲਤਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਸਾਡੇ ਸਮਾਜ ਨੂੰ ਹਰ ਸਫਲਤਾ ਪੈਸੇ ਨਾਲ ਮਾਪਣ ਦੀ ਆਦਤ ਹੈ ਸੋ ਹਰ ਕਿਸੇ ਨੂੰ ਕੁਝ ਨਾ ਕੁਝ ਅਜਿਹਾ ਪ੍ਰਾਪਤ ਕਰਨਾ ਚਾਹੀਦਾ ਹੈ ਜਿਸ ਦੀ ਮਾਇਕ ਕੀਮਤ ਹੋਵੇ ਤਾਂ ਕਿ ਸਮਾਂ ਆਉਣ ਉੱਤੇ ਉਹ ਵਿਅਕਤੀ ਆਪਣੇ ਰੁਜ਼ਗਾਰ ਦਾ ਆਪ ਨਿਰਣੈ ਕਰ ਸਕੇ ਤੁਸੀਂ ਕੁਝ ਵੀ ਹੋਵੋ ਕਿ ਸੇਵਿਸ ਤੇਤੀ ਵਿੱਚ ਹੋ ਗੋ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਵਿੱਚ ਸੁਧਾਰ ਲਿਆਉਣ ਦੀਆਂ ਉਹਨੂੰ ਚੰਗੇਰਾ ਕਰਨ ਦੀਆਂ ਸੰਭਾਵਨਾਵਾਂ ਹਮੇਸ਼ਾ ਹੋਣਗੀਆਂ ਇਹਨਾਂ ਸੰਭਾਵਨਾਵਾਂ ਨੂੰ ਪਛਾਣ ਕੇ ਹੀ ਅਸੀਂ ਟੋਟਿਆਂ ਵਿੱਚੋਂ ਸੰਪੂਰਨ ਹੋ ਕੇ ਉਭਰਾਂਗੇ ਇਹਨਾਂ ਸੰਭਾਵਨਾਵਾਂ ਦੀ ਸ਼ਕਤੀ ਨਾਲ ਹੀ ਅਸੀਂ ਗਰੀਬੀ ਤੋਂ ਪਾਰ ਜਾ ਸਕਾਂਗੇ ਜਿੜ ਜਾਣਾ ਹੀ ਕਈ ਲੋਕਾਂ ਦੀ ਯੋਗਤਾ ਬਣਦੀ ਜਾ ਰਹੀ ਹੈ ਅਜਿਹੇ ਵਿਅਕਤੀ ਕਿਸੇ ਲਈ ਵੀ ਉਦਾਹਰਨ ਨਹੀਂ ਬਣ ਸਕਦੇ ਕਈ ਕੇਵਲ ਆਪਣੇ ਦੁੱਖਾਂ ਦੀਆਂ ਹੀ ਗੱਲਾਂ ਕਰਦੇ ਹਨ ਨਿਰੋਲ ਦੁੱਖ ਨਾਲ ਕੁਝ ਸਿਰਜਿਆ ਨਹੀਂ ਜਾ ਸਕਦਾ ਅਜੋਕਾ ਯੁੱਗ ਇਸ ਪੱਖੋਂ ਅਜੀਬ ਹੈ ਕਿ ਸਾਡੇ ਸਾਰੇ ਵਿਸ਼ਵਾਸ ਝੂਠੇ ਸਾਬਤ ਹੋ ਰਹੇ ਹਨ ਨਿਰਸੰਦੇ ਆਪਸੀ ਸਬੰਧਾਂ ਵਿੱਚ ਸਫਲਤਾ ਦਾ ਵਾਤਾਵਰਨ ਫਸਰ ਰਿਹਾ ਹੈ ਤੇ ਤਲਾਕ ਵੱਧ ਰਹੀ ਹਨ ਕਿਸੇ ਥਾਂ ਦਾਖਲਾ ਨਾ ਮਿਲਣਾ ਕਿਸੇ ਯੁਵਕ ਲਈ ਅਜੇ ਆ ਪਹਿਲਾ ਤੱਕਾ ਹੈ ਜਿਸ ਲਈ ਉਹ ਤਿਆਰ ਨਹੀਂ ਹੁੰਦਾ ਕੰਡਿਆਂ ਨੂੰ ਸਹੰਦੇਆਂ ਸਹੰਦੇਆਂ ਕਈਆਂ ਦਾ ਫੁੱਲਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਬੱਚੇ ਆਪਣੀਆਂ ਕਈ ਅਸਫਲਤਾਵਾਂ ਦਾ ਦੋਸ਼ ਮਾਪਿਆਂ ਨੂੰ ਦਿੰਦੇ ਹਨ ਇਹ ਹਰ ਪੀੜੀ ਨਾਲ ਵਾਪਰਦਾ ਹੈ ਅਸੀਂ ਸਾਰੀ ਜ਼ਿੰਦਗੀ ਦੀ ਗੱਡੀ ਤੇ ਯਾਤਰੀ ਹਾਂ ਸਾਰਿਆਂ ਨੇ ਵੱਖਰੇ ਵੱਖਰੇ ਸਟੇਸ਼ਨਾਂ ਤੇ ਉਤਰਨਾ ਹੈ ਅਸੀਂ ਆਪਣੀਆਂ ਸਫਲਤਾਵਾਂ ਸਫਲਤਾਵਾਂ ਦੇ ਸੰਦਰਭ ਵਿੱਚ ਹੀ ਵਿਚਰਨਾ ਹੈ ਕੋਈ ਵੀ ਰਾਹ ਖਤਰੇ ਤੋਂ ਖਾਲੀ ਨਹੀਂ ਹੁੰਦਾ ਕੋਈ ਵੀ ਖੇਤਰ ਜਾਂ ਵਿਅਕਤੀ ਅਸਫਲਤਾਵਾਂ ਤੋਂ ਮੁਕਤ ਨਹੀਂ ਹੁੰਦਾ ਜੇ ਕੋਈ ਮੇਰੇ ਤੋਂ ਪੁੱਛੇ ਤਾਂ ਇਹੀ ਕਹਾਂਗਾ ਮੇਰਾ ਮੈਂ ਹਰ ਖੇਡ ਵਿੱਚ ਅਸਫਲ ਹੋਇਆ ਪਰ ਮੈਨੂੰ ਫਿਰ ਵੀ ਖੇਡਣ ਦਾ ਸ਼ੌਕ ਹੈ ਤੇ ਚਾਹ ਹੈ ਮੇਰੀ ਦਿਲਚਸਪੀ ਸਫਲ ਅਸਫਲ ਹੋਣ ਵਿੱਚ ਨਹੀਂ ਸਗੋਂ ਖੇਡਣ ਵਿੱਚ ਹੈ ਧੰਵਾ ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਛਾਤ ਦਾ ਲੇਖ ਹੈ ਸਵੇ ਕਾਬੂ ਆਪਣੇ ਆਪ ਨੂੰ ਜਾਣਨਾ ਨਾ ਕੇਵਲ ਔਖਾ ਹੁੰਦਾ ਸਗੋਂ ਅਨਸੁਖਾਵਾਂ ਵੀ ਹੁੰਦਾ ਹੈ ਸਾਡਾ ਸਾਰਾ ਯਤਨ ਆਪਣੇ ਆਪ ਵੱਲ ਮੁੜਨ ਦਾ ਨਹੀਂ ਹੁੰਦਾ ਆਪਣੇ ਆਪ ਤੋਂ ਪਰੇ ਦੌੜ ਜਾਣ ਦਾ ਹੁੰਦਾ ਹੈ ਵੇਖਿਆ ਗਿਆ ਕਿ ਜਿਹੜੇ ਲੋਕ ਵਧੇਰੇ ਹਿਫਾਜ਼ਤੀ ਪ੍ਰਬੰਧਾਂ ਵਿੱਚ ਰਹਿੰਦੇ ਹਨ ਉਹ ਸੋਚ ਦੇ ਪੱਖੋਂ ਕਮਜ਼ੋਰ ਹੁੰਦੇ ਹਨ ਜਿਨ੍ਹਾਂ ਦੇ ਘਰ ਵਧੇਰੇ ਨੌਕਰ ਹੁੰਦੇ ਹਨ ਉਹ ਆਪ ਬਿਮਾਰੀ ਹੁੰਦੇ ਹਨ ਜਿਨ੍ਹਾਂ ਕੋਲ ਰਫ਼ਤਾਰ ਹੁੰਦੀ ਹੈ ਪਰ ਬ੍ਰੇਕਾਂ ਨਹੀਂ ਹੁੰਦੀਆਂ ਉਹ ਨਾ ਕੇਵਲ ਵਧੇਰੇ ਹਾਦਸੇ ਕਰਦੇ ਹਨ ਸਗੋਂ ਆਪ ਵੀ ਵਧੇਰੇ ਹਾਦਸੀਆਂ ਦਾ ਸ਼ਿਕਾਰ ਹੁੰਦੇ ਹਨ ਉਹ ਜ਼ਿੰਦਗੀ ਤੋਂ ਲੈਂਦੇ ਵਧੇਰੇ ਹਨ ਪਰ ਦਿੰਦੇ ਘੱਟ ਹਨ ਦੂਜਿਆਂ ਨੂੰ ਧੋਖਾ ਦੇਣ ਦੇ ਮੁਕਾਬਲੇ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਵਿੱਚ ਵਧੇਰੇ ਮਾਹਿਰ ਹੋ ਗਏ ਹਾਂ ਜੇ ਅਸੀਂ ਆਪਣੇ ਆਪ ਬਾਰੇ ਗੱਲਾਂ ਨਾ ਕਰੀਏ ਤਾਂ ਅਸੀਂ ਬਹੁਤੀਆਂ ਗੱਲਾਂ ਨਹੀਂ ਕਰ ਸਕਦੇ ਦੂਜਿਆਂ ਦੀ ਪ੍ਰਸ਼ੰਸਾ ਵਿੱਚ ਅਸੀਂ ਇੱਕ ਦੋ ਵਾਕ ਵੀ ਬੜੀ ਮੁਸ਼ਕਲ ਨਾਲ ਬੋਲਦੇ ਹਾਂ ਜਦੋਂ ਕਿ ਨਿੰਦਾ ਤੇ ਭੰਡੀ ਬਾਰੇ ਵਿਸਥਾਰ ਵਿੱਚ ਕਰਦੇ ਹਾਂ ਇਹ ਸਭ ਕੁਝ ਇਸ ਲਈ ਹੁੰਦਾ ਕਿਉਂਕਿ ਸਾਡੇ ਜੀਵਨ ਵਿੱਚ ਸੰਤੁਲਨ ਦੀ ਘਾਟ ਹੈ ਆਤਮਾ ਮਨ ਤੇ ਤਨ ਦਾ ਸੰਤੁਲਨ ਜਦੋਂ ਵਿਹਾਰ ਵਿੱਚ ਪ੍ਰਗਟ ਹੁੰਦਾ ਹੈ ਤਾਂ ਉਸ ਨੂੰ ਸਵੈ ਕਾਬੂ ਕਹਿੰਦੇ ਹਨ ਸਵੈ ਕਾਬੂ ਵੱਡੀਆਂ ਤੇ ਪੱਕੀਆਂ ਪ੍ਰਾਪਤੀਆਂ ਦਾ ਬਾਲ ਉਪਦੇਸ਼ ਹੈ ਇਹ ਕਿਸੇ ਯਤਨ ਦੇ ਆਰੰਭ ਵਿੱਚ ਨਹੀਂ ਅੰਤ ਵਿੱਚ ਪ੍ਰਾਪਤ ਹੋਣ ਵਾਲਾ ਫਲ ਹੈ ਇਹ ਉਹ ਗਿਆਨ ਹੈ ਜੋ ਆਪਣੇ ਆਪ ਨੂੰ ਆਪਣੇ ਹੀ ਮਨ ਦੀ ਪਾਟਸ਼ਾਲਾ ਵਿੱਚ ਦਾਖਲ ਕਰਨ ਤੇ ਨਿਤ ਨਵੇਂ ਯਤਨਾ ਨਾਲ ਪ੍ਰਾਪਤ ਹੁੰਦਾ ਹੈ ਸਵੈ ਕੋਬੂ ਉਚੇਰੇ ਗਿਆਨ ਦੀ ਨਹੀਂ ਹੈ ਇਹ ਆਪਣੇ ਆਪ ਵਿਰੁੱਧ ਭੁਗਤਣ ਵਾਲੀ ਗਵਾਈ ਹੈ ਇਹ ਆਪਣੇ ਆਪ ਨੂੰ ਗੁੰਨਣ ਦਾ ਅਮਲ ਹੈ ਸਵੈ ਕਾਬੂ ਤੋਂ ਬਿਨਾਂ ਬਿਸ਼ਵਾਸ ਆ ਤਾਂ ਬਿਸ਼ਵਾਸ ਰੰਕੜ ਤੇ ਹੰਕਾਰ ਹੋ ਨਿਬੜਦਾ ਹੈ। ਸਵੈ ਕਾਬੂ ਸਾਨੂੰ ਭੈ ਨਾਲ ਲੜਨ ਦਾ ਹੁਨਰ ਸਿਖਾਉਂਦਾ ਹੈ। ਮਨੁੱਖ ਵਿੱਚ ਸੋਚਣ ਦੀ ਹੀ ਸ਼ਕਤੀ ਨਹੀਂ ਇਸ ਨਾਲੋਂ ਵੀ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਵਿੱਚ ਆਪਣੇ ਵਿਚਾਰਾਂ ਨੂੰ ਕਾਬੂ ਕਰਨ ਦੀ ਵੀ ਸ਼ਕਤੀ ਹੈ। ਸਵੈ ਕਾਬੂ ਉਪਜਦਾ ਹੀ ਆਪਣੀ ਸੋਚ ਦੇ ਕਾਬੂ ਵਿੱਚੋਂ ਹੈ। ਤੁਸੀਂ ਉਹੀ ਕੁਝ ਹੁੰਦੇ ਹੋ ਜੋ ਕੁਝ ਤੁਸੀਂ ਸੋਚਦੇ ਹੋ ਤੁਹਾਡੀਆਂ ਇੱਛਾਵਾਂ ਵੀ ਤੁਹਾਡੀ ਸੋਚ ਦੀ ਉਪਜ ਹੁੰਦੀਆਂ ਹਨ ਤੇ ਤੁਸੀਂ ਆਪਣੀਆਂ ਇੱਛਾਵਾਂ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦੇ ਜੇ ਕੋਈ ਤੁਹਾਨੂੰ ਗਾਲ ਕੱਢਦਾ ਤੁਸੀਂ ਪੜਕੁੱਟਦੇ ਹੋ ਤਾਂ ਇਹਦਾ ਅਰਥ ਇਹ ਹੈ ਕਿ ਤੁਸੀਂ ਉਹਦੇ ਚਲਾਈ ਚੱਲ ਰਹੇ ਹੋ ਜਦੋਂ ਸਵੈ ਕਾਬੂ ਨਾ ਰਹੂ ਬਈ ਤੇ ਨਿੱਕੇ ਨਿੱਕੇ ਗੱਲਾਂ ਵੀ ਵੱਡੇ ਵੱਡੇ ਝਗੜੇ ਸਿਰਜਦੀਆਂ ਹਨ ਇਵੇਂ ਜਦੋਂ ਸਾਡੇ ਵਿੱਚ ਆਪਸੀ ਸਾਂਝ ਦਾ ਕੋਈ ਆਧਾਰ ਨਾ ਹੋਵੇ ਅਸੀਂ ਆਪਸੀ ਨਫ਼ਰਤ ਦੇ ਰਿਸ਼ਤੇ ਉਸਾਰ ਲੈਂਦੇ ਆਂ ਨਫ਼ਰਤ ਸਵੈ ਕਾਬੂ ਦੀ ਘਾਟ ਵਿੱਚੋਂ ਉਪਜਦੀ ਹੈ ਕਿਸੇ ਕੌਮ ਦੀ ਸ਼ਕਤੀ ਉਹਦੀ ਬਾਹਰੀ ਸੁੰਦਰਤਾ 'ਚ ਨਹੀਂ ਹੁੰਦੀ ਉਸਦੀ ਅੰਦਰਲੀ ਸੋਚ ਵਿੱਚ ਹੁੰਦੀ ਹੈ ਬਾਹਰੀ ਹਿਲਜੁਲ ਵਿੱਚ ਨਹੀਂ ਹੁੰਦੀ ਅੰਦਰਲੀ ਟਿਕਾਊਚ ਹੁੰਦੀ ਹੈ ਤੁਸੀਂ ਮਹਾਵੀਰ ਜਾਂ ਮਹਾਤਮਾ ਬੁੱਧੀ ਮੂਰਤੀ ਵੇਖ ਕੇ ਨਿਰਣਾ ਨਹੀਂ ਕਰ ਸਕਦੇ ਕਿ ਉਹ ਉਦਾਸ ਹਨ ਜਾਂ ਪ੍ਰਸੰਨ ਉਹਨਾਂ ਦਾ ਧਿਆਨ ਇੱਥੇ ਹੈ ਜਾਂ ਉੱਥੇ ਨੇੜੇ ਹਨ ਜਾਂ ਦੂਰ ਜਾਗਦੇ ਹਨ ਜਾਂ ਸੁੱਤੇ ਹੋਏ ਅਸੀਂ ਇਸਤਰੀ ਨੂੰ ਉਹਦੀ ਬਾਹਰਲੀ ਸੁੰਦਰਤਾ ਦੇ ਆਧਾਰ ਤੇ ਹੀ ਜਾਣਨ ਦੇ ਆਦੀ ਹੋ ਗਏ ਹਾਂ ਇਸੇ ਲਈ ਅਸੀਂ ਉਸਦੀ ਅੰਦਰਲੀ ਰੌਸ਼ਨੀ ਤੋਂ ਵਿਰਵੀ ਹਾਂ ਉਸ ਦੇ ਸਵੈ ਕਾਬੂ ਉੱਤੇ ਅਸੀਂ ਆਪਣੀ ਕੰਨ ਲੱਦ ਦਿੰਨੇ ਹਾਂ ਆਪਣੀ ਥਕਾਵਟ ਢੋਲ ਦਿੰਨੇ ਹਾਂ ਸਵਾਰਥ ਸੱਚੇ ਪਿਆਰ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਹੈ ਸਾਡਾ ਸਵਾਰਥ ਹੀ ਕਿਸੇ ਸਮੱਸਿਆ ਨੂੰ ਹੱਲ ਨਹੀਂ ਹੋਣ ਦਿੰਦਾ ਘਰ ਘਰ ਵਿੱਚ ਝਗੜੇ ਸਵਾਰਥ ਦੇ ਝਗੜੇ ਹਨ ਸਵਾਰਥ ਨੂੰ ਅਸੀਂ ਆਪਣੇ ਹੱਕ ਬਣਾ ਕੇ ਪੇਸ਼ ਕਰਦੇ ਆਂ ਜਿਉਂ-ਜਿਉਂ ਸਵੈ ਕਾਬੂ ਘਟ ਰਿਹਾ ਉੰਜ ਤੈ ਜੋ ਕਿ ਯੁੱਗ ਯੁੱਗ ਵਿੱਚ ਕਦੇ ਵੀ ਬਹੁਤਾ ਨਹੀਂ ਸੀ ਪਰ ਹੁਣ ਤਾਂ ਇਹ ਲੋਪ ਹੀ ਹੁੰਦਾ ਜਾ ਰਿਹਾ ਹੈ ਇਸੇ ਲੋਪ ਹੋਣ ਨਾਲ ਮਨੁੱਖ ਦੀ ਦੁਰਗਤ ਵਧੇਗੀ ਹੁਣ ਤਾਂ ਅਸੀਂ ਛਟਕਈ ਯੁੱਗ ਵਿੱਚ ਵਿਚਰ ਰਹੇ ਆਂ ਸਵੈ ਕਾਬੂ ਤੋਂ ਬਿਨਾ ਜੀਵਨ ਦੇ ਰੋਹਾਨੀ ਅਰਥ ਨਹੀਂ ਲੱਭਣਗੇ ਸਵੈ ਕਾਬੂ ਦੇ ਕਬਿਲਾਸ਼ੀ ਨੇ ਕਿਹਾ ਕਿ ਵਈ ਗਰੂ ਮੇਰੀ ਆਪਣੇ ਆਪ ਤੋਂ ਰੱਖਿਆ ਕਰਨੀ ਕਿਦਰੇ ਮੈਂ ਆਪਣੇ ਆਪ ਵਿੱਚ ਹੀ ਨ ਡਿੱਗ ਪਵਾਂ ਅਬਰਾਹਮ ਲੈਂਕਨ ਨੂੰ ਜਦੋਂ ਇੱਕ ਸਭਾ ਵਿੱਚ ਪ੍ਰਧਾਨ ਚੁਣ ਲਿਆ ਗਿਆ ਤਾਂ ਉਹਨੇ ਬੜੀ ਨਿਮਰਤਾ ਨਾਲ ਕਿਹਾ ਜਿਹੜੀ ਸਭਾ ਮੈਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਮੈਂ ਉਸ ਸਭਾ ਵਿੱਚ ਸ਼ਾਮਲ ਹੋਣ ਦੇ ਯੋਗ ਵੀ ਨਹੀਂ ਹਿਵੇਂ ਉਸਨੇ ਦਾਜ ਵਾਂਗ ਮਿਲੀ ਪ੍ਰਧਾਨਗੀ ਤਿਆਗ ਦਿੱਤੀ ਗਰੀਬ ਗਰੀਬੀ ਵਿੱਚ ਇੱਕ ਦੂਜੇ ਨੂੰ ਪਛਾੜ ਦੇਣ ਦਾ ਨਾਟਕ ਨਹੀਂ ਕਰਦੇ ਭਾਵੇਂ ਹਰ ਗਰੀਬ ਗਰੀਬੀ ਨੂੰ त्यागਣਾ ਚਾਹੁੰਦਾ ਹੈ ਪਰ ਜਦੋਂ ਤੱਕ ਸਵੈ ਕਾਬੂ ਦਾ ਗੁਣ ਨਹੀਂ ਉਪਜਦਾ ਇਸ ਖੇਤਰ ਵਿੱਚ ਸਫਲਤਾ ਸੰਭਵ ਨਹੀਂ ਹੋ ਸਕਦੀ ਭਾਵੇਂ ਇਹ ਗੱਲ ਸਭ ਤੋਂ ਵੱਧ ਅਚੰਭੇਪਰੀ ਲੱਗੇ ਪਰ ਸੱਚਾਈ ਇਹ ਹੈ ਕਿ ਅਮੀਰਾਂ ਦੇ ਮੁਕਾਬਲੇ ਗਰੀਬਾਂ ਨੂੰ ਬਚਤ ਕਰਨ ਦੀ ਵਧੇਰੀ ਲੋੜ ਹੈ ਸਭ ਕੁਝ ਖਰਚਣ ਵਾਲਾ ਤੇ ਸਭ ਕੁਝ ਬਚਾਉਣ ਵਾਲਾ ਦੋਵੇਂ ਗਰੀਬ ਹੁੰਦੇ ਹਨ ਲੋੜ ਇਹਨਾਂ ਵਿੱਚ ਸੰਤੁਲਨ ਤੇ ਸਵੈ ਕਾਬੂ ਦੀ ਹੈ ਪਾਫ ਦੇ ਇੰਜਨ ਵਿੱਚ ਜੇ ਪਾਫ ਖੁੱਲੀ ਛੱਡ ਦਿੱਤੀ ਜਾਵੇ ਤਾਂ ਇੰਜਨ ਨਹੀਂ ਚੱਲੇਗਾ ਸੋ ਵਾਸਤਵ ਵਿੱਚ ਪਾਫ ਨੂੰ ਬਾਹਰ ਜਾਣ ਤੋਂ ਰੋਕਿਆ ਨਹੀਂ ਗਿਆ ਸਗੋਂ ਉਸ ਨੂੰ ਸ਼ਕਤੀਸ਼ਾਲੀ ਬਣਾਇਆ ਗਿਆ ਹੈ ਅਸਮਾਨੀ ਬਿਜਲੀ ਨੂੰ ਕਿਸੇ ਤਰ੍ਹਾਂ ਕਾਬੂ ਨਹੀਂ ਕੀਤਾ ਜਾ ਸਕਦਾ ਸੋ ਦਾ ਲਾਭ ਹੀ ਨਹੀਂ ਉਠਾਇਆ ਜਾ ਸਕਦਾ ਲੋੜ ਬਚਤ ਦੀ ਨਹੀਂ ਬਚਤ ਦੀ ਆਦਤ ਦੀ ਹੈ ਕਿਉਂਕਿ ਇਹ ਸਵੈ ਕਾਬੂ ਵਿੱਚ ਉਪਜਦੀ ਹੈ ਤੇ ਸਵੈ ਕਾਬੂ ਨੂੰ ਉਪਜਾਉਂਦੀ ਹੈ ਗਰੀਬੀ ਸਾਰੇ ਉਤਸ਼ਾਹ ਤੇ ਉਦਮ ਨੂੰ ਮਾਰਨ ਲਈ ਕਾਫੀ ਹੈ ਪਰ ਜੇ ਇਸ ਨਾਲ ਕਰਜ਼ਾ ਵੀ ਜੋੜ ਦਿੱਤਾ ਜਾਵੇ ਤਾਂ ਹਾਰ ਯਕੀਨੀ ਹੈ ਬਚਤ ਨਵੇਂ ਅਵਸਰ ਸਿਰਜਦੀ ਹੈ ਨਵੀਆਂ ਸੰਭਾਵਨਾਵਾਂ ਉਜਾਗਰ ਕਰਦੀ ਹੈ ਇਹ ਤੁਹਾਡੀ ਕਲਪਨਾ ਨੂੰ ਸੁਹਾਗਣ ਬਣਾਉਂਦੀ ਹੈ ਜਦੋਂ ਤੱਕ ਮਨ ਦੇ ਜਜ਼ਬੇ ਕਾਬੂ ਵਿੱਚ ਨਾ ਹੋ ਸਾਡੇ ਵਿੱਚ ਸਿੱਧਕ ਸਿਰੜ ਤੇ ਸਹਿਨਸ਼ੀਲਤਾ ਦੇ ਗੁਣ ਉਜਾਗਰ ਨਹੀਂ ਹੁੰਦੇ ਬਚਤ ਨਿਰਦਨ ਨੂੰ ਧਨਵਾਨ ਦੇ ਰਹਿਮ ਤੋਂ ਮੁਕਤ ਕਰਦੀ ਹੈ ਪਰਿਵਾਰ ਨਿਯੋਜਨ ਵੀ ਬਚਤ ਦੀ ਆਦਤ ਵਿੱਚੋਂ ਉਪਜਦਾ ਹੈ ਇਹ ਵੀ ਬਚਤ ਦੀ ਇੱਕ ਵੰਗੀ ਹੈ ਭੀੜ ਕੋਲ ਹਿੰਸਾ ਤਾਂ ਹੁੰਦੀ ਹੈ ਸ਼ਕਤੀ ਨਹੀਂ ਹੁੰਦੀ ਵੱਡਾ ਟੱਬਰ ਭੀੜ ਵਾਂਗ ਹੁੰਦਾ ਹੈ ਬਚਤ ਦੀ ਉਸੇ ਸੂਰਤ ਵਿੱਚ ਲੋੜ ਨਹੀਂ ਪੈਗੀ ਜੇ ਤੁਹਾਨੂੰ ਵਿਸ਼ਵਾਸ ਹੋਏ ਕਿ ਤੁਹਾਡਾ ਜੀਵਨ ਨਿਰਵਿਗਨ ਹੋਏਗਾ ਤੇ ਤੁਹਾਡੇ ਜੀਵਨ 'ਚ ਕੋਈ ਸੰਕਟ ਨਹੀਂ ਉਪਜੇਗਾ ਤੇ ਕੋਈ ਜਵਾਰ ਪਾਟਾ ਨਹੀਂ ਵਾਪਰੇਗਾ ਜਿਹੜੇ ਵਿਅਕਤੀ ਇਹ ਕਹਿੰਦੇ ਹਨ ਕਿ ਨਹੀਂ ਹੋ ਸਕਦਾ ਇਹ ਕਿ ਤਰਨੀ ਜਾ ਸਕਦਾ ਸਰਾ ਉਹਨਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਤਾਂ ਕਰੋ ਜਿਨ੍ਹਾਂ ਦੇ ਆਧਾਰ 'ਤੇ ਉਹ ਆਪਣੀ ਇਹ ਵੱਡਮੁੱਲੀ رائے ਦੇ ਰਹੇ ਹਨ ਬੱਚਤੋ ਬਿਨਾਂ ਕਿਸੇ ਵੀ ਪ੍ਰਕਾਰ ਦੀ ਆਜ਼ਾਦੀ ਜਾਂ ਖੁਸ਼ਹਾਲੀ ਸੰਭਵ ਨਹੀਂ ਹੋ ਸਕਦੀ ਬੱਚਤ ਨਾਲ ਸਾਨੂੰ ਸਮੱਸਿਆਵਾਂ ਵਿੱਚੋਂ ਮੌਕੇ ਵੇਖਣ ਦੀ ਜਾਚ ਆ ਜਾਂਦੀ ਹੈ ਜਿਉਂ-ਜਿਉ ਸਾਡੀ ਬਚਤ ਵੱਧਦੀ ਹੈ ਤਿਉਂ-ਤਿਉ ਸਾਡੇ ਵਿੱਚ ਸਵੈ ਕਾਬੂ ਵੱਧਦਾ ਹੈ ਤੇ ਸਾਡੇ ਵਿੱਚ ਦੁਰਘਟਨਾਵਾਂ ਨੂੰ ਸਹਿਣ ਦੀ ਸ਼ਕਤੀ ਵੱਧਦੀ ਹੈ ਜ਼ਿੰਦਗੀ ਦੇ ਦੁੱਖਾਂ ਦਰਦਾਂ ਸਮੇ ਸਾਡਾ ਸਵੈ ਕਾਬੂ ਪਰਖਿਆ ਜਾਂਦਾ ਹੈ ਜੀਵਨ ਵਿੱਚ ਕਈ ਘਟਨਾਵਾਂ ਜਈਆਂ ਵਾਪਰਦੀਆਂ ਹਨ ਜਿਨ੍ਹਾਂ ਦੇ ਵਾਪਰਨ ਤੇ ਸਾਨੂੰ ਰੋਣਾ ਚਾਹੀਦਾ ਹੁੰਦਾ ਪਰ ਅਸੀਂ ਰੋਂਦੇ ਨਹੀਂ ਸ਼ਾਇਦ ਜਿੰਨਾ ਰੋਣ ਦੀ ਲੋੜ ਹੁੰਦੀ ਹੈ ਉਹਨਾਂ ਰੋਣ ਦੀ ਸਾਡੇ ਵਿੱਚ ਸਮਰੱਥਾ ਨਹੀਂ ਹੁੰਦੀ ਰੋਣ ਦਾ ਇਹ ਕਰਜ਼ਾ ਕਦੀ ਨਾ ਕਦੀ ਲਾਉਣਾ ਪਏਗਾ ਇਸੇ ਕਰਕੇ ਕਈ ਵਾਰੀ ਇੰਜ ਵੀ ਹੁੰਦਾ ਹੈ ਕਿ ਅਸੀਂ ਨਿੱਕੀ ਕਿਸੇ ਨਿੱਕੀ ਜੀ ਘਟਨਾ ਤੇ ਬਹੁਤ ਜ਼ਿਕਰ ਹੋਣ ਲੱਗ ਪੈਂਦੇ ਆ ਇਹ ਮੁੱਢਲੀ ਘਟਨਾ ਦੇ ਸਬੰਧ ਵਿੱਚ ਰੋਣ ਦੀ ਸਾਡੀ ਪੁਰਾਣੀ ਕਿਸ਼ਤ ਦੀ ਅਦਾਇਗੀ ਹੁੰਦੀ ਹੈ ਜਦੋਂ ਤੱਕ ਅਸੀਂ ਲੋੜੀਂਦੀ ਸਮਰੱਥਾ ਤੇ ਮਾਤਰਾ ਵਿੱਚ ਰੋ ਨਹੀਂ ਲੈਂਦੇ ਸਾਡਾ ਸੰਤੁਲਨ ਵਿਗੜਿਆ ਰਹਿੰਦਾ ਹੈ ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦਾ ਉਹ ਆਪਣੀ ਧੀ ਨੂੰ ਪੁੱਤਰ ਕਹਿ ਕੇ ਆਪਣੇ ਮਨ ਨੂੰ ਤਰਵਾਸ ਦੇ ਲੈਂਦੇ ਹਨ ਤੇ ਜਿਨ੍ਹਾਂ ਦੇ ਧੀ ਨਹੀਂ ਹੁੰਦੀ ਉਹਨਾਂ ਨੂੰ ਨੂਹ ਦੀ ਉਡੀਕ ਕਰਨੀ ਪੈਂਦੀ ਹੈ ਉਪਰੋਕਤ ਵੇਰਵਿਆਂ ਦਾ ਭਾਵ ਇਹ ਹੈ ਕਿ ਜੀਵਨ ਨੂੰ ਜਿੰਨਾ ਮਰਜ਼ੀ ਵਿਉਂਤ ਲਿਆ ਜਾਵੇ ਇਸ ਦੇ ਕੁਝ ਕੋਨੇ ਖਾਲੀ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਧੀਰਜ ਨਾਲ ਪਰਦਾਸ਼ਤ ਕਰਨਾ ਪੈਂਦਾ ਹੈ ਪਰ ਅਜਿਹੀਆਂ ਸਥਿਤੀਆਂ ਵਿੱਚ ਜੇ ਸਾਡਾ ਆਪਣਾ ਆਪਣੇ ਆਪ ਤੇ ਕਾਬੂ ਹੋਵੇ ਤਾਂ ਸੰਕਟ ਸੌਖੇ ਭਾਵੇਂ ਨਾ ਹੋ ਪਰ ਉਹ ਸਹਿਣਯੋਗ ਜ਼ਰੂਰ ਹੋ ਜਾਂਦੇ ਹਨ ਰੋਣ ਨਾਲ ਦਿਲ ਤੇ ਪਏ ਪੱਥਰ पिघल ਜਾਂਦੇ ਹਨ ਰੋਣਾ ਇੱਕ ਉਹ ਸਾਰੂ ਤੇ ਸ਼ਕਤੀ ਪ੍ਰਦਾਨ ਕਰਨ ਵਾਲਾ ਅਨੁਭਵ ਹੈ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਰੋਣ ਦੀ ਵਧੇਰੇ ਸਮਰੱਥਾ ਕਾਰਨ ਜੀਵਨ ਦੇ ਦੁੱਖਾਂ ਦਾ ਬੋਝ ਸੋਖ ਨਾਲ ਚੁੱਕਣ ਦੀ ਸਮਰੱਥਾ ਵੀ ਵਧੇਰੇ ਹੁੰਦੀ ਹੈ। ਇੱਕ ਸਹੇਲੀ ਨੇ ਦੂਜੀ ਨੂੰ ਲਿਖਿਆ, "ਤੂੰ ਜਦੋਂ ਮਿਲेंगी, ਤਾਂ ਮੇਰੇ ਨਾਲ ਕੇ ਰੋਵਾਂਗੀਆਂ, ਕਿੰਨਾ ਚੰਗਾ ਲੱਗੇਗਾ।" ਜਿਹੜੇ ਰੋ ਸਕਦੇ ਹਨ ਉਹ ਨਾ ਕੇਵਲ ਪਿਆਰ ਪ੍ਰਾਪਤ ਕਰਨ ਦੇ ਵਧੇਰੇ ਯੋਗ ਹੁੰਦੇ ਹਨ। ਸੋਗੋਨਾ ਵਿੱਚ ਦੂਜਿਆਂ ਨੂੰ ਪਿਆਰ ਕਰਨ ਦੀ ਯੋਗਤਾ ਵੀ ਵਧੇਰੇ ਹੁੰਦੀ ਹੈ ਇਹ ਦੋਵੇਂ ਕਾਰਜ ਉਹਨੇ ਸੌਖੇ ਨਹੀਂ ਜਿੰਨੇ ਪ੍ਰਤੀਤ ਹੁੰਦੇ ਹਨ ਰੋਣਾ ਵੀ ਤਪੱਸਿਆ ਦੀ ਕਿਸਮ ਹੈ ਪਿਆਰ ਵਾਂਗ ਦੋਸਤੀ ਵੀ ਸਾਡੇ ਵਿੱਚ ਕਠੜਤਾ ਨੂੰ ਘਟਾਉਂਦੀ ਹੈ ਤੇ ਸਿੱਧੇ ਹੋ ਕੇ ਤੁਰਨ ਦਾ ਸਲੀਕਾ ਸਿਖਾਉਂਦੀ ਹੈ ਮਨ ਦੇ ਮੇਲੇ ਦੀਆਂ ਰੌਣਕਾਂ ਮਤਾਉਂਦੀ ਹੈ ਜਿਉਂ-ਜਿਉਂ ਤੁਹਾਨੂੰ ਜ਼ਿੰਦਗੀ ਵਿੱਚ ਵਧੇਰੇ ਸਹੂਲਤਾ ਮਿਲਣਗੀਆਂ ਤਿਆਂ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਵਿੱਚ ਵੀ ਵਾਧਾ ਹੋਈਗਾ ਤੇ ਤੁਹਾਡੇ ਵਿੱਚ ਵੱਡੇ ਫੈਸਲੇ ਕਰਨ ਦੀ ਯੋਗਤਾ ਉਪਜੇਗੀ ਤੇ ਆਪਣੇ ਆਪ ਉੱਤੇ ਤੁਹਾਡਾ ਕਾਬੂ ਵੀ ਵਧੇਗਾ ਜੇਵੇਂ ਨਹੀਂ ਹੋ ਰਿਹਾ ਤਾਂ ਨਿਸ਼ਚੈ ਤੁਸੀਂ ਜ਼ਿੰਦਗੀ ਨਾਲ ਮਨਮਾਨੀ ਕਰ ਰਹੇ ਹੋਵੋਗੇ ਸਵੈ ਕਾਬੂ ਦੇ ਅਰਥ ਆਜ਼ਾਦ ਹੋਣ ਦੇ ਹਨ ਆਜ਼ਾਦ ਹੋਣਾ ਮਨੁੱਖ ਦਾ ਫਰਜ਼ ਹੈ ਸਹੀ ਅਰਥਾਂ ਵਿੱਚ ਆਜ਼ਾਦ ਵਿਅਕਤੀ ਮਨਮਾਨੀ ਨਹੀਂ ਕਰੇਗਾ ਉਹ ਕਦੀ ਵੀ ਭੇਡ ਦਾ ਭਾਗ ਨਹੀਂ ਬਣੇਗਾ ਉਹ ਦੂਜਿਆਂ ਨੂੰ ਆਜ਼ਾਦੀ ਦੇਵੇਗਾ ਹੀ ਨਹੀਂ ਉਹਨਾਂ ਦੀ ਆਜ਼ਾਦੀ ਦੀ ਰੱਖਿਆ ਵੀ ਕਰੇਗਾ ਜੀ ਅਜਿਆ ਨਹੀਂ ਹੋ ਰਿਹਾ ਤਾਂ ਤੁਸੀਂ ਵੇਸਵਾ ਵਾਂਗ ਸਰੀਰਕ ਪੱਖੋਂ ਹੀ ਨਹੀਂ ਆਤਮਿਕ ਪੱਖੋਂ ਵੀ ਥੱਕੇ ਹੋਏ ਹੋ ਤੁਹਾਡੀ ਉਮਰ ਤੇ ਆਮਦਨ ਦੋਵੇਂ ਵੱਧ ਰਹੇ ਹੋਣਗੇ ਪਰ ਤੁਹਾਡੇ ਵਿੱਚ ਵਿਕਾਸ ਨਹੀਂ ਵਾਪਰ ਰਿਹਾ ਹੋਏਗਾ ਸਾਡੇ ਪਿਆਰਿਆਂ ਦੇ ਦੁੱਖ ਸੁੱਖ ਵੀ ਸਾਡੇ ਅਨੁਭਵ ਦਾ ਹਿੱਸਾ ਬਣਦੇ ਹਨ ਉਹਨਾਂ ਦੀਆਂ ਖੁਸ਼ੀਆਂ ਗਮੀਆਂ ਨਾਲ ਹੀ ਸਾਡੇ ਮਨ ਦੇ ਮੇਲੇ ਲੱਗਦੇ ਤੇ ਉੱਜੜਦੇ ਹਨ ਹਰ ਘਟਨਾ ਚੇਤਨਾ ਦੇ ਦਰਵਾਜ਼ੇ ਦੀ ਪੌੜੀ ਹੁੰਦੀ ਹੈ ਚੇਤਨਾ ਸਾਨੂੰ ਭੈ ਮੁਕਤ ਕਰਦੀ ਹੈ ਵਿਖਿਆ ਗਿਆ ਹੈ ਕਿ ਭੈ ਦੇ ਕਾਰਨ ਹੀ ਹਿੰਸਾ ਹੁੰਦੀ ਹੈ ਤੇ ਭੈ ਦੇ ਕਾਰਨ ਹੀ ਇਹ ਮੁਕਦੀ ਨਹੀਂ ਭੈ ਦੇ ਵਾਤਾਵਰਨ ਵਿੱਚ ਅਸੀਂ ਜਦੋਂ ਕਿਸੇ ਦਾ ਹਾਲ ਚਾਲ ਪੁੱਛਦੇ ਹਾਂ ਤਾਂ ਵਸਤਵ ਵਿੱਚ ਇਹ ਪੁੱਛ ਰਹੇ ਹੁੰਦੇ ਹਾਂ ਕਿ ਤੁਸੀਂ ਕਿੰਨੇ ਡਰੇ ਹੋਏ ਭੈ ਮੁਕਤ ਹੋਏ ਬਿਨਾਂ ਨਿੱgge ਤੇ ਹੰਦ ਅਨੁਸਾਰ ਰਿਸ਼ਤਿਆਂ ਨੂੰ ਸਾਰਨਾ ਸੰਭਵ ਨਹੀਂ ਹੁੰਦਾ ਤੇ ਨਿੱਗੇ ਰਿਸ਼ਤਿਆਂ ਤੋਂ ਬਿਨਾ ਸਾਨੂੰ ਜੀਵਨ ਦੀ ਤਸੱਲੀ ਨਹੀਂ ਮਿਲਦੀ ਹਰ ਇੱਕ ਵਿਅਕਤੀ ਹਰ ਵੇਲੇ ਕਈ ਰਿਸ਼ਤਿਆਂ ਵਿੱਚ ਵੱਜਾ ਹੁੰਦਾ ਹੈ ਰਿਸ਼ਤੇ ਵੀ ਸਾਨੂੰ ਕਾਬੂ ਵਿੱਚ ਰੱਖਦੇ ਹਨ ਰਿਸ਼ਤਾ ਕੋਈ ਵੀ ਹੋਵੇ ਉਹ ਉਦੋਂ ਤੱਕ ਹੀ ਨਿਬੇਗਾ ਜਦੋਂ ਤੱਕ ਅਸੀਂ ਸਵੈ ਕਾਬੂ ਦੇ ਘੇਰੇ 'ਚ ਰਹਾਂਗੇ ਇਸ ਘੇਰੇ ਤੋਂ ਬਾਹਰ ਨਿਕਲ ਕੇ ਅਸੀਂ ਜੁਆਰੀ ਬਣ ਜਾਂਦੇ ਹਾਂ ਜੂਆ ਖੇਡਣਾ ਕਿਸੇ ਵੀ ਪ੍ਰਕਾਰ ਦਾ ਜੂਆ ਖੇਡਣਾ ਸਵੈ ਕਾਬੂ ਦੀ ਘਾਟ ਦੀ ਅਲਮਤ ਹੈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਪੈਸੇ ਅਸੀਂ ਹਾਰ ਨਹੀਂ ਸਕਦੇ ਉਹਨਾਂ ਨਾਲ ਜੂਆ ਨਹੀਂ ਖੇਡਣਾ ਚਾਹੀਦਾ ਇੱਕ ਵਾਰੀ ਇੱਕ ਆਦਮੀ 2 ਸਾਲ ਦੇ ਅਰਸੇ ਤੱਕ ਹਰ ਰੋਜ਼ ਸ਼ਾਮ ਨੂੰ ਆਪਣੇ ਘਰ ਦੇ ਨੇੜੇ ਇੱਕ ਜੂਆ ਘਰ 'ਚ ਜੁਵਾਰੀਆਂ ਨੂੰ ਜੂਆ ਖੇਡਦੇ ਵੇਖ ਕੇ ਮੋੜ ਆਉਂਦਾ ਸੀ ਇੱਕ ਦਿਨ ਉਹਨੇ ਜੂਆ ਘਰ ਦੇ ਮਾਲਕ ਨੂੰ ਕਿਹਾ ਵੇਖਿਆ ਤੁਸੀਂ ਮੇਰਾ ਸਵੈ ਕਾਬੂ ਮੈਂ ਰੋਜ਼ ਆਉਂਦਾ ਸੀ ਪਰ ਮੈਂ ਜੂਆ ਖੇਡਿਆ ਨਹੀਂ ਮਾਲਕ ਨੇ ਕਿਹਾ ਮੇਰੇ ਸਵੈ ਕਾਬੂ ਨੂੰ ਤੁਸੀਂ ਨਹੀਂ ਜਾਣਦੇ ਮੈਂ ਤੁਹਾਡੇ ਵੱਲ ਧਿਆਨ ਹੀ ਨਹੀਂ ਦਿੰਦਾ ਜੇ ਮੈਂ ਤੁਹਾਨੂੰ ਫਸਾਉਣਾ ਚਾਹੁੰਦਾ ਤਾਂ ਤੁਸੀਂ ਬਚ ਕੇ ਨਹੀਂ ਸੀ ਜਾ ਸਕਦੇ ਇੱਥੇ ਜਿੰਨੇ ਆਉਂਦੇ ਹਨ ਕੇਵਲ ਜਿੱਤਣ ਦੀ ਭਾਵਨਾ ਨਾਲ ਆਉਂਦੇ ਹਨ ਇਸੇ ਕਰਕੇ ਹਾਰ ਜਾਂਦੇ ਹਨ ਮੈਂ ਤਾਂ ਇਹਨਾਂ ਨੂੰ ਕਹਿੰਦਾ ਹਾਰਨ ਦੀ ਭਾਵਨਾ ਨਾਲ ਜੂਆ ਖੇਡੋ ਜੂਆ ਖੇਡਣ ਦੀ ਆਦਤ ਜਾਂਦੀ ਰਹੇਗੀ ਪਰ ਇਹਨਾਂ ਸਵੈ ਕਾਬੂ ਇਹਨਾਂ 'ਚ ਹੈ ਨਹੀਂ ਇਸੇ ਲਈ ਇਹ ਜੂਏ ਨਾਲ ਅਮੀਰ ਹੋਣ ਦੀ ਇੱਛਾ ਵਿੱਚ ਬਰਬਾਦ ਹੋ ਰਹੇ ਹਨ ਤੇ ਮਰਨ ਤੋਂ ਪਹਿਲਾਂ ਮਰ ਰਹੇ ਹਨ ਅਸੀਂ ਭਾਰਤੀ ਮੌਤ ਤੋਂ ਬਹੁਤ ਡਰਦੇ ਹਾਂ ਇਸੇ ਕਰਕੇ ਅਸੀਂ ਬਹੁਤ ਅਧਿਕ ਪੂਜਾ ਪਾਠ ਕਰਦੇ ਹਾਂ ਅਧਿਕ ਪੂਜਾ ਪਾਠ ਸਾਡੇ ਧਰਮ ਖੋਣ ਦਾ ਪਰਮਾਨ ਨਹੀਂ ਸਾਡੇ ਬਧੇਰੇ ਡਰੇ ਹੋਣ ਦੀ ਨਿਸ਼ਾਨੀ ਹੈ ਜਦੋਂ ਮਨੁੱਖ ਵਿੱਚ ਸਵੈ ਕਾਬੂ ਪੁੱਜਦਾ ਹੈ ਤਾਂ ਉਹਦਾ ਮੌਤ ਪ੍ਰਤੀ ਦ੍ਰਿਸ਼ਟੀਕੋਣ ਵੀ ਬਦਲ ਜਾਂਦਾ ਹੈ ਧਰਮ ਦਾ ਪ੍ਰਮੁੱਖ ਵਿਸ਼ਾ ਜੀਵਨ ਨਹੀਂ ਮੌਤ ਹੈ ਇਸ ਸੰਸਾਰ ਵਿੱਚ ਵਿਚਰਨਾ ਨਹੀਂ ਇਸ ਸੰਸਾਰ ਤੋਂ ਮੁਕਤ ਹੋਣਾ ਹੈ ਵਿਦਿਆvang ਧਰਮ ਵੀ ਸਾਡੇ ਵਿੱਚ ਸਵੈ ਕਾਬੂ ਉਪਜਾਣ ਦਾ ਉਪਰਾਲਾ ਕਰਦਾ ਹੈ ਪਰ ਸਵੈ ਕਾਬੂ ਤੋਂ ਬਿਨਾਂ ਧਰਮ ਸਾਡੀਆਂ ਸਮੱਸਿਆਵਾਂ ਸੁਲਝਾਣ ਦੀ ਤਾਂ ਸਗੋਂ ਹੋਰ ਵਧਾਉਂਦਾ ਤੇ ਉਲਝਾਉਂਦਾ ਹੈ ਧਰਮ ਪਖੰਡ ਵਿਰੋਧੀ ਹੈ ਪਰ ਸਵੈ ਕਾਬੂ ਤੋਂ ਬਿਨਾਂ ਇਹ ਆਪ ਸਭ ਤੋਂ ਵੱਡਾ ਪਖੰਡੋ ਨਿਬੜਦਾ ਹੈ ਇੱਕ ਉਮਰ ਤੋਂ ਬਾਅਦ ਹਰ ਕੋਈ ਸੁਹਿਰਦ ਹੋਣ ਦਾ ਯਤਨ ਕਰਦਾ ਹੈ ਇੱਕ ਉਮਰ ਤੋਂ ਮਗਰੋਂ ਹਰ ਕੋਈ ਨਸ਼ੇ ਤਿਆਗ ਦਿੰਦਾ ਹੈ ਇੱਕ ਪੜਾਅ ਉੱਤੇ ਹਰ ਕੋਈ ਇਮਾਨਦਾਰ ਹੋਣ ਨਿਬੜਦਾ ਹੈ ਪਰ ਇਹ ਸਭ ਮਜਬੂਰੀ ਵਸ ਵਾਪਰਦਾ ਹੈ ਇਸ ਸਮੇਂ ਤੱਕ ਮਨ ਤੇ ਦਿਲ ਦੋਹਾਂ ਉੱਤੇ ਪਛਤਾਵਿਆਂ ਦੀ ਧੂੜ ਜੰਮ ਚੁੱਕੀ ਹੁੰਦੀ ਹੈ ਦਰਿਆ ਦੇ ਸੁੱਖ ਜਾਣ ਉਪਰੰਤ ਹਰ ਕੋਈ ਆਪਣੇ ਤੈਰਾਖੂਣ ਦੀ ਕਿਸੇ ਸੁਣਾਉਂਦਾ ਪਰ ਇਹ ਬਹਾਦਰੀ ਤੇ ਸਵੈ ਕਾਬੂ ਦੀਆਂ ਉਦਾਹਰਨਾਂ ਨਹੀਂ ਇਹ ਪਖੰਡ ਦੇ ਨਵੇਂ ਰੂਪ ਹਨ ਕਈ ਲੋਕਾਂ ਦਾ ਸਾਰਾ ਜੀਵਨ ਹੀ ਧੋਖੇ 'ਚ ਗੁਜ਼ਰਦਾ ਹੈ ਧੋਖੇबाज ਦਾ ਪਛਤਾਵਾ ਵੀ ਧੋਖਾ ਹੀ ਹੁੰਦਾ ਹੈ ਤੁਸੀਂ ਵੇਖਿਆ ਹੋਵੇਗਾ ਕਿ ਕੁਝ ਲੋਕਾਂ ਨੇ ਹਰ ਵੇਲੇ ਸ਼ਿਕਾਇਤਾਂ ਕੁੱਛੜ ਚੁੱਕੀਆਂ ਹੁੰਦੀਆਂ ਹਨ ਉਹ ਵੱਡੇ ਹੋ ਕੇ ਵੀ ਬਚਪਨ ਦੇ ਕੁੜਤੇ ਵਿੱਚ ਸਮਾਉਣ ਦਾ ਯਤਨ ਕਰਦੇ ਹਨ ਉਵੇਂ ਘਬਰਾਏ ਹੋਏ ਹੁੰਦੇ ਹਨ ਜਿਵੇਂ ਕਿਸੇ ਸਵਾਰੀ ਦੀ ਗੱਡੀ ਵਿੱਚ ਸੂਟ ਕੇਸ ਗੁੰਮ ਹੋ ਗਿਆ ਹੋਵੇ ਜਾਂ ਜਿਵੇਂ ਉਹਨਾਂ ਦਾ ਕੋਈ ਪਿੱਛਾ ਕਰ ਰਿਹਾ ਹੋਵੇ ਉਹ ਦੌੜਦੇ ਘੱਟ ਹਨ ਤੇ ਤਿਲਕ ਦੇ ਵਦੇਰੇ ਹਨ ਉਹ ਬਿਨਾਂ ਕਾਰਨ ਹੀ ਦੂਜਿਆਂ ਨੂੰ ਆਪਣੇ ਦੁਸ਼ਮਣ ਵਿੱਚ ਲੈਂਦੇ ਹਨ ਇਹੀ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿੱਚ ਸਵੈ ਕਾਬੂ ਦੀ ਘਾਟ ਹੁੰਦੀ ਹੈ ਅਜਿਹੇ ਲੋਕਾਂ ਦੀ ਗਿਣਤੀ ਛਾਲਾ ਮਾਰਦੀ ਵਧ ਹੁੰਦੀ ਹੈ ਤੇ ਜਿਸ ਅਨੁਪਾਤ ਵਿੱਚ ਇਹ ਗਿਣਤੀ ਵਧ ਰਹੀ ਹੈ ਉਸੇ ਅਨੁਪਾਤ ਵਿੱਚ ਸਮਾਜ ਗਰੀਬ ਹੋ ਰਿਹਾ ਹੈ ਸਮਾਜ ਵਿੱਚ ਸਵੈ ਕਾਬੂ ਵਾਲੇ ਨੇਕ ਵਿਅਕਤੀਆਂ ਦੀ ਗਿਣਤੀ ਇਸ ਹੱਦ ਤੱਕ ਘਟ ਗਈ ਹੈ ਕਿ ਉਦਾਹਰਨ ਦੇਣ ਲਈ ਵੀ ਕੋਈ ਨਹੀਂ ਲੱਭਦਾ ਸਵੈ ਕਾਬੂ ਵਾਲੇ ਨੇਕ ਵਿਅਕਤੀਆਂ ਦਾ ਸਮਾਜ ਨਾਲ ਸੰਬੰਧ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਐਤਵਾਰ ਦਾ ਬਾਕੀ ਦਿਨਾਂ ਨਾਲ ਹੁੰਦਾ ਹੈ ਸਾਡੇ ਐਤਵਾਰ ਵੀ ਓਵੇਂ ਗੁਆਚਦੇ ਜਾ ਰਹੇ ਹਨ ਜਿਵੇਂ ਸਾਡਾ ਸਵੈ ਕਾਬੂ ਗੁਆਟ ਗਿਆ ਹੈ ਧੰਨਵਾਦ